ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਪ੍ਰੋਗਰਾਮ ਪੱਖ ਦੇ ਮਸਲੇ ਦੇ ਵਿੱਚ ਆਪ ਜੀ ਨੂੰ ਜੀਆਂ ਆਖਦੇ ਹਾਂ। ਅਤੇ ਪਿਛਲੇ ਦਿਨਾਂ ਤੋਂ ਤੁਹਾਨੂੰ ਪਤਾ ਵੀ ਕਰੋਨਾ ਨੇ ਜਿਹੜੀ ਗਰੋਪੀ ਚੀਨ ਤੋਂ ਸ਼ੁਰੂ ਹੋ ਕੇ ਪੂਰੇ ਵਰਲਡ ਦੇ ਵਿੱਚ ਫੈਲਾਈ ਹੋਈ ਆ, ਉਹਨੂੰ ਲੈ ਕੇ ਆਵਾਜ਼ੇ ਕੌਮ ਵੱਲੋਂ ਹਰ ਰੋਜ਼ ਪ੍ਰੋਗਰਾਮ ਜਿਹੜੇ ਕੀਤੇ ਜਾਂਦੇ ਆ, ਵੱਖ ਵੱਖ ਮਸਲਿਆਂ 'ਤੇ ਵਿਚਾਰ ਕੀਤੇ ਜਾਂਦੇ ਆ। ਅਤੇ ਹੁਣ ਜਿਹੜਾ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਆਪਾਂ ਇਹ ਲਈਏ ਕਿ ਜਿਹੜਾ ਕਰੋਨਾ ਹੈ ਉਹਨੂੰ ਲੈ ਕੇ ਸਿਆਸਤ ਵੀ ਬਹੁਤ ਹੋਣ ਲੱਗ ਗਈ ਆ, ਅਤੇ ਉਹਦੇ 'ਤੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਮਹਿਮਾਨ ਜਿਹੜੇ ਸਾਡੇ ਮੁੱਖ ਮਹਿਮਾਨ ਹਨ ਪੰਜਾਬ ਤੋਂ, ਹਾਂਜੀ ਭਾਈ ਜਸਵਿੰਦਰ ਸਿੰਘ ਜੀ ਰਾਜਾ ਲੁਧਿਆਣੇ ਤੋਂ ਆ, ਇਸੇ ਹੀ ਤਰ੍ਹਾਂ ਭਾਈ ਜਗਦੇਵ ਸਿੰਘ ਜੀ ਸੋਖੀ, ਅਤੇ ਨਾਲ ਸੁਖਵਿੰਦਰ ਸਿੰਘ ਜੀ ਗਾਇਕ, ਅਤੇ ਇੱਧਰੋਂ ਸਵਿੰਡਨ ਤੋਂ ਕੁਲਦੀਪ ਸਿੰਘ ਜੀ ਪੱਡਾ। ਮੈਂ ਸਾਰਿਆਂ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਨਾਂ ਰਘਵੀਰ ਸਿੰਘ ਆ, ਅਤੇ ਪ੍ਰੋਗਰਾਮ ਅਸੀਂ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਕੁਲਦੀਪ ਸਿੰਘ ਜੀ ਪੱਡਾ ਵੱਲ ਚੱਲਦੇ ਹਾਂ, ਕਿਉਂਕਿ ਅੱਜ ਦਾ ਮੁੱਦਾ ਹੀ ਸਿਆਸਤ ਦੇ ਨਾਲ ਵੀ ਸੰਬੰਧਿਤ ਆ, ਅਤੇ NRI ਦੇ ਨਾਲ ਵੀ ਸੰਬੰਧਿਤ ਆ। ਉਹਨਾਂ ਤੋਂ ਜਾਣਦੇ ਹਾਂ, ਕਿਉਂਕਿ ਜਿਹੜੀ ਇਸ ਵੇਲੇ ਸਰਕਾਰ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਨੇ, ਅਤੇ ਉਹਨਾਂ ਦੀ ਸਰਕਾਰ ਆ, ਅਤੇ ਉਹਨਾਂ ਤੋਂ ਹੀ ਪਹਿਲਾਂ ਪੁੱਛਦੇ ਹਾਂ ਕਿ ਜਿਹੜਾ ਕਰੋਨਾ ਆ ਇੱਕ ਬਿਮਾਰੀ ਆ, ਇਹਦੇ ਇਹ ਨਹੀਂ ਦੇਖਦੀ ਆ ਅਕਾਲੀ ਆ ਕਾਂਗਰਸੀ ਆ ਕੌਣ ਆ, ਪਰ ਸਿਆਸਤ ਕਿਉਂ ਹੋ ਰਹੀ ਇਹਦੇ 'ਤੇ। ਹਾਂਜੀ ਪੱਡਾ ਜੀ। ਰਘਵੀਰ ਸਿੰਘ ਜੀ, ਪਹਿਲਾਂ ਆਪ ਜੀ ਨੂੰ ਤੇ ਆਪ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਹੈ ਅੱਜ ਦੇ ਮਸਲੇ 'ਤੇ, ਦੇਖੋ ਜੋ ਗੌਰਮੈਂਟ ਆ, ਹਾਂਜੀ, ਉਹ ਬੜਾ ਵਧੀਆ ਕੰਮ ਕਰ ਰਹੀ ਹੈ। ਅੱਛਾ ਜੀ। ਪੰਜਾਬ ਗੌਰਮੈਂਟ ਨੇ ਦੇਖੋ ਇੱਕ ਜਿਹੜਾ ਕੋਵਾ ਐਪ ਬਣਾਇਆ, ਜਿਹਦੇ ਵਿੱਚ ਆਪਾਂ ਜਿੱਥੇ ਜੇ ਕੋਈ ਆਪਣੇ ਲਾਗੇ ਭੀੜ ਭੜਕਾ ਆ, ਜਾਂ ਕੋਈ ਮਰੀਜ਼ ਆ, ਜਾਂ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ, ਉਹਦੇ ਵਿੱਚ ਆਪਾਂ ਗੌਰਮੈਂਟ ਦੇ ਸਕਦੇ ਹਾਂ। ਤੇ ਉਸ ਤੋਂ ਬਾਅਦ ਜੇ ਕਿਸੇ ਨੂੰ ਪਾਸ ਦੀ ਜ਼ਰੂਰਤ ਆ, ਹਾਂਜੀ, ਭੀੜ ਨਾ, ਤੇ ਉੱਥੋਂ ਆਪਾਂ ਪਾਸ ਵੀ ਉਸੇ ਐਪ ਰਾਹੀਂ ਆਪਾਂ ਬਣਵਾ ਸਕਦੇ ਹਾਂ। ਠੀਕ ਹੈ। ਜਿਹੜੀ ਅਗਲਾ ਆਉਣ ਵਾਲਾ ਟਾਈਮ ਆ, ਆਪਾਂ ਜਲਦ ਵੀ ਜਿਹੜਾ ਰਾਸ਼ਨ ਆ ਜਾਂ ਡਾਕਟਰੀ ਸਹਾਇਤਾ ਆ, ਇਹ ਵੀ ਆਪਣੀ ਇਹ ਐਪ ਰਾਹੀਂ ਡਾਕਟਰ ਘਰ ਆ ਕੇ ਦੇਖੇਗਾ, ਜਿਹੜਾ ਰਾਸ਼ਨ ਆ ਘਰ ਘਰ ਤੱਕ ਪਹੁੰਚ ਜਾਏਗਾ। ਇਹ ਇੱਕ ਬੜੀ ਤਕੜੀ ਗੌਰਮੈਂਟ ਜਿਹੜਾ ਇਹ ਐਪ ਦੇ ਰਾਹੀਂ ਕਰ ਰਹੀ ਆ। ਦੂਸਰੀ ਜਿਹੜੀ ਸਿਵਲ ਹੋਸਪਿਟਲ ਆ, ਉਹਨਾਂ ਵਿੱਚ ਜਿਹੜੇ ਵਾਰਡ ਬਣਾ ਕੇ ਡਾਕਟਰਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਵੀ ਇਸ ਭਿਆਨਕ ਬਿਮਾਰੀ ਨਾਲ ਆਪਾਂ ਕਿਸ ਤਰੀਕੇ ਨਾਲ ਲੜਨਾ। ਜਿਹੜੇ ਪਿੰਡ ਆ, ਦੇਖੋ ਆਪਾਂ ਸੈਨੇਟਾਈਜ਼ਰ ਕਰ ਰਹੇ ਹਾਂ ਸਾਰੇ ਪਿੰਡ। ਹਾਂਜੀ। ਸੋ ਪੰਜਾਬ ਗੌਰਮੈਂਟ ਬੜਾ ਕੁਝ ਕਰ ਰਹੀ ਆ। ਜਿੱਦਾਂ ਹੁਣ ਕਰਫਿਊ ਜਿਹੜਾ ਲੱਗਣਾ, ਆਪਣਾ ਕਰਫਿਊ ਲੱਗਣ ਵਾਲਾ ਸੂਬਾ ਜਿਹੜਾ ਆ, ਇਹ ਪਹਿਲਾ ਪੰਜਾਬ ਆ। ਸਭ ਤੋਂ ਪਹਿਲਾਂ ਇਹ ਜਿਹੜੀ ਪੰਜਾਬ ਨੇ ਪਹਿਲ ਕੀਤੀ ਆ, ਕੈਪਟਨ ਸਰਕਾਰ ਨੇ ਇਹ ਪਹਿਲ ਕੀਤੀ ਆ, ਤੇ ਜਿਹਦੀ ਸਾਰੇ ਸੂਬਿਆਂ ਨੇ ਤੇ ਸੈਂਟਰ ਗੌਰਮੈਂਟ ਨੇ ਵੀ ਇਹ ਤਾਰੀਫ ਕੀਤੀ ਆ ਕਿ ਜਿਹੜੀ ਪੰਜਾਬ ਸਰਕਾਰ ਆ ਬਹੁਤ ਵਧੀਆ ਕੰਮ ਕਰ ਰਹੀ ਹੈ। ਇਹ ਪੱਡਾ ਆਪਣੇ ਪੱਡਾ ਸਾਹਿਬ, ਸਰਕਾਰਾਂ ਜਾਂ ਮਤਲਬ ਜਿਹੜੇ ਮੰਤਰੀ ਹੁੰਦੇ ਆ ਜਾਂ ਉਹਦੇ ਸਪੋਰਟਰ ਹੁੰਦੇ, ਉਹਨਾਂ ਨੇ ਤਾਂ ਤਾਰੀਫ ਕਰਨੀ ਹੁੰਦੀ ਆ, ਪਰ ਜਿਹੜੇ ਲੋਕਾਂ ਦੇ ਵਿੱਚ ਆਮ ਲੋਕ ਆ, ਪੰਜਾਬ ਦੇ ਲੋਕ ਆ, ਆਪਾਂ ਪਿੰਡ ਪਠਲਾਵਾ ਦੀ ਗੱਲ ਕਰ ਲਈਏ, ਕੱਲ੍ਹ ਦੀ ਉਹਨਾਂ ਦੀ ਵੀਡੀਓ ਘੁੰਮ ਰਹੀ ਆ ਕਿ ਸਾਡੇ ਤਾਂ ਇੱਥੇ ਕੋਈ ਦਵਾ ਦੇਣ ਵੀ ਨਹੀਂ ਆ ਰਿਹਾ ਨਾ ਲਾਗੇ ਆ ਰਿਹਾ, ਇਹ ਸਰਕਾਰ ਦੇ ਐਲਾਨ ਹੀ ਆ। ਦੇਖੋ ਜੀ, ਮੈਂ ਤੁਹਾਨੂੰ ਇੱਕ ਗੱਲ ਰਘਵੀਰ ਸਿੰਘ ਜੀ ਦੱਸ ਦਿੰਦਾ, ਜਿਹੜੀਆਂ ਕੋਈ ਵੀ ਅਪੋਜੀਸ਼ਨ ਪਾਰਟੀਆਂ ਹੁੰਦੀਆਂ, ਅਪੋਜਿਟ ਪਾਰਟੀ ਆ, ਜਿਹੜੇ ਸਿਆਸੀ ਆ, ਇਹਨਾਂ ਨੇ ਕੋਈ ਵੀ ਟਾਈਮ ਨਹੀਂ ਛੱਡਣਾ ਹੁੰਦਾ।
ਅੱਛਾ ਇਹ ਜਿਹੜਾ ਮੌਕਾ ਹੈ ਬੜਾ ਨਾਜ਼ੁਕ ਹੈ, ਇਹਨਾਂ ਨਹੀਂ, ਨੂੰ ਪਰ ਹੱਥ ਉਹ ਜੋੜ ਤਾਂ ਕੇ ਕੋਈ ਪਾਰਟੀ ਨਹੀਂ, ਦੇਣ ਦੀ। ਪੇਂਡੂ ਲੋਕ ਕਹਿ ਰਹੇ ਜਿਹੜੇ ਉੱਥੇ ਦੇ, ਮਤਲਬ ਜਿਨ੍ਹਾਂ ਦੇ ਜਿਨ੍ਹਾਂ ਜਿਹੜੇ ਮਤਲਬ ਇਹਦੇ ਗ੍ਰਸਤ ਆ, ਉਹ ਲੋਕ ਕਹਿ ਰਹੇ ਆ, ਪਿੰਡ ਦਾ ਸਰਪੰਚ ਕਹਿ ਰਿਹਾ, ਕਾਂਗਰਸ ਦਾ ਸਰਪੰਚ ਆ। ਪਿੰਡ ਲੋਕ, ਪਿੰਡ ਦੇ ਲੋਕਾਂ ਦੇ ਵਿੱਚ ਵੀ ਜਿਹੜੇ ਆਪਣੇ ਸਿਆਸੀ ਲੋਕ ਹੁੰਦੇ ਆ, ਤਿੰਨ ਤਿੰਨ ਚਾਰ ਚਾਰ ਪਾਰਟੀਆਂ ਪਿੰਡਾਂ ਵਿੱਚ ਬਣੀਆਂ ਹੁੰਦੀਆਂ, ਠੀਕ ਆ, ਇਹੋ ਜੀ ਕੋਈ ਗੱਲ ਜਿੱਥੇ ਸਰਕਾਰ ਹੈਲਪ ਨਾ ਦੇ ਰਹੀ ਹੋਵੇ ਜਾਂ ਇਹਨਾਂ ਦੀ ਆਵਾਜ਼ ਲੋਕਾਂ ਦੀ ਨਾ ਸੁਣੀ ਜਾਵੇ, ਤੇ ਬਾਕੀ ਆਪਾਂ ਲੋਕਾਂ ਨੂੰ ਵੀ ਇਹ ਕਹਿੰਦੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਤੁਸੀਂ ਸਰਕਾਰ ਦਾ ਸਾਥ ਦਵੋ, ਜੇ ਕਿਤੇ ਕੋਈ ਤਰੁੱਟੀ ਰਹਿ ਜਾਂਦੀ ਆ ਤੇ ਇੰਨੀ ਜਲਦੀ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ, ਚਾਹੇ ਨੈਟ ਤੇ ਪਾਉਣ ਦੀ ਜ਼ਰੂਰਤ ਨਹੀਂ। ਤੁਸੀਂ ਆਪਣਾ ਜਿਹੜਾ ਕੋਬਾ ਐਪ ਆ ਉਹਦੇ ਰਾਹੀਂ ਸਿੱਧਾ ਕੈਪਟਨ ਸਾਹਿਬ ਨੂੰ ਤੁਸੀਂ ਲਿਖ ਸਕਦੇ ਆ, ਉਹਨਾਂ ਦੇ ਮੰਤਰੀਆਂ ਨੂੰ ਲਿਖ ਸਕਦੇ ਆ ਜੀ ਠੀਕ ਹੈ ਜੀ, ਆਪਾਂ ਆਪਣਾ। ਲੈਂਦੇ ਜਿਹੜੇ ਪੰਜਾਬ ਤੋਂ ਗੈਸਟ ਹੈ ਜਸਵਿੰਦਰ ਸਿੰਘ ਜੀ ਰਾਜਾ। ਦੇਖੋ ਜੀ, ਇੱਕ ਤਾਂ ਜਿਹੜੀ ਨਿਜ਼ਾਮੂਦੀਨ ਦੀ ਮਸਜਿਦ ਆ, ਮਤਲਬ ਉਹਨੂੰ ਲੈ ਕੇ ਭਾਰਤੀ ਮੀਡੀਆ ਪੂਰਾ ਭੰਡਣ ਤੇ ਲੱਗਾ ਹੋਇਆ ਕਿ ਜਿਹੜੇ ਉੱਥੇ ਲੋਕ ਇਕੱਠੇ ਹੋਏ ਸੀ ਉਹਨਾਂ ਕਰਕੇ ਪੂਰੇ ਦੇਸ਼ ਦੇ ਵਿੱਚ ਜਿਹੜਾ ਕਰੋਨਾ ਫੈਲ ਗਿਆ, ਜਾਂ ਉਹਨਾਂ ਦੇ ਵਿੱਚੋਂ ਬੰਦੇ ਜਿਹੜੇ ਆ ਕੁਛ ਮਰ ਵੀ ਗਏ ਆ, ਤੇ ਉਹਨੂੰ ਲੈ ਕੇ ਵੀ ਇਸੇ ਤਰ੍ਹਾਂ ਪੰਜਾਬ ਦੀ ਜਿਹੜੀ ਆਪਾਂ ਰਾਜਾ ਜੀ ਗੱਲ ਕੀਤੀ ਆ, ਉਹਨੂੰ ਲੈ ਕੇ ਮਤਲਬ ਕੈਪਟਨ ਸਰਕਾਰ ਦਾਅਵੇ ਤਾਂ ਐਲਾਨ ਤਾਂ ਬਹੁਤ ਕਰੀ ਜਾਂਦੇ, ਪਰ ਲੋਕ ਕਹਿੰਦੇ ਸਾਨੂੰ ਇਹ ਚੀਜ਼ਾਂ ਮਿਲ ਨਹੀਂ ਰਹੀਆਂ। ਤਾਂਹੀਓ ਅਸੀਂ ਇਹ ਮੁੱਦਾ ਰੱਖਿਆ ਕਿ ਇੱਥੇ ਸਿਆਸਤ ਹੋ ਰਹੀ ਆ, ਵੱਖਰੇ ਵੱਖਰੇ ਤਰ੍ਹਾਂ ਦੀ ਸਿਆਸਤ ਹੋ ਰਹੀ, ਤੁਹਾਡਾ ਕੀ ਵਿਚਾਰ ਹੈ? ਬਹੁਤ ਬਹੁਤ ਧੰਨਵਾਦ ਰਵੀਰ ਜੀ। ਹਾਂਜੀ, ਮੈਂ ਜਿਵੇਂ ਪਿਛਲੇ ਸਮੇਂ 'ਚ ਵੀ ਆਪਣੀ ਡਿਬੇਟ 'ਚ ਵੀ ਗੱਲਾਂ ਹੁੰਦੀਆਂ ਰਹੀਆਂ, ਤੇ ਮੈਂ ਸਮਝਦਾ ਇਹ ਹਾਂਜੀ ਇੱਕ ਬੜਾ ਸ਼ਰਮਨਾਕ ਘਰ ਹੈ ਦੇ ਉੱਤੇ ਜਿਹੜੀ ਸਿਆਸਤ ਹੁੰਦੀ ਹੈ। ਠੀਕ ਤੁਸੀਂ ਹੈ, ਦੇਖੋ ਦੁਨੀਆਂ ਭਰ ਦੇ ਵਿੱਚ ਸਿਆਸਤਾਂ ਚੱਲਦੀਆਂ ਰਹਿੰਦੀਆਂ, ਹਰ ਮੁੱਦੇ ਦੇ ਉੱਤੇ ਸਿਆਸਤ ਹੋਈ ਹੈ, ਦੁਨੀਆਂ ਭਰ ਦੇ ਮੁਲਕ ਆਪਸ 'ਚ ਟਕਰਾਉਂਦੇ ਰਹਿੰਦੇ ਨੇ, ਆਪਸ 'ਚ ਜੰਗਾਂ ਵੀ ਹੋਈਆਂ ਨੇ, ਪਰ ਮੈਂ ਹਾਂਜੀ ਜਿਹੜਾ ਸਮਝ ਰਿਹਾ ਇਹ ਜਿਹੜਾ ਸਮਾਂ ਇੱਕ ਵਿਸ਼ਵ ਯੁੱਧ ਦੇ ਤੇਰਾ ਲੜਨ ਦਾ ਟਾਈਮ ਹੈ ਇਸ ਬਿਮਾਰੀ ਤੋਂ। ਠੀਕ ਕਹਿੰਦੇ ਹੈ, ਜਿਹੜਾ ਦੁਸ਼ਮਣ ਆਪਸ 'ਚ ਕੋਈ ਮੁਲਕ ਨਹੀਂ ਹੈਗੇ, ਇੱਕ ਹਾਂ ਐਸੀ ਚੀਜ਼ ਜਿਹੜੀ ਸਾਨੂੰ ਨਜ਼ਰ ਨਹੀਂ ਆ ਰਹੀ, ਪਰ ਠੀਕ ਉਹਦੇ ਹੈ, ਤੇ ਵੀ ਸਿਆਸਤ ਕੀਤੀ ਜਾ ਰਹੀ ਹੈ। ਜਿੱਦਾਂ ਹਾਂ ਤੁਸੀਂ ਗੱਲ ਕੀਤੀ ਦਿੱਲੀ ਦੇ ਵਿੱਚ, ਅਗਰ ਦਿੱਲੀ ਦੇ ਵਿੱਚ ਜਿਹੜਾ ਹਿੰਦੁਸਤਾਨ ਦਾ ਮੀਡੀਆ, ਭਾਰਤ ਹਾਂਜੀ ਦਾ ਮੀਡੀਆ, ਹਾਂਜੀ, ਉਹਦਾ ਜਿਹੜਾ ਰੋਲ ਹੈ ਪਿਛਲੇ ਕਾਫੀ ਸਮੇਂ ਤੋਂ ਨਾ ਪੱਖੀ ਰਿਹਾ, ਵੀ ਉਹ ਸਿਆਸਤ ਜਿਹੜੀ ਹੈ ਬੜੀ ਉਲਟ ਪੁਲਟ ਕਰ ਰਹੇ ਨੇ, ਔਰ ਆਈਨਾ ਜਿਹੜਾ ਪੂਰਾ ਨਹੀਂ ਲੋਕਾਂ ਨੂੰ ਦਿਖਾਇਆ ਜਾ ਰਿਹਾ, ਇੱਕ ਪੱਖ ਹੀ ਦਿਖਾਇਆ ਜਾਂਦਾ ਹੈ। ਇਹ ਠੀਕ ਗੱਲ ਹੈ, ਕਰ ਰਹੇ ਨੇ ਜਦੋਂ ਦਾ ਮਜਲਿਸ ਜਿਹੜੀ ਹੈਗੀ ਹੈ ਤਲੀਬੀ, ਜਿਹਦੇ ਬਾਰੇ ਮੈਂ ਕੱਲ੍ਹ ਵੀ ਤੁਹਾਨੂੰ ਜ਼ਿਕਰ ਕੀਤਾ ਸੀਗਾ, ਜਿਹਦੇ 'ਚੋਂ 24 ਕੇਸ ਦੱਸੇ ਜਾ ਰਹੇ ਨੇ ਪੋਜ਼ਿਟਿਵ ਨੇ, ਤੇ ਦੋ ਹਾਂਜੀ ਸੌ 80 ਦੇ ਕਰੀਬ ਬਾਹਰੋਂ ਵਿਦੇਸ਼ਾਂ 'ਚੋਂ ਆਏ ਹੋਏ ਲੋਕ ਸੀ, ਤੇ ਬਾਕੀ 1600 ਦੇ ਕਰੀਬ ਜਿਹੜੇ ਨੇ ਹਿੰਦੁਸਤਾਨੀ ਨੇ, ਠੀਕ ਹੈ, ਜਿਹਦੇ 'ਚੋਂ 100 ਦੇ ਕਰੀਬ ਪੰਜਾਬ ਦੇ ਨੇ ਔਰ ਹਿਮਾਚਲ ਦੇ ਨੇ, 16 ਕੁ ਬੰਦੇ, ਤੇ ਏਦਾਂ ਹਰੇਕ ਸਟੇਟ ਦੇ ਨੇ, ਜਿਹਦੇ 'ਚੋਂ ਤਾਮਿਲਨਾਡੂ ਦਾ ਇੱਕ ਬੰਦਾ ਸੀ ਮੌਤ ਹੋ ਗਿਆ। ਬਟ ਇਹਨੂੰ ਬਿਮਾਰ ਜਾਂ ਇਨਸਾਨ ਦੇ ਰੂਪ 'ਚ ਨਹੀਂ ਲਿਆ ਰਿਹਾ, ਇਹਨੂੰ ਲਿਆ ਜਾ ਰਿਹਾ ਇੱਕ ਮੁਸਲਮਾਨ ਦੇ ਤੌਰ ਤੇ, ਇੱਕ ਧਰਮ ਦੇ ਤੌਰ ਤੇ। ਧਰਮਾਂ ਦੇ ਤੁਸੀਂ ਨਾਲ ਜੁੜਿਆ ਪਿਛਲੇ ਜਾ ਰਿਹਾ ਹੈ ਜਿਹੜੀ, ਮੈਂ ਤੁਹਾਨੂੰ ਦੱਸਣਾ CAA NPR ਜਾਂ ਜਿਹੜੇ ਵੀ ਅਮੈਂਡਮੈਂਟ ਐਕਟ ਬਿੱਲ ਲਿਆਂਦੇ ਗਏ ਨੇ, ਉਹਦੇ ਸਿਆਸਤ ਕੀਤੀ ਗਈ ਹੈ। ਉਸਦੀ ਠੀਕ ਹੈ, ਸਿਆਸਤ ਦਾ ਇੱਕ ਰੋਗ ਆਪਾਂ ਨੂੰ ਅਫਗਾਨਿਸਤਾਨ ਦੇ ਵਿੱਚ ਵੇਖਣ ਨੂੰ ਮਿਲਿਆ, ਵੀ 30 ਸਿੱਖਾਂ ਦਾ ਜਿਹੜਾ ਕਤਲ ਹੋਇਆ, ਮਾਸੂਮ ਬੱਚਿਆਂ ਦਾ ਕਤਲ ਹੋਇਆ ਇਹੋ ਜਿਹੇ ਠੀਕ ਹੈ, ਸਮੇਂ ਦੇ ਵਿੱਚ। ਇਹ ਸਾਰੀਆਂ ਤਾਰਾਂ ਇੱਕ ਨਾ ਇੱਕ ਨਾਲ ਕਿਸੇ ਨਾ ਕਿਸੇ ਚੇਨ ਰੂਪ 'ਚ ਜੁੜ ਜਾਂਦੀਆਂ ਨੇ, ਪਰ ਹਾਂਜੀ ਮੈਂ ਇਸ ਚੀਜ਼ ਨੂੰ ਮੰਦਭਾਗਾ ਸਮਝਦਾ, ਕਿਉਂਕਿ ਇੱਕ ਤਾਂ ਦਿੱਲੀ ਦੇ ਵਿੱਚ ਹੋਇਆ, ਕੇਜਰੀਵਾਲ ਸਰਕਾਰ ਪਿੱਛੇ ਹੁਣੇ ਤਾਜੀ ਤਾਜੀ ਜਿੱਤੀ ਹੈ, ਉਹਦੇ ਉੱਤੇ ਇੱਕ ਅਟੈਕ ਕਰਨ ਨੂੰ ਉਹਨਾਂ ਕੋਲ ਇੱਕ ਜ਼ਰੀਆ ਬਣ ਗਿਆ। ਠੀਕ, ਦੂਜਾ ਆਪਣੇ ਆਪ ਨੂੰ ਦੱਸਣ ਲਈ ਵੀ ਇਹ ਲੋਕ, ਇਹ ਧਰਮ ਦੇ ਲੋਕ ਜਿਹੜੇ ਨੇ ਵੀ ਤਾਲਿਬਾਨੀ ਨੇ, ਇਹ ਜਿਹਾਦੀ ਨੇ, ਇਹ ਇੱਦਾਂ ਦਾ ਕੰਮ ਕਰ ਰਹੇ ਨੇ, ਉਹ ਬੰਦਿਆਂ ਨੂੰ ਇੱਕ ਕਿਸਮ ਦਾ ਇਸ ਟਾਈਮ ਟੈਰਿਸਟ ਰੂਪ ਦੇ ਵਿੱਚ, ਜਿਹੜਾ ਆਪਣੇ ਨਾਲ ਬਿਮਾਰੀ ਲੈ ਕੇ ਪ੍ਰਦੇਸ਼ਾਂ ਦੇ ਵਿੱਚ ਫੈਲ ਗਏ ਨੇ, ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿੱਧੇ ਰੂਪ 'ਚ ਭਾਵੇਂ ਉਹਨਾਂ ਨੂੰ ਬਲੇਮ ਨਹੀਂ ਕੀਤਾ ਜਾ ਰਿਹਾ ਜਾਂ ਉਹਨਾਂ ਦੇ ਅਟੈਕ ਨਹੀਂ ਕੀਤਾ ਜਾ ਰਿਹਾ ਵੀ ਉਹ ਇਹ ਚੀਜ਼ ਕਰਨ ਲਈ ਗਏ ਨੇ, ਬਟ ਉਹਨਾਂ ਦੇ ਇੱਕ ਟਾਰਗੇਟ ਕੀਤਾ ਗਿਆ ਮੀਡੀਆ ਦੇ ਵਿੱਚ, ਡਿਬੇਟਾਂ ਦੇ ਵਿੱਚ ਸ਼ਾਹੀਨ ਬਾਗ ਤੋਂ ਲੈ ਕੇ ਸਾਰੀਆਂ ਗੱਲਾਂ ਘੁੰਮਣੀਆਂ ਨੇ ਤੇ ਜਿਹੜੇ ਕੇਜਰੀਵਾਲ ਸਰਕਾਰ ਦੇ ਕੋਲ ਕਿੰਦੀ ਹੈ, ਪਰ ਮੈਂ ਰਾਜਾ ਜੀ ਉਹਨਾਂ ਨੂੰ ਕੱਟਣਾ ਚਾਹੁੰਦਾ। ਜਿਹੜਾ ਆਪਣਾ ਸਵਾਲ ਸੀ ਪੰਜਾਬ ਸਰਕਾਰ ਬਾਰੇ, ਜਿਹੜਾ ਪੱਟਾ ਸਾਹਿਬ ਕਹਿ ਗਿਆ, ਉਹਨਾਂ ਕਿੰਨਾ ਸਹਿਮਤ ਹੈ ਤੁਸੀਂ?
ਬਿਲਕੁਲ ਮੈਂ ਕਰਦਾ ਜੀ, ਜਿਹੜੀ ਸਿਆਸਤ ਧਰਮ ਦੀ ਹੋ ਰਹੀ ਹੈ ਉਹਦੇ ਉੱਤੇ ਮੈਂ ਪਹਿਲੇ ਗੱਲ ਪਾ ਦਿਆਂ। ਤੁਸੀਂ ਦੇਖੋ 10 ਤਰੀਕ ਨੂੰ ਦਿੱਲੀ ਦੇ ਵਿੱਚ ਇਕੱਠ ਹੁੰਦਾ ਇਹਨਾਂ ਦਾ, ਹਾਂਜੀ, ਉਸ ਤੋਂ ਬਾਅਦ ਲੋਕਡਾਊਨ ਹੁੰਦਾ, ਲੋਕ ਸਰਕਾਰਾਂ ਨੂੰ ਪਤਾ ਵੀ ਕੋਰੋਨਾ ਵਾਇਰਸ ਫੈਲਿਆ, ਲੋਕਡਾਊਨ ਦੁਨੀਆਂ ਹੋ ਰਹੀ ਹੈ। ਹਾਂਜੀ ਹਾਂਜੀ, ਉਨੇ ਦਿਨਾਂ ਦੇ ਵਿੱਚ ਕਿਸੇ ਮੰਦਿਰ ਨੇ ਬੰਦ ਹੋਇਆ, ਜਿੰਨੇ ਵੀ ਹਿੰਦੁਸਤਾਨ ਦੇ ਵੱਡੇ ਵੱਡੇ ਮੰਦਿਰ ਨੇ, ਵੱਡੇ ਵੱਡੇ ਸਥਾਨ ਨੇ, ਕੋਈ ਲੋਕਡਾਊਨ ਨਹੀਂ ਹੋਇਆ, ਨਾ ਹੀ ਕਿਸੇ ਮੰਦਿਰ ਨੂੰ ਬੰਦ ਕੀਤਾ। ਮੈਂ ਕਿਸੇ ਸਪੈਸ਼ਲ ਦਾ ਨਾਂ ਨਹੀਂ ਲਾਂਗਾ, ਕਿਸੇ ਵੀ ਧਰਮ ਸਥਾਨ ਨੂੰ ਬੰਦ ਨਹੀਂ ਕੀਤਾ ਗਿਆ, ਤੇ ਉਹ ਆਪਣੇ ਅਗਰ ਧਰਮ ਦੀ ਇਬਾਦਤ ਕਰਨ ਲਈ ਇਕੱਠੇ ਹੋਏ ਨੇ ਜਾਂ ਕਿਸੇ ਪ੍ਰਕਾਰ ਲਈ ਵੀ ਇਕੱਠ ਕੀਤਾ ਗਿਆ, ਉਹਨਾਂ ਦੀ ਉਮਰ ਕਿਉਂ ਕੀਤੀ ਜਾਂਦੀ ਹੈ? ਇਹ ਬੜੀ ਸੋਚਣ ਵਾਲੀ ਗੱਲ ਹੈ। ਨਾਲੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਵੀ ਜਿੱਥੇ ਹੈਗੇ ਉੱਥੇ ਉੱਥੇ ਹੀ ਠਹਿਰ ਜਾਓ, ਕਿਤੇ ਜਾਓ ਨਾ। ਬਿਲਕੁਲ ਹਾਂਜੀ, ਤੁਸੀਂ ਦੇਖੋ ਬੰਗਲਾ ਮਜਰੂ ਕਟਿੱਲਾ ਦੇ ਵਿੱਚ 400 ਦੇ ਕਰੀਬ ਨੌਜਵਾਨ ਫਸੇ ਹੋਏ ਸੀ, ਲੋਕ ਫਸੇ ਹੋਏ ਸੀ, ਜਿਹੜੇ ਬਿਮਾਰੀ ਕਰਕੇ ਉਸ ਜਗ੍ਹਾ ਤੇ ਰੁਕ ਗਏ ਜਾਂ ਇੱਧਰ ਉੱਧਰ ਇਕੱਠੇ ਹੋਏ, ਜਿਹੜੇ ਕਿਤੇ ਬਾਹਰ ਨਹੀਂ ਜਾ ਸਕਦੇ ਸੀ, ਹੁਣ ਉਹ ਗੁਰਦੁਆਰੇ ਦੇ ਨਾਂ ਤੇ ਮੀਡੀਆ ਹਾਈਲਾਈਟ ਕਰਨ ਤੇ ਲੱਗ ਗਿਆ। ਦੇਖੋ ਇਹ ਸਮਾਂ ਧਰਮ ਰਾਜਨੀਤੀ ਕਰਨ ਦਾ ਨਹੀਂ ਹੈ, ਮਨੁੱਖਤਾ ਨੂੰ ਬਚਾਉਣ ਦੀ ਲੋੜ ਹੈ, ਮਨੁੱਖਤਾ ਦੇ ਬਚਾਵ ਲਈ ਕੰਮ ਕਰਨ ਦੀ ਲੋੜ ਹੈ, ਇਹਦੇ ਚ ਪਾਰਟੀ ਪੱਧਰ ਤੋਂ ਉੱਠ ਕੇ ਕੰਮ ਕਰਨ ਦੀ ਲੋੜ ਹੈ। ਗੱਲ ਕਰ ਲਿਆ ਪੰਜਾਬ ਸਰਕਾਰ ਦੀ, ਦੇਖੋ ਮੈਂ ਪਿਛਲੀਆਂ ਡਿਬੇਟਾਂ ਚ ਵੀ ਕਿਤੇ ਨਾ ਕਿਤੇ ਸ਼ਲਾਘਾਯੋਗ ਕਦਮ ਪੰਜਾਬ ਸਰਕਾਰ ਦੇ ਬਹੁਤ ਰਹੇ ਨੇ, ਮੈਂ ਉਹਦੇ ਚ ਉਹਨਾਂ ਨੂੰ ਨਿੰਦ ਨਹੀਂ ਸਕਦਾ। ਅੱਜ ਦੀ ਇੱਕ ਮੈਂ ਵੀਡੀਓ ਸ਼ੇਅਰ ਵੀ ਕੀਤੀ ਆਪਣੇ ਆਈਡੀ ਦੇ ਉੱਤੇ, ਵੀ ਕੈਪਟਨ ਸਾਹਿਬ ਖੁਦ ਆਪਣੇ ਟੋਟਲ ਡੀਸੀਸ ਨੂੰ, SSP ਨੂੰ, ਕਮਿਸ਼ਨਰ ਆਫ ਪੁਲਿਸ ਨੂੰ, ਪੰਜਾਬ ਦੇ ਸਾਰਿਆਂ ਨੂੰ ਮੋਨੀਟਰਿੰਗ ਕਰ ਰਹੇ ਨੇ, ਵੀਡੀਓ ਕਾਲ ਦੇ ਉੱਤੇ ਗੱਲ ਕਰ ਰਹੇ ਨੇ, ਉਹਨਾਂ ਨੂੰ ਪੁੱਛਦੀ ਰਸਦ ਬਾਰੇ ਪੁੱਛਿਆ ਉਹਨਾਂ ਨੇ, ਉਹਨਾਂ ਦਾ ਵੇਰਵਾ ਲਿਆ ਕਿੱਥੇ ਕੀ ਚੀਜ਼ ਹੈ, ਕਿਸੇ ਪ੍ਰਕਾਰ ਦੀ ਲੋੜ ਹੈ, ਉਹਨਾਂ ਨੂੰ ਸਿੱਧੀ ਆਪ ਆਪਣੇ ਅਫੀਸ਼ੀਅਲ ਦੇ ਨਾਲ ਟੱਚ ਦੇ ਵਿੱਚ ਨੇ। ਉਹਨਾਂ ਨੂੰ ਇੱਥੋਂ ਤੱਕ ਕਿਹਾ ਵੀ ਸਰਕਾਰ ਵੱਲੋਂ ਤੁਹਾਨੂੰ ਕਿਸੇ ਚੀਜ਼ ਦੀ ਨੀਡ ਹੈ ਤੇ ਮੈਨੂੰ ਦੱਸੋ। ਜਿਵੇਂ ਲੁਧਿਆਣੇ ਦੀ ਗੱਲ ਕਰਾਂ, ਲੁਧਿਆਣੇ 10 ਲੱਖ ਰੁਪਏ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਲਈ ਰੋਟੀ ਪਾਣੀ ਔਰ ਉਹਨਾਂ ਦੇ ਹੈਲਥ ਵਾਸਤੇ ਭੇਜਿਆ ਵੀ ਤਾਂ ਕਿ ਉਹ 24 ਘੰਟੇ ਡਿਊਟੀ ਕਰ ਰਹੇ ਨੇ, ਇੱਦਾਂ ਹੀ ਹੋਰ ਸਟੇਟ ਸ਼ਹਿਰਾਂ ਦੇ ਵਿੱਚ ਵੀ ਭੇਜਿਆ। ਬਟ ਜਿਹੜੀ ਇੱਕ ਗੱਲ ਤੁਸੀਂ ਹੁਣੇ ਕਿਹਾ ਵੀ ਸਰਪੰਚ ਦੀ ਗੱਲ ਕੀਤੀ ਗਈ ਹੈ, ਇਹ ਵੀ ਬੜਾ ਵੱਡਾ ਫੈਕਟਰ, ਇਹ ਵੀ ਇੱਕ ਬੜਾ ਵੱਡਾ ਫੈਕਟਰ ਹੈ। ਪੰਜਾਬ ਸਰਕਾਰ ਦੇ ਬਹੁਤ ਸਾਰੇ ਅਦਾਰੇ ਜਾਂ ਮੈਂ ਕਹਿ ਲਿਆ ਬਹੁਤ ਸਾਰੇ ਬਿਊਰੋਕਰੇਟ ਜਾਂ ਖਲੜੇ ਐਸੇ ਲੋਕ ਨੇ ਜਿਹੜਾ ਇਹ ਚੀਜ਼ ਨੂੰ ਲਾਈਟਲੀ ਲੈ ਰਹੇ ਨੇ ਔਰ ਇਸ ਟਾਈਮ ਵੀ ਕਰਪਸ਼ਨ ਦਾ ਅੱਡਾ ਬਣਾ ਕੇ ਬੈਠੇ ਨੇ। ਦੇਖੋ ਜਿੰਨਾ ਸਰਕਾਰ ਵੰਡ ਰਹੀ ਹੈ, ਮੈਂ ਹੁਣ ਇਸ ਗੱਲ ਤੇ ਵੀ ਆ ਜਾ, ਸਰਕਾਰ ਵੱਲੋਂ ਬੋਰੀਆਂ 56 ਤੱਕ ਦੇ ਟਾਈਮ ਨੂੰ ਵੇਟ ਵੀ ਕੀਤਾ ਗਿਆ, ਕੈਪਟਨ ਸਾਹਿਬ ਦੀ ਜਦ ਤੱਕ ਫੋਟੋ ਨਹੀਂ ਲੱਗੀ। ਹੁਣ ਜੇ ਮੈਂ ਕੈਪਟਨ ਸਾਹਿਬ ਦੀ ਫੋਟੋ ਕਰਾਂਗਾ ਤੇ ਨਰਿੰਦਰ ਮੋਦੀ ਜੀ ਦੀ ਫੋਟੋ ਆਪਣੀ ਲਗਵਾ ਰਹੇ ਨੇ, ਵੀ ਇਹ ਸਮਾਂ ਰਾਜਨੀਤੀ ਦਾ ਨਹੀਂ ਹੈ। ਰਾਜਨੀਤੀ ਤੋਂ ਗੁਰੇਜ਼ ਕਰਕੇ ਇਹ ਚੀਜ਼ ਨੂੰ ਬੜਾ ਮੁੱਢਲੀ ਢੰਗ ਨਾਲ ਜ਼ਰੂਰਤ ਬਣਾਈ ਜਾਣੀ ਚਾਹੀਦੀ ਹੈ। ਇੱਕ ਤਾਂ ਸਭ ਤੋਂ ਜ਼ਰੂਰੀ ਵੱਡਾ, ਜਿਸ ਹਿਸਾਬ ਨਾਲ ਪੰਜਾਬ 'ਚ ਕੇਸ ਵਧਦੇ ਜਾ ਰਹੇ ਨੇ, ਮੋਹਾਲੀ ਦੇ ਵਿੱਚ 3 ਕੇਸ ਨਵੇਂ ਆ ਗਏ ਨੇ, ਠੀਕ ਹੈ, ਜਿਹਦੇ ਚੋਂ ਠੀਕ ਹੈ ਰਾਜਾ ਜੀ, ਅਸੀਂ ਕੇਸ ਨਵਾਂ ਆ ਗਿਆ, ਵਾਪਸ ਆਉਣੇ ਤੁਹਾਡੇ ਕੋਲ ਬਾਅਦ ਦੇ ਵਿੱਚ ਆਉਂਦੇ ਤੁਹਾਡੇ ਕੋਲ। ਅਸੀਂ ਚੱਲਦੇ ਹਾਂ ਜਗਦੇਵ ਸਿੰਘ ਜੀ ਸੁੱਖੀ ਜੀ ਹੋਣਾ ਕੋਲ, ਕਿਉਂਕਿ ਉਹ ਅਕਾਲੀ ਦਲ ਨਾਲ ਸੰਬੰਧਿਤ ਆ। ਤੁਸੀਂ ਤੁਸੀਂ ਕੀ ਸੋਚਦੇ ਆ, ਜਿਹੜਾ ਜਿਹੜੀ ਆ ਪੰਜਾਬ ਦੇ ਵਿੱਚ ਜੇ ਸਾਰੇ ਦੇਸ਼ ਦੇ ਵਿੱਚ ਵੱਖ ਵੱਖ ਲੀਡਰ ਸਿਆਸਤ ਕਰਦੇ ਹੀ ਆ, ਪੰਜਾਬ ਦੇ ਵਿੱਚ ਜਿਵੇਂ ਸਾਡੇ ਦੋਨੇ ਬੁਲਾਰੇ ਕਹਿ ਕੇ ਗਏ ਆ ਕਿ ਬਹੁਤ ਵਧੀਆ ਕੰਮ ਹੋ ਰਿਹਾ, ਤੁਹਾਡਾ ਕੀ ਨਜ਼ਰੀਆ ਇਹਦੇ? ਰਘਵੀਰ ਸਿੰਘ ਜੀ, ਪਹਿਲਾਂ ਤਾਂ ਮੇਰਾ ਨਾਮ ਕਰੈਕਟ ਕਰ ਲਓ ਜੀ, ਜਗਬੀਰ ਸਿੰਘ ਸੋਖੀ। ਜਗਬੀਰ ਸਿੰਘ, ਮਾਫੀ ਮੰਗਦਾ ਜੀ, ਜਗਬੀਰ ਸਿੰਘ ਸੋਖੀ ਆ ਜੀ। ਦੂਸਰਾ ਮੈਂ ਵੈਲਕਮ ਕਰਨਾ ਚਾਹੁੰਦਾ ਅੱਜ ਸੁਖਵਿੰਦਰ ਸੁੱਖੀ ਜੀ, ਜਿਹੜੇ ਸਾਡੇ ਪੰਜਾਬੀ ਗਾਇਕੀ ਦੇ ਬੜੇ ਨਾਮਵਰ ਹਸਤਾਖਰ ਨੇ, ਠੀਕ ਹੈ, ਤੇ ਮੈਂ ਨਿੱਜੀ ਤੌਰ ਤੇ ਤਾਰੀਫ ਕਰਦਾ ਕਿਉਂਕਿ ਇਹਨਾਂ ਨੇ ਸਿਰਫ ਤੇ ਸਿਰਫ ਸਾਫ ਸੁਥਰੇ ਸੱਭਿਆਚਾਰ ਨੂੰ ਹੀ ਪ੍ਰਫੁੱਲਿਤ ਕੀਤਾ, ਅੱਜ ਦੇ ਸਮੇਂ ਦੇ ਵਹਿਣ ਚ ਨਹੀਂ ਵਹੇ, ਠੀਕ ਹੈ, ਪੰਜਾਬੀ ਬੋਲੀ ਸਾਂਭ ਕੇ ਰੱਖਿਆ, ਮੈਂ ਇਹਨਾਂ ਨੂੰ ਜੀ ਆਇਆਂ ਨੂੰ ਕਹਿਣਾ। ਥੈਂਕ ਯੂ ਸੁੱਖੀ ਜੀ, ਥੈਂਕ ਯੂ। ਜਿਹੜਾ ਤੁਹਾਡਾ ਸਵਾਲ ਹੈ ਜੀ, ਦੇਖੋ ਇੱਕ ਗੱਲ ਬੜੀ ਸਪਸ਼ਟ ਹੈ, ਅੱਜ ਦਾ ਜੇ ਤੁਸੀਂ ਸਾਡੇ ਸਾਡੇ ਇੰਡੀਅਨ ਨਿਊਜ਼ ਪੇਪਰ ਦੀ ਹੈਡਲਾਈਨ ਦੇਖੀਆਂ ਹੋਣ, ਜਿਹੜਾ ਉਹ ਨਿਜ਼ਾਮੂਦੀਨ ਵਾਲਾ ਮੈਟਰ ਹੋਇਆ, ਉਹਦੇ ਉੱਤੇ ਕੇਂਦਰ ਸਰਕਾਰ ਨੇ ਬੜਾ ਸਪਸ਼ਟ ਕਿਹਾ ਦਿੱਲੀ ਸਰਕਾਰ ਨੂੰ ਵੀ ਤੇ ਬਾਕੀ ਮੀਡੀਆ ਨੂੰ ਵੀ,
ਕਿ ਇਹ ਸਮਾਂ ਦੋਸ਼ ਤੁਹਾਡੀ ਦੋਸ਼ ਲਾਉਣ ਦਾ ਨਹੀਂ, ਠੀਕ ਹੈ, ਇਹ ਸਮਾਂ ਇੱਕ ਦੂਜੇ ਦੇ ਨੁਕਸ ਕੱਢਣ ਦਾ ਨਹੀਂ, ਠੀਕ ਹੈ, ਇਹ ਸਮਾਂ ਆ ਕਿ ਰਲ ਮਿਲ ਕੇ ਅਸੀਂ ਜਿਹੜੀ ਆ ਵੱਡੀ ਮਹਾਮਾਰੀ ਫੈਲੀ ਆ ਇਹਦਾ ਮੁਕਾਬਲਾ ਕਿਵੇਂ ਕਰ ਸਕਦੇ ਹਾਂ। ਠੀਕ ਹੈ, ਜਦੋਂ ਵੀ ਕੋਈ ਬੰਦਾ ਕੰਮ ਕਰੂਗਾ ਨਾ ਰਘਵੀਰ ਸਿੰਘ ਜੀ, ਉਹ ਕੁਛ ਨਾ ਕੁਛ ਗਲਤੀਆਂ ਹੋਣਗੀਆਂ। ਠੀਕ ਹੈ, ਜੇ ਮੈਂ ਕੰਮ ਕਰੂੰਗਾ ਮੇਰਾ ਕੰਮ ਕਰਨ ਦਾ ਆਪਣਾ ਤਰੀਕਾ, ਤੁਸੀਂ ਕਰੋਗੇ ਤੁਹਾਡਾ ਆਪਣਾ, ਰਾਜਾ ਜੀ ਕਰਨਗੇ ਇਹਨਾਂ ਦਾ ਆਪਣਾ, ਹੋ ਸਕਦਾ ਹਾਂਜੀ ਹਾਂਜੀ ਉਹ ਵਿਚਾਰਕ ਮਤਭੇਦ ਹੋ ਸਕਦੇ ਆ। ਹਾਂਜੀ ਹਾਂਜੀ ਅੱਜ ਦੇ ਸਮੇਂ ਚ ਅਸੀਂ ਸਾਰੂ ਸਲਾਹ ਦਈਏ ਤਾਂ ਸਾਨੂੰ ਆਉਣ ਵਾਲੀਆਂ ਜਨਰੇਸ਼ਨ ਇਹ ਗੱਲ ਕਹਿਣਗੀਆਂ ਕਿ ਇਸ ਵੇਲੇ ਦੇ ਸਾਡੇ ਇਹਨਾਂ ਨੁਮਾਇੰਦਿਆਂ ਨੇ ਸਹੀ ਕੰਮ ਕੀਤੇ। ਦੇਖੋ ਮੈਂ ਕੱਲ ਵੀ ਕਿਹਾ ਸੀ, ਸਾਡੀ ਪੰਜਾਬ ਪੁਲਿਸ, ਸਾਡੇ ਡਾਕਟਰ, ਸਾਡੇ ਪੈਰਾਮੈਡੀਕਲ ਦੇ ਸਾਡੇ ਸਾਰੇ ਮੁਲਾਜ਼ਮ, ਸਾਡੇ ਨਗਰ ਨਿਗਮ ਦੇ, ਮੈਂ ਤੁਹਾਨੂੰ ਅੱਜ ਇੱਕ ਨਾਂ ਲੈ ਕੇ ਤਾਰੀਫ ਕਰਨੀ ਚਾਹੁੰਦਾ ਤੇ ਦੱਸਣਾ ਵੀ ਚਾਹੁੰਦਾ, ਸਾਡੇ ਨਗਰ ਨਿਗਮ ਲੁਧਿਆਣਾ ਦੇ ਸਾਡੇ ਸੈਕਟਰੀ ਨੇ ਸਰਦਾਰ ਜਸਦੇਵ ਸਿੰਘ ਸੇਖੋਂ, ਠੀਕ ਹੈ, ਉਹ 32 ਲਗਾਤਾਰ ਜਿਸ ਦਿਨ ਤੋਂ ਲੈ ਕੇ ਆਪਣੀ ਇਹ ਕੋਰੋਨਾ ਵਾਇਰਸ ਸ਼ੁਰੂ ਹੋਈ ਹੈ, ਹਾਂਜੀ, ਸਾਡੇ ਸੈਨੇਟਰੀ ਦੇ ਉਹ ਇੰਚਾਰਜ ਨੇ, ਹੈਡ ਨੇ, ਠੀਕ ਹੈ, ਔਰ ਉਹ ਬਿਲਕੁਲ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਜਿਸ ਵੀ ਘਰ ਚ ਕੋਰੋਨਾ ਮਰੀਜ਼ ਪਾਇਆ ਗਿਆ ਉੱਥੇ ਜਾ ਕੇ ਉਹਨਾਂ ਨੇ ਸੈਨੇਟਾਈਜ਼ ਕੀਤਾ, ਠੀਕ ਹੈ, ਕਰੀਬ ਅੱਧੇ ਸ਼ਹਿਰ ਨੂੰ ਆਪਣੇ ਤੌਰ ਤੇ ਉਹ ਆਪਣੇ ਵੱਲੋਂ ਹੈਲਪ ਕਰਕੇ ਆਪਣੇ ਕਿਸੇ ਦੋਸਤ ਕੋਲੋਂ ਇੱਕ ਵਧੀਆ ਮਸ਼ੀਨ ਲਈ ਜਿਹਦੇ ਨਾਲ ਉਹ ਸੈਨੇਟਾਈਜ਼ ਕਰ ਰਹੇ ਆ। ਸੋ ਮੈਂ ਇਹ ਕਹਿਣਾ ਚਾਹੁੰਦਾ ਚਾਹੇ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਚਾਹੇ ਅਸੀਂ ਵਿਰੋਧੀ ਰੋਲ ਨਿਭਾ ਰਹੇ ਹਾਂ, ਅੱਜ ਅਸੀਂ ਕੰਟਰੋਵਰਸੀ ਨਾ ਕਰੀਏ। ਓਕੇ, ਜੇ ਕਿਤੇ ਸੁਝਾਅ ਦੇਣਾ ਬਣਦਾ ਅਸੀਂ ਸੁਝਾਅ ਜ਼ਰੂਰ ਦੇ ਰਹੇ ਹਾਂ, ਪਰ ਕੰਮ ਸਾਰਿਆਂ ਦਾ ਸਹੀ ਹੋਣਾ ਚਾਹੀਦਾ, ਸਹੀ ਹੋ ਰਿਹਾ। ਸਿਰਫ ਦੇਖੋ ਇੱਕ ਗੱਲ ਹੈ, ਜਿੱਥੇ ਆ ਕੇ ਲੋੜ, ਮੈਂ ਇੱਕ ਬੇਨਤੀ ਕਰ ਦਵਾਂ, ਜਿੱਥੇ ਕੱਲ ਵੀ ਮੈਂ ਕਹੀ ਸੀ ਗੱਲ, ਜਿੱਥੇ ਆ ਕੇ ਸਾਡੇ ਮਜ਼ਦੂਰ ਭਰਾਵਾਂ ਨੂੰ ਉਹਨਾਂ ਦੀ ਅੱਜ ਰੋਜ਼ੀ ਦਾ ਸਵਾਲ ਹੈ, ਰੋਟੀ ਦਾ ਸਵਾਲ ਹੈ, ਉਹਦੇ ਲਈ ਜ਼ਰੂਰ ਜਿਹੜੀ ਸਰਕਾਰੀ ਮਦਦ ਹੈ ਉਹ ਬਗੈਰ ਕਿਸੇ ਪੱਖਪਾਤ ਤੋਂ, ਇਹ ਨਾ ਕੀਤਾ ਜਾਵੇ ਕਿ ਕਾਂਗਰਸ ਵਾਲੇ ਵੀਰਾਂ ਨੂੰ ਪਹਿਲਾਂ ਮਿਲੇ ਜਾਂ ਉਹਨਾਂ ਦੀਆਂ ਵੋਟਾਂ ਪਹਿਲਾਂ ਪ੍ਰੋਟੈਕਟ ਹੋਣ, ਬਾਕੀਆਂ ਨੂੰ ਬਾਅਦ ਚ ਦੇਖਿਆ ਜਾਵੇ। ਪਲੀਜ਼ ਉਸ ਗੱਲ ਨੂੰ ਪਾਸੇ ਛੱਡ ਕੇ ਅੱਜ ਮਾਨਵਤਾ ਦੀ ਸੇਵਾ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ ਜੀ। ਮੈਂ ਇਸ ਗੱਲ ਦੇ ਉੱਤੇ ਇੱਕ ਗੱਲ ਐਡ ਕਰਨਾ ਚਾਹੁੰਦਾ ਰਘਵੀਰ ਜੀ, ਸੋਖੀ ਸਾਹਿਬ ਦੀ ਗੱਲ ਨਾਲ ਮੈਂ ਨਾਲੋਂ ਸਹਿਮਤ ਵੀ ਹਾਂ ਵੀ ਇਸ ਟਾਈਮ ਮਨੁੱਖ ਸੇਵਾ ਦੇ ਉੱਤੇ ਸਰਕਾਰ ਤੇ ਸਰਕਾਰੀ ਬੰਦਿਆਂ ਨੂੰ ਵੀ ਨਿਰਪੱਖ ਭਾਵ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਇਹਦੇ ਚ ਜੋੜਦੇ ਹਾਂ ਲੁਧਿਆਣਾ ਯੂਥ ਅਕਾਲੀ ਦਲ ਦੇ ਗੁਰਦੀਪ ਸਿੰਘ ਗੋਸ਼ਾ ਜੋ ਕਾਫੀ ਦਿਨਾਂ ਤੋਂ ਸੇਵਾ ਕਰ ਰਹੇ ਨੇ, ਚਾਹੇ ਉਹਨਾਂ ਦੀ ਮਨਸ਼ਾ ਸਰਕਾਰ ਦੀ ਰਹੀ ਹੋਵੇ, ਆਪਣੇ ਆਪ ਨੂੰ ਲਾਈਮ ਲਾਈਟ ਚ ਲਿਆਂਦੀ ਹੋਈ ਹੋਵੇ, ਜੋ ਲੋਕਾਂ ਦੀ ਮਾਨਸਿਕਤਾ ਹੈ, ਲੋਕਾਂ ਦੇ ਵਿਊਜ਼ ਨੇ, ਪਰ ਅੱਜ ਉਹਨਾਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਦੇ ਕੋਲ ਪਾਸ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਥਾਣੇ ਗੇ ਲਿਜਾਇਆ ਗਿਆ, ਲੁਧਿਆਣ ਤੋਂ ਬਾਅਦ ਜਦੋਂ ਉਹਨਾਂ ਨੇ ਆਪਣੇ ਕਰਫਿਊ ਪਾਸ ਸੇਵਾ ਵੀ ਕਰਨ ਦੇ ਮਕਸਦ ਦੱਸੇ ਫਿਰ ਛੱਡਿਆ ਗਿਆ, ਤੇ ਕਿਤੇ ਨਾ ਕਿਤੇ ਕਿਸੇ ਨਾ ਪ੍ਰਕਾਰ ਦੀ ਰਾਜਨੀਤੀ ਜ਼ਰੂਰ ਹੋ ਰਹੀ ਹੈ। ਜਿੱਦਾਂ ਕੱਲ ਦਾ ਵਿਸ਼ਾ ਹੈ ਵੀ ਹਾਂਜੀ ਐਨਆਰਆਈਆਂ ਨੂੰ ਬਦਨਾਮ ਕੀਤਾ ਗਿਆ, ਇੱਕ ਆਪਾਂ ਸੁਖਵਿੰਦਰ ਜੀ ਕੋਲ ਚੱਲਦੇ ਹਾਂ, ਉਹ ਕਿਉਂਕਿ ਸੁਖਵਿੰਦਰ ਸਿੰਘ ਜੀ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ ਆਵਾਜ਼ੇ ਕੌਮ ਤੇ, ਪਹਿਲੀ ਵਾਰੀ ਤੁਸੀਂ ਸਾਡੇ ਚੈਨਲ ਤੇ ਆਏ ਹਾਂ। ਗੱਲ ਇਹ ਆ ਕਿ ਤੁਸੀਂ ਵੀ ਗਾਇਕਿਆਂ ਤੇ ਚਾਹੇ ਕੋਈ ਵੀ ਮਤਲਬ ਜਿਹੜਾ ਕਮਿਊਨਿਟੀ ਦਾ ਕੋਈ ਵੀ ਵਿੰਗ ਹੋਵੇ, ਕੋਈ ਵੀ ਪੱਖ ਹੋਵੇ, ਕੋਈ ਵੀ ਬੰਦਾ ਹੋਵੇ ਜਿਹਦੇ ਕੋਈ ਟੈਲੈਂਟ ਆ, ਤਾਂ ਉਹਨੂੰ ਕੌਮ ਨੂੰ ਜਾਂ ਉਹਨੂੰ ਦੁਨੀਆਂ ਨੂੰ ਕੁਝ ਨਾ ਕੁਝ ਚੰਗਾ ਦੇਣਾ ਚਾਹੀਦਾ। ਪਰ ਜਿੱਥੇ ਅਸੀਂ ਮਤਲਬ ਸਾਡਾ ਜਿਹੜਾ ਵਿਸ਼ਾ ਅੱਜ ਵੈਸੇ ਇਹ ਨਹੀਂ ਸੀਗਾ, ਪਰ ਅਸੀਂ ਤੁਸੀਂ ਆਏ ਕਰਕੇ ਤੁਹਾਨੂੰ ਇਹ ਸਵਾਲ ਕਰ ਰਹੇ ਹਾਂ ਕਿ ਸਿੱਧੂ ਮੂਸੇਵਾਲਾ ਉਹ ਵੀ ਗਾਇਕ ਆ ਤੇ ਤੁਸੀਂ ਵੀ ਗਾਇਕ ਆ ਤੇ ਹੋਰ ਵੀ ਬਹੁਤ ਸਾਰੇ ਗਾਇਕ ਆ ਜਿਹਨਾਂ ਨੂੰ ਲੋਕੀ ਬਹੁਤ ਪਸੰਦ ਕਰਦੇ ਆ, ਪਰ ਇਹ ਕਿਉਂ ਹੁੰਦਾ ਕਿ ਹਰੇਕ ਵਾਰੀ ਕੰਟਰੋਵਰਸਲ ਗੱਲ ਕਰਨੀ ਜਾਂ ਆਪਣੇ ਆਪ ਨੂੰ ਆਪਣੀ ਟੀ ਆਰ ਪੀ ਵਧਾਉਣ ਲਈ ਜਿਹੜੀ ਕੌਮ ਆ ਜਾਂ ਕਮਿਊਨਿਟੀ ਆ ਉਹਨੂੰ ਵੀ ਬਲਦੀ ਦੇ ਬੂਥੇ ਵਿੱਚ ਦੇ ਦੇਣਾ? ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜੋ ਉਹਨਾਂ ਨੇ ਸਿੱਧੂ ਮੂਸੇਵਾਲੇ ਨੇ ਹੁਣ ਇਟਲੀ ਦੇ ਸੰਬੰਧ ਦੇ ਵਿੱਚ ਗੀਤ ਗਾਇਆ?
ਸਭ ਤੋਂ ਪਹਿਲਾਂ ਰਾਜੀਵ ਜੀ ਤੁਹਾਨੂੰ ਵੀ ਤੇ ਸਾਰੇ ਸਾਡੇ ਜਿਹੜੇ ਅੱਜ ਇਸ ਚਰਚਾ ਵਿੱਚ ਸ਼ਾਮਿਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਦੇਖੋ ਜੋ ਅੱਜ ਦਾ ਜਿਵੇਂ ਆਪਾਂ ਪਹਿਲਾਂ ਸਾਰਿਆਂ ਦੇ ਵਿਚਾਰ ਸੁਣੇ ਨੇ, ਜਿਹੜਾ ਅੱਜ ਦਾ ਸਮਾਂ ਸਾਨੂੰ ਇੱਕ ਦੂਜੇ ਨਾਲ ਮੁੰਡੇ ਨਾਲ ਮੁੰਡਾ ਜੋੜ ਕੇ ਕੰਮ ਕਰਨ ਦੀ ਲੋੜ ਹੈ। ਇੱਕ ਦੂਜੇ ਦੇ ਹੱਥ ਫੜਨ ਦਾ ਮਤਲਬ ਇਹ ਨਹੀਂ ਵੀ ਹੱਥ ਫੜ ਕੇ ਤੁਰਨਾ, ਇੱਕ ਦੂਜੇ ਦੀ ਮਦਦ ਕਰਨ ਦੀ ਲੋੜ ਹੈ, ਇੱਕ ਦੂਜੇ ਨੂੰ ਸਮਝਾਉਣ ਦੀ ਲੋੜ ਹੈ, ਜਿਹੜੀ ਅਸਲੀਅਤ ਜੋ ਹੈਗੀ ਆ ਉਹ ਅੱਗੇ ਲਿਆਉਣ ਦੀ ਲੋੜ ਹੈ। ਜਿੱਥੇ ਤੱਕ ਸਾਡੇ ਕਲਾਕਾਰਾਂ ਦਾ ਸਵਾਲ ਹੈ, ਕਈ ਵਾਰੀ ਹੁੰਦਾ ਵੀ ਅਸੀਂ ਜਿੱਦਾਂ ਦੀ ਪਾਪੂਲੈਰਿਟੀ ਸਾਨੂੰ ਜਿਸ ਤਰੀਕੇ ਨਾਲ ਮਿਲਦੀ ਹੈ ਅਸੀਂ ਉਹਨੂੰ ਉਸ ਤਰੀਕੇ ਦੇ ਨਾਲ ਹੀ ਮੇਨਟੇਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਮਾਰਕੀਟ 'ਚ ਆਏ ਹਾਂ, ਚੰਗੀਆਂ ਚੀਜ਼ਾਂ ਗਾਈਆਂ ਨੇ ਸਾਡੇ ਪੁਰਾਣੇ ਸਿੰਗਰਾਂ ਨੇ, ਅਸੀਂ ਵੀ ਲੋਕਾਂ ਨੂੰ ਇੰਟਰਟੇਨ ਵੀ ਕਰਦੇ ਹਾਂ, ਕੋਈ ਨਸੀਹਤ ਵੀ ਦਿੰਦੇ ਹਾਂ, ਜਿਹਦੇ ਨਾਲ ਏਦਾਂ ਦੇ ਗੀਤ ਗਾਉਂਦੇ ਹਾਂ ਜਿਹਦੇ ਨਾਲ ਸਾਡਾ ਪੰਜਾਬੀ ਕਲਚਰ ਵੀ ਪ੍ਰਫੁੱਲਿਤ ਹੁੰਦਾ ਤੇ ਲੋਕਾਂ ਦਾ ਹੈਲਦੀ ਮਨੋਰੰਜਨ ਵੀ ਹੁੰਦਾ। ਪਰ ਜਿਹੜੇ ਅੱਜ ਕੱਲ੍ਹ ਦੀ ਮੈਂ ਨਾਂ ਨਹੀਂ ਕਿਸੇ ਦਾ ਲੈਣਾ ਚਾਹੁੰਦਾ, ਜਿਹੜੀ ਅੱਜ ਕੱਲ੍ਹ ਦੇ ਗਾਇਕ ਨੇ ਮਤਲਬ ਉਹ ਪਦੈਸ਼ੇ ਕੰਟਰੋਵਰਸੀ ਦੇ ਨੇ, ਵੀ ਉਹ ਕੰਟਰੋਵਰਸੀ ਕਰਕੇ ਹੀ ਅੱਜ ਉਸ ਤੇ ਵੀ ਕੰਟਰੋਵਰਸੀ ਕਰਦੇ ਨੇ, ਸੋਸ਼ਲ ਮੀਡੀਆ ਤੇ ਵੀ ਕੰਟਰੋਵਰਸੀ ਕਰਦੇ ਨੇ, ਟੀਵੀ ਤੇ ਵੀ ਕੰਟਰੋਵਰਸੀ ਕਰਦੇ ਨੇ, ਉਹ ਉਹਨੂੰ ਗਾਲਾਂ ਵੀ ਕੱਢਦੇ ਨੇ, ਜਿਹੜੇ ਇੱਕ ਪੋਲੀਟੀਕਲ ਲੀਡਰ ਵੀ ਉਸ ਲੈਵਲ ਤੱਕ ਗਿਰ ਕੇ ਗੱਲ ਨਹੀਂ ਕਰਦੇ ਜਿੰਨੇ ਲੈਵਲ ਤੱਕ ਗਿਰ ਕੇ ਮਤਲਬ ਅੱਜ ਦੇ ਸਾਡੇ ਕਲਾਕਾਰ ਕਰਦੇ ਨੇ। ਤੇ ਹੁਣ ਜੇ ਇਹ ਕੋਰੋਨਾ ਦਾ ਮੁੱਦਾ ਆਇਆ, ਇਹਦੀ ਜ਼ਰੂਰਤ ਇਹ ਸੀ ਵੀ ਅਸੀਂ ਆਪਦੇ ਗੀਤਾਂ ਨੂੰ ਲੋਕਾਂ ਨੂੰ ਕੀ ਸੇਧ ਦਈਏ ਵੀ ਤੁਸੀਂ ਸ਼ਹਿਰ ਚ ਨਾ ਜਾਓ, ਤੁਸੀਂ ਜਿਹੜੀ ਲੋਕਡਾਊਨ ਹੋਇਆ ਉਹਦੀ ਪਾਲਣਾ ਕਰੋ, ਤੁਸੀਂ ਹੱਥ ਧੋਵੋ। ਮੈਂ ਉਦਾਂ ਦਾ ਛੋਟਾ ਜਿਹਾ ਗੀਤ ਗਾ ਕੇ ਪਾਇਆ ਵੀ ਸੀਗਾ ਇੱਕ, ਵੀ ਅਸੀਂ ਜਿਹੜਾ ਸਾਡਾ ਡਾਕਟਰ ਨੇ, ਪੁਲਿਸ ਨੇ, ਸਾਡੇ ਪੈਰਾਮੈਡੀਕਲ ਸਟਾਫ ਆ, ਅਸੀਂ ਉਹਨਾਂ ਦੀ ਮਦਦ ਕਰੀਏ, ਉਹਨਾਂ ਦੇ ਕੰਮ ਚ ਅੜਚਣ ਨਾ ਪੈਦਾ ਕਰੀਏ। ਸਾਡਾ ਫਰਜ਼ ਤਾਂ ਇਹ ਬਣਦਾ ਸੀ ਲੋਕਾਂ ਨੂੰ ਅਵੇਅਰ ਕਰਨ ਦਾ, ਕਿਉਂਕਿ ਅਸੀਂ ਲੋਕਾਂ ਨੂੰ, ਕਿਉਂਕਿ ਜਿਹੜਾ ਕਲਾਕਾਰ ਹੁੰਦਾ ਇੱਕ ਲੀਡਰ ਹੁੰਦਾ, ਉਹਦੇ ਮੋਢਿਆਂ ਤੇ ਸਮਾਜ ਦਾ ਭਾਰ ਹੁੰਦਾ, ਜੋ ਸਮਾਜ ਚ ਗਲਤ ਵਾਪਰਦਾ ਉਹਨੂੰ ਉਹ ਲੋਕਾਂ ਦੇ ਅੱਗੇ ਰੱਖਣਾ ਚਾਹੀਦਾ, ਜੋ ਗਲਤ ਹੁੰਦਾ ਸੀ ਅਸੀਂ ਉਹ ਲੋਕਾਂ ਦੇ ਅੱਗੇ ਰੱਖਦੇ। ਅਸੀਂ ਆਪਦੀ ਚੀਫ ਪਾਪੂਲੈਰਿਟੀ, ਇੱਕ ਬੰਦਾ ਹਾਲੇ ਕੋਈ NRI ਵੀ ਨਹੀਂ, ਉਹ ਪੰਜਾਬ ਦਾ ਵਾਸੀ ਸੀ ਬਲਦੇਵ ਸਿੰਘ ਜਿਹੜਾ ਬਾਹਰੋਂ ਆਇਆ ਸੀਗਾ, ਅਸੀਂ ਉਹਨੂੰ ਕਿਸ ਤਰੀਕੇ ਨਾਲ ਐਸਾ ਭੂਤ ਬਣਾ ਕੇ ਕੋਰੋਨਾ ਦਾ ਪੇਸ਼। ਹਾਂਜੀ, ਹੈਲੋ, ਆਵਾਜ਼ ਰੁਕ ਗਈ ਜੀ, ਆਵਾਜ਼ ਮਿਊਟ ਹੋ ਗਈ ਹੈ ਤੁਹਾਡਾ, ਮੇਰੇ ਖਿਆਲ ਬਟਨ ਦੱਬਿਆ ਗਿਆ ਉਹਨਾਂ ਦਾ ਮਿਊਟ। ਦੁਬਾਰਾ ਜੁੜ ਜਾਂਦੇ ਨੇ, ਆਪਣੇ ਆਪ ਟੈਕਨੀਕਲ ਹੋ ਸਕਦਾ ਕਿਤੇ ਪ੍ਰੋਬਲਮ ਆ ਗਈ। ਬੜੀ ਜੀ, ਮੇਰੇ ਜਗਵੀਰ ਸਿੰਘ ਸੁੱਖੀ ਵੀਰ ਵੀ ਬੈਠੇ ਨੇ, ਕੁਲਦੀਪ ਸਿੰਘ ਪੱਟਾ ਜੀ ਵੀ ਬੈਠੇ ਨੇ, ਸੁਖਵਿੰਦਰ ਸੁੱਖੀ ਜੀ, ਮੈਂ ਆ ਗਏ ਜੀ ਸੁੱਖੀ ਵੀਰ ਜੀ ਦੁਬਾਰਾ ਉਹਨਾਂ ਦਾ। ਹਾਂਜੀ ਸੁੱਖੀ ਜੀ, ਕਰੋ ਗੱਲ, ਜਿੱਥੋਂ ਆਪਾਂ ਛੱਡੀ ਸੀ ਗੱਲ ਉੱਥੋਂ ਕਰ ਸਕਦੇ ਤੁਸੀਂ। ਹਾਂਜੀ, ਆਉਂਦੀ ਆਵਾਜ਼? ਹਾਂਜੀ ਰਾਜਾ ਜੀ, ਤੁਸੀਂ ਗੱਲ ਕਰੋ, ਮੇਰੇ ਖਿਆਲ ਉਹਨਾਂ ਨੂੰ ਹਾਲੇ ਵੀ ਆਵਾਜ਼ ਨਹੀਂ ਆ ਰਹੀ। ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸੁੱਖੀ ਵੀਰ ਦਾ, ਵੀ ਮੈਂ ਸੁੱਖੀ ਵੀਰ ਨੂੰ ਜਦੋਂ ਮੈਂ ਗੱਲ ਦਾ ਜ਼ਿਕਰ ਕੀਤਾ ਵੀ ਇਸ ਟਾਈਮ ਤਾਂ ਇੱਕ ਆਈਡੀਓਲੋਜੀ ਹੁੰਦੀ ਹੈ, ਅਸਲੀ ਜਿਵੇਂ ਸਿੰਗਰ ਨੇ ਢਾਡੀ ਵਾਰਾਂ ਸੁਣ ਸੁਣ ਕੇ, ਜਿਉਂਦਾ ਮੋੜ ਸੁਣ ਸੁਣ ਕੇ, ਹੋਰ ਆਪਣੇ ਇਤਿਹਾਸਿਕ ਬੜੇ ਰੋਬਿਨ ਹੁੱਡ ਹੋਏ ਨੇ ਉਹਨਾਂ ਦੀਆਂ ਗਥਾਵਾਂ ਸੁਣ ਸੁਣ ਕੇ, ਲੋਕ ਗੀਤਾਂ ਨੂੰ ਸੁਣ ਸੁਣ ਕੇ ਅਸੀਂ ਵੀ ਵੱਡੇ ਹੋਏ, ਬੜਾ ਇੱਕ ਸਪਿਰਿਟ ਮਿਲਦੀ ਆਪਣੇ ਅੰਦਰ ਵੀ, ਇੱਕ ਐਨਰਜੀ ਮਿਲਦੀ ਹੈ ਸੱਭਿਆਚਾਰ ਨਾਲ ਜੁੜੇ ਰਹਿਣ। ਬਟ ਬਿਲਕੁਲ ਸੁੱਖੀ ਵੀਰ ਦੀ ਇਹ ਗੱਲ ਕਹਾਵਤ ਸੱਚੀ ਹੈ ਵੀ ਅੱਜ ਦੇ ਯੂਥ ਨੂੰ ਇਹਨਾਂ ਨੇ ਇੱਕ ਐਸੇ ਮੋੜ ਤੇ ਲਿਆ ਕੇ ਖੜਾ ਕਰਤਾ ਹੈ, ਨੋ ਅੱਗੇ ਜਾਣ ਜੋਗਾ ਨਾ ਪਿੱਛੇ ਜਾਣ ਜੋਗਾ। ਤੁਸੀਂ ਦੇਖੋ ਇਹਨਾਂ ਦੇ ਕੰਟਰੋਵਰਸੀਆਂ ਕਰ ਕਰਕੇ ਹੀ ਪੈਦਾਇਸ਼ ਨੇ, ਬਿਲਕੁਲ ਸੁੱਖੀ ਵੀਰ ਦੀ ਗੱਲ ਬਿਲਕੁਲ ਦਰੁਸਤ ਹੈ ਵੀ ਇਹ ਕੰਟਰੋਵਰਸੀ ਦੀ ਪੈਦਾਇਸ਼ ਨੇ, ਕੰਟਰੋਵਰਸੀਆਂ ਕਰ ਕਰਕੇ ਹਿੱਟ ਹੁੰਦੇ ਨੇ, ਇੱਕ ਦੂਜੇ ਨੂੰ ਉਂਗਲਬਾਜ਼ੀ ਕਰਦੇ ਨੇ, ਜਿੱਦਾਂ ਕਿ ਪਿਛਲੇ ਸਮੇਂ 'ਚ ਵੀ ਹੋਇਆ, ਇੱਕ ਸਿੰਗਰ ਕਨੇਡਾ ਬਾਹਰੋਂ ਮੁਲਕ ਤੋਂ ਆ ਕੇ ਇੱਥੇ ਮੋਹਾਲੀ ਆ ਗਿਆ, ਇੱਕ ਦੂਜੇ ਨਾਲ ਲੜਨ ਭਿੜਨ ਦੀਆਂ ਗੱਲਾਂ, ਔਰ ਇਹੀ ਗੱਲਾਂ ਯੂਥ ਨੂੰ ਦੇ ਰਹੇ ਨੇ, ਯੂਥ ਇਹਨਾਂ ਦੀਆਂ ਗੱਲਾਂ ਸਵਾਦ ਲੈ ਲਿਆ ਕਿ ਸੁਣਦਾ ਤੇ ਕੰਟਰੋਵਰਸੀ ਖੜੀ ਹੁੰਦੀ ਹੈ। ਇਹਦੇ ਨਾਲ ਜਿਹੜੀ ਇਹ ਹਰਕਤ ਕੀਤੀ ਹੈ NRI ਨੂੰ ਬਦਨਾਮ ਕਰਨ ਦੀ, ਦੇਖੋ ਜਦ ਕਿ ਬਲਦੇਵ ਸਿੰਘ NRI ਨਹੀਂ ਹੈ,
ਉਹ ਪੰਜਾਬ ਸਟੇਟ ਤੋਂ ਬਾਹਰ ਵਿਦੇਸ਼ ਦੀ ਧਰਤੀ ਗਿਆ, ਘੁੰਮ ਕੇ ਆਇਆ, ਘੁੰਮ ਕੇ ਆਉਣ ਤੋਂ ਬਾਅਦ ਉਹਦੇ ਕਰਕੇ ਜਾਂ ਕੋਈ ਵੀ ਦਿੱਕਤ ਆਈ ਹੈ, ਬਟ ਇਹਨਾਂ ਨੇ ਉਹਨੂੰ ਟਾਰਗੇਟ ਕਰਕੇ ਨਹੀਂ ਇਟਲੀ ਨੂੰ ਟਾਰਗੇਟ ਕੀਤਾ, ਜਦਕਿ ਮੈਨੂੰ ਪਤਾ ਲੱਗਿਆ ਵੀ ਸਿੱਧੂ ਮੂਸੇਵਾਲਾ ਆਲਰੇਡੀ ਹੁਣ ਆਪ ਇਟਲੀ 20-25 ਦਿਨ ਲਗਾ ਕੇ ਆਇਆ ਜਨਵਰੀ ਕੇ ਫਰਵਰੀ ਦੇ ਵਿੱਚ, ਉੱਥੋਂ ਮੋਟੇ ਰੋਡ ਸਿੰਗਿੰਗ ਕਰਕੇ ਹੀ ਆਪਣੇ ਇਕੱਠੇ ਕਰਕੇ ਲਿਆ। ਹਾਂਜੀ ਚਲੋ, ਅਸੀਂ ਕਿਉਂਕਿ ਅੱਜ ਅੱਜ ਆਪਣੇ ਟੀਚਰ ਨੂੰ ਵੀ ਅੱਜ ਜਿਹੜਾ ਆਪਣੇ ਆਪਣੇ ਵਿਸ਼ੇ ਦੇ ਰਹੀਏ ਪੋਲੀਟੀਕਲ ਤੇ ਜ਼ਿਆਦਾ ਸੀਗਾ ਆਪਣਾ ਰਾਜਨੀਤੀ ਜਿਹੜੇ, ਕਿਉਂਕਿ ਇਹ ਗਾਇਕ ਨੇ ਵੀ ਰਾਜਨੀਤੀ ਕੀਤੀ ਹੈ, ਇਸ ਕਰਕੇ ਅਸੀਂ ਨਾਲ ਜੋੜਨਾ ਪਿਆ। ਬਿਲਕੁਲ ਬਿਲਕੁਲ, ਇਹ ਤਾਂ ਹੀ ਮੈਂ ਕਰ ਰਿਹਾ ਜੀ, ਇਹ ਰਾਜਨੀਤੀ ਹੈ ਜੀ, ਆਪਾਂ ਵਿਸ਼ੇ ਤੋਂ ਲੰਘੇ ਨਾ ਜਾਈਏ। ਹਾਂਜੀ ਤੇ ਪੱਡਾ ਸਾਹਿਬ, ਜਿੱਦਾਂ ਆਪਣੇ ਜਗਵੀਰ ਸਿੰਘ ਜੀ ਹੋਣਾ ਨੇ, ਰਾਜਾ ਜੀ ਨੇ, ਜਾਂ ਆਪਣੇ ਗੀਤਕਾਰ ਸੁਖਵਿੰਦਰ ਜੀ ਨੇ ਇਹ ਗੱਲ ਕਹੀ ਆ ਬਈ ਸਾਡਾ ਰਲ ਮਿਲ ਕੇ ਚੱਲਣ ਦਾ ਸਮਾਂ ਆ, ਪਰ ਨਾਲ ਇਹ ਖਿਆਲ ਵੀ ਰੱਖਣਾ ਵੀ ਜੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਆ, ਇੱਦਾਂ ਨਾ ਹੋਵੇ ਵੀ ਕਾਂਗਰਸੀਆਂ ਨੂੰ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਉਹਨਾਂ ਨੂੰ ਜਿਹੜੀ ਆ ਪਹਿਲ ਦਿੱਤੀ ਜਾਵੇ ਤੇ ਦੋਵਾਂ ਦੀ ਬਾਤੇ ਨਾ ਪੁੱਛੀ ਜਾਵੇ। ਬਿਲਕੁਲ ਜੀ ਬਿਲਕੁਲ, ਇਹ ਜਿਹੜੀ ਗੱਲ ਇਹਨਾਂ ਨੇ ਕੀਤੀ ਮੈਂ ਇਹਨਾਂ ਨਾਲ ਸਹਿਮਤ ਹਾਂ, ਪਰ ਕੈਪਟਨ ਸਾਹਿਬ ਨੇ ਜਿਹੜੇ ਆਦੇਸ਼ ਦਿੱਤੇ ਆ ਮੇਰਾ ਖਿਆਲ ਉਹਨਾਂ ਦੀ ਕੋਈ ਉਲੰਘਣਾ ਨਹੀਂ ਕਰੇਗਾ। ਅੱਛਾ, ਤੇ ਉਹਨਾਂ ਨੇ ਇਹ ਵੀ ਨਾਲ ਕਿਹਾ ਕਿ ਉਹਨਾਂ ਨੂੰ ਜਿਹੜਾ ਕਰੂਗਾ ਉਹਨੂੰ ਸਖ਼ਤ ਸਜ਼ਾ ਵੀ ਦੇਵਾਂਗੇ। ਬਾਕੀ ਮੈਂ ਗੱਲ ਇਹਦੇ ਨਾਲ ਹੀ ਜੋੜਾਂ ਕਿ ਜਿਹੜਾ ਕਰਫਿਊ ਆ, ਦੇਖੋ ਆਪਣੇ ਬਾਹਰਲੇ ਦੇਸ਼ਾਂ 'ਚ ਕਰਫਿਊ ਲੱਗਾ ਹੋਇਆ ਤੇ ਆਪਾਂ ਸਾਰੇ ਉਹਨਾਂ ਦਾ ਸਾਥ ਦੇ ਰਹੇ ਹਾਂ। ਹਾਂਜੀ ਹਾਂਜੀ, ਤੇ ਸਾਡੇ ਜਿਹੜੇ ਲੋਕ ਆ ਉਹ ਇਹਨੂੰ ਨਾ ਇਸ ਚੀਜ਼ ਨੂੰ ਬੜੇ ਹਲਕੇ ਜਿਹੇ ਅਜੇ ਵੀ ਲੈ ਰਹੇ ਆ, ਕੋਈ ਟਿਕਟੋਕ ਬਣਾ ਰਿਹਾ, ਕੋਈ ਪੁਲਿਸ ਤੇ ਦੋਸ਼ ਪਾ ਰਿਹਾ। ਇਹ ਜਿਹੜਾ ਸਮਾਂ ਇਹਦੇ ਵਿੱਚ ਮੈਂ ਚਾਹੁੰਦਾ ਹਾਂ ਕਿ ਲੋਕ ਵੱਧ ਤੋਂ ਵੱਧ ਗੌਰਮੈਂਟ ਦਾ ਸਾਥ ਦੇਣ ਤਾਂ ਕਿ ਪੁਲਿਸ ਨੂੰ ਨਾ ਕੋਈ ਸਖਤਾਈ ਕਰਨੀ ਪਵੇ। ਰਹਿ ਗਈ ਗੱਲ ਜਿਹੜਾ ਬਾਹਰ ਨਿਕਲਦੇ ਆ ਬਗੈਰ ਮਤਲਬ ਤੋਂ, ਉਹ ਇਕੱਲਾ ਆਪਣੇ ਆਪ ਨੂੰ ਖਤਰੇ 'ਚ ਨਹੀਂ ਪਾਉਂਦੇ, ਆਪਣੇ ਪਰਿਵਾਰ ਨੂੰ, ਆਪਣੇ ਭਾਈਚਾਰੇ ਨੂੰ, ਸਾਰਿਆਂ ਨੂੰ ਉਹ ਖਤਰੇ 'ਚ ਪਾ ਲੈਂਦੇ ਆ। ਉਹਨਾਂ ਨੂੰ ਸਮਝਾਏਗਾ ਕੌਣ? ਕੈਪਟਨ ਸਾਹਿਬ ਤਾਂ ਆਪਣੇ ਮੰਤਰੀਆਂ ਨੂੰ ਕਹਿੰਦਾ 3 ਦਿਨ ਤੁਸੀਂ ਘਰੇ ਬੈਠੋ, ਤੁਸੀਂ ਸੜਕ ਤੇ ਨਹੀਂ ਜਾਣਾ। ਮੈਂ ਉਹ ਗੱਲ ਨਾਲ ਸਹਿਮਤ ਕਰਦੇ, ਉਹਨੂੰ ਸਕਰੀਨਿੰਗ ਕੌਣ ਕਰੂਗਾ? ਇੱਕ ਮਿੰਟ, ਤੁਹਾਨੂੰ ਮੈਂ ਇੱਕ ਗੱਲ ਦੱਸ ਦਿੰਦਾ ਜੀ, ਦੇਖੋ ਪ੍ਰਸ਼ਾਸਨ ਸਕਰੀਨਿੰਗ ਤਾਂ ਜ਼ਰੂਰੀ ਹੈ ਲੋਕਲ ਪੱਧਰ ਤੇ, ਉਹ ਕੌਣ ਕਰੂਗਾ? MLA ਜੀ ਕਰਨਗੇ। ਮੈਂ ਇੱਕ ਮਿੰਟ ਜੀ, ਤੁਹਾਡੀ ਗੱਲ ਨਾਲ ਸਹਿਮਤ ਆ, ਪਰ ਮੈਂ ਤੁਹਾਨੂੰ ਦੱਸਦਾ ਜੀ ਅਗਲੀ ਗੱਲ ਵੀ ਸੁਣ ਲਓ। ਹਾਂ ਕਰੋ ਕਰੋ। ਜਿਹੜੇ ਮੌਜੂਦਾ MLA ਆ ਜਾਂ ਮੰਤਰੀ ਆ, ਜਦੋਂ ਮੰਤਰੀ ਦੇ ਨਿਕਲਣਾ ਆ ਬਾਹਰ, ਉਹਦੇ ਨਾਲ ਉਹਦਾ PA ਵੀ ਹੋਣਾ, ਉਹਦੀ ਫੋਰਸ ਵੀ ਹੋਣੀ ਆ। ਠੀਕ ਹੈ। ਫਿਰ ਉਸ ਤੋਂ ਬਾਅਦ ਜਿਹੜੇ ਉੱਥੇ SDM ਸਾਹਿਬ ਹੋਣਗੇ ਜਾਂ ਪੁਲਿਸ ਮੁਲਾਜ਼ਮ ਹੋਣਗੇ, ਜਿੰਨੇ ਵੀ ਹੋਣਗੇ, ਸਾਰਾ ਤਬਕਾ ਉਹਨਾਂ ਦੇ ਆਲੇ ਦੁਆਲੇ ਹੋ ਜਾਣਾ। ਭਾਵੇਂ ਤੁਸੀਂ 100 ਵਾਰੀ ਕਹੋ ਨਹੀਂ ਮੈਨੂੰ ਜ਼ਰੂਰਤ ਨਹੀਂ, ਪਰ ਉਹਨਾਂ ਨੇ ਆਉਣਾ ਹੀ ਆਉਣਾ। ਇੱਕ ਤਾਂ ਉਹ ਜਿਹੜਾ ਗਰੀਬ ਤੱਕ ਜਿਹੜੀਆਂ ਸਹੂਲਤਾਂ ਪਹੁੰਚਾਉਣੀਆਂ ਸੀ, ਉਹਨਾਂ ਦੀ ਗੱਲ ਸੁਣਨੀ ਸੀ, ਉਹ ਜਿਹੜਾ ਉਹਨਾਂ ਦਾ ਟਾਈਮ ਹੈ ਉਹ ਕੱਟਿਆ ਜਾਊਗਾ, ਉਹ ਟਾਈਮ ਉਹਨਾਂ ਨੂੰ ਨਹੀਂ ਮਿਲ ਸਕਣਾ। ਮੈਂ ਇਹ ਗੱਲ ਸੋਚਦੀ ਕਿ ਜੇ ਇਸ ਤਰੀਕੇ ਨਾਲ ਜਿਹੜਾ ਜੇ ਤਰੀਕੇ ਨਾਲ ਕੈਪਟਨ ਸਾਹਿਬ ਨੇ ਉੱਥੇ ਆ ਇੱਕ ਐਪ ਬਣਾਇਆ ਹੋਇਆ ਜਾਂ ਆਪਣੇ ਫੋਨ ਰਾਹੀਂ ਉਹ ਜਿਹੜੇ, ਕਿਉਂਕਿ ਜਿਹੜੇ ਮੌਜੂਦਾ ਗੌਰਮੈਂਟ ਦੇ ਵਿੱਚ ਇਹਲੇ MLA ਆ, MP ਆ, ਮਿਨਿਸਟਰ ਆ, ਇਹ ਬੈਟਰ ਇਹ ਆ ਕਿ ਆਪਣੇ ਉੱਥੋਂ ਸਾਰਾ ਬੈਠੇ ਹੋਲਡ ਹੈਂਡਲ ਕਰਨ, ਆਪਣੇ ਘਰ ਤੋਂ ਬੈਠੇ ਹਮਲਾ ਕਰ ਦਿੰਦਾ ਆ ਉਹਨੂੰ ਲੈ ਕੇ। ਇਸ ਵੇਲੇ ਪੰਜਾਬ ਦੇ ਵਿੱਚ ਮਤਲਬ ਇੱਕ ਸਿਆਸਤ ਖੇਡੀ ਜਾ ਰਹੀ ਆ, ਤੇ ਇਹ ਮੀਡੀਆ ਤੇ ਸੋਸ਼ਲ ਮੀਡੀਆ ਤੇ ਆ ਕੇ ਵੀ ਤੇ ਲੋਕਾਂ ਨੂੰ ਲਾਮਬੰਦ ਕਰ ਹੀ ਸਕਦੇ ਜਿੱਦਾਂ ਬਾਕੀ ਕਰਦੇ ਆ। ਬਿਲਕੁਲ ਜੀ, ਮੈਂ ਇਹੀ ਗੱਲ ਕਹਿ ਰਿਹਾ ਕਿ ਉਸ ਗੱਲ ਦੀ ਆਪਾਂ ਪਹਿਲਾਂ ਵੀ ਨਿੰਦਾ ਕਰ ਚੁੱਕੇ ਆ, ਜਿਹੜੇ ਉਹ ਮੰਤਰੀ ਨੇ ਕੀਤਾ ਉਹਨੇ ਬਹੁਤ ਸਾਨੂੰ ਮਤਲਬ NRI ਨੂੰ ਬੜੀ ਇੱਕ ਸੱਟ ਵੱਜੀ ਆ।
ਠੀਕ ਹੈ ਤੇ ਦੇਖੋ ਜਦੋਂ ਗੰਭੀਰਤਾ ਨਾਲ ਦੇਖੋ ਆਪਣੇ ਜਗਵੀਰ ਸਿੰਘ ਤੁਸੀਂ ਬੋਲ ਸਕਦੇ ਜੇ ਗੱਲ ਕਰਨੀ ਕਰੋ ਸਾਹਿਬ ਜਦੋਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਜਦੋਂ ਸਾਰੇ ਵਜ਼ੀਰਾਂ ਐਮਐਲਏਆਂ ਨੇ ਬਹਿਣਾ ਹੀ ਘਰੇ ਆ ਤੇ ਜਿਹੜੀ ਐਡੀ ਵੱਡੀ ਫੋਰਸ ਉਹ ਕਾਠ ਮਾਰੀ ਬੈਠੇ ਆ ਉਹਨਾਂ ਨੂੰ ਫਿਰ ਸਿਕਿਉਰਿਟੀ ਦੀ ਲੋੜ ਕੀ ਆ ਉਹ ਘੱਟੋ ਘੱਟ ਸਿਕਿਉਰਿਟੀ ਆਪਣੀ ਸੈੱਟ ਕਰਨ ਤਾਂ ਕਿ ਉਹ ਸੜਕਾਂ ਤੇ ਆ ਕੇ ਸਾਡੇ ਬਾਕੀ ਜਿਹੜੇ ਸਿਪਾਹੀ ਸਾਡੇ ਖੜੇ ਆ ਉਹਨਾਂ ਦਾ ਘੱਟੋ ਘੱਟ ਸਾਥ ਹੀ ਬਣਾ ਸਕਣ ਤਾਂ ਹੀ ਬੜੀ ਵੱਡੀ ਮਦਦ ਹੋ ਜਾਊਗੀ ਅਪੀਲ ਪੱਡਾ ਸਾਹਿਬ ਕਰਨ ਸਾਰੇ ਪੰਜਾਬ ਦੇ ਜਿੰਨੇ ਵੀ ਸਾਡੇ ਵੀਆਈਪੀ ਆ ਕਿ ਉਹ ਆਪਣੀ ਸਿਕਿਉਰਿਟੀ ਛੱਡ ਦੇਣ ਕਿਉਂਕਿ ਤੁਸੀਂ ਘਰੇ ਹੀ ਰਹਿਣਾ ਤੁਸੀਂ ਘਰੇ ਰਹਿ ਕੇ ਸੋਸ਼ਲ ਮੀਡੀਆ ਆਪਣੀ ਸਿਕਿਉਰਿਟੀ ਵਾਪਸ ਦਿੱਤੀ ਆ ਸਪਸ਼ਟ ਕਰਦੇ ਹਾਂ ਕੈਪਟਨ ਸਾਹਿਬ ਦਾ ਇਹਦੇ ਚ ਆਦੇਸ਼ ਨਹੀਂ ਹੈ ਕੱਲ ਲੁਧਿਆਣੇ ਤੋਂ ਪਰਮਜੀਤ ਸਿੰਘ ਕੜਵਲ ਨੇ ਜਿਨ੍ਹਾਂ ਨੇ ਪਹਿਲਾ ਆਧਾਰ ਦੇ ਉੱਤੇ ਉਹਨੂੰ ਸਕਿਉਰਿਟੀ ਸਰਕਾਰ ਦਾ ਕੋਈ ਆਦੇਸ਼ ਨਹੀਂ ਗਾ ਮੈਂ ਕਹਿੰਦਾ ਸਰਕਾਰੀ ਨੀ ਬਾਕੀ ਦੇ ਐਮਐਲਏ ਵੀ ਕਰਨ 22 ਐਮਐਲਏ ਨੇ ਕਰੀਬ ਕਰੀਬ ਆਮ ਆਦਮੀ ਪਾਰਟੀ ਦੇ ਉਹਨਾਂ ਨੇ ਉਹ ਤਾਂ ਅੱਜ ਤੱਕ ਲੱਭੇ ਹੀ ਕਿੱਥੇ ਨੀ ਠੀਕ ਹੈ 22 ਦੇ 22 ਚੋਂ ਇੱਕ ਵੀ ਲੱਭੇ ਜੀ ਜਿਹੜੇ ਆਪਣੇ ਮਾਨ ਛੱਡੇ ਆਪਣੀ ਸਿਕਿਉਰਿਟੀ ਉਹ ਕਿਉਂ ਛੱਡ ਰਿਹਾ ਜਗਵੀਰ ਸਿੰਘ ਜੀ ਜਿਹੜੇ ਤੁਹਾਡੇ ਅਕਾਲੀ ਐਮਐਲਏ ਉਹਨਾਂ ਨੇ ਛੱਡ ਦਿੱਤੀ ਆਵਾਜ਼ੇ ਕੌਮ ਦੇ ਮੈਂ ਕਹਿੰਦਾ ਜੀ ਸਾਰੇ ਹੀ ਮੈਂ ਕਹਿੰਦਾ 117 ਦੇ 117 ਤੇ ਸਾਡੇ 13 ਦੇ 13 ਮੈਂਬਰ ਪਾਰਲੀਮੈਂਟ ਇੱਕ ਮਿਸਾਲ ਕਾਇਮ ਕਰਨ ਆਪਣੇ ਤੌਰ ਤੇ ਠੀਕ ਹੈ ਕਿਸੇ ਦੇ ਕਹੇ ਤੇ ਨਹੀਂ ਆਪਣੇ ਤੌਰ ਤੇ ਮਿਸਾਲ ਕਾਇਮ ਕਰਨ ਕਿ ਅੱਜ ਸਾਡੇ ਦੇਸ਼ ਨੂੰ ਅੱਜ ਸਾਡੇ ਸੂਬੇ ਨੂੰ ਲੋੜ ਹੈ ਠੀਕ ਹੈ ਆਪਣੇ ਸੁਖਵਿੰਦਰ ਜੀ ਅਸੀਂ ਤੁਹਾਡੇ ਆਪਣੀਆਂ ਫੈਕਟਰੀਆਂ ਤੁਹਾਡੀ ਆਵਾਜ਼ ਜੀ ਅਸੀਂ ਅੱਜ ਆਪਣੀਆਂ ਫੈਕਟਰੀਆਂ ਬੰਦ ਕਰਕੇ ਬੈਠੇ ਆ ਹਾਂਜੀ ਹਾਂਜੀ ਤਾਂ ਅਸੀਂ ਕੱਲਾ ਆਪਣਾ ਨੁਕਸਾਨ ਨਹੀਂ ਕਹਿ ਰਹੇ ਅਸੀਂ ਕਹਿੰਦੇ ਸਾਡਾ ਦੇਸ਼ ਤੇ ਸਾਡਾ ਸੂਬਾ ਬਚ ਜਾਵੇ ਠੀਕ ਹੈ ਜੇ ਅਸੀਂ ਆਪਣੇ ਕਾਰੋਬਾਰ ਦਾ ਨੁਕਸਾਨ ਕਰ ਰਹੇ ਹਾਂ ਤਾਂ ਉਹ ਵੀ ਆਪਣੀ ਡਿਊਟੀ ਤੋਂ ਪਕੜ ਪੂਰੀ ਕਰ ਸਕਦੇ ਨੇ ਨਾ ਠੀਕ ਕਰ ਸਕਦੇ ਕਿਉਂ ਨਹੀਂ ਗਵਰਨਰ ਕਰਨਾ ਸਾਰਿਆਂ ਨੂੰ ਬਚ ਹਾਂਜੀ ਆਪਣੇ ਆਪਾਂ ਉਹਨਾਂ ਨੂੰ ਕੈਪਟਨ ਸਾਹਿਬ ਨੇ ਕਿਹਾ ਹੈ ਤੁਹਾਨੂੰ ਸਾਰਿਆਂ ਨੂੰ ਆਦੇਸ਼ ਦਿੱਤੇ ਆ ਕਿ ਜਿਹੜੇ ਘਰ ਬੈਠੇ ਮਜ਼ਦੂਰ ਆ ਉਹਨਾਂ ਨੂੰ ਤਨਖਾਹਾਂ ਦਿਓ ਜੀ ਤਾਰੀਫ ਕਰ ਰਿਹਾ ਵੀ ਉਹ ਕਾਂਗਰਸ ਦੇ ਨੁਮਾਇੰਦੇ ਹੀ ਨੇ ਕਮਲਜੀਤ ਸਿੰਘ ਕੜਵਲ ਹੋ ਗਿਆ ਜਾਂ ਕੈਪਟਨ ਸਾਹਿਬ ਸੀ ਉਹਨਾਂ ਨੇ ਆਪਣੀ ਕਿਹਾ ਵੀ ਮੈਂ ਘਰ ਚ ਬੈਠਾ ਮੇਰੀ ਸਿਕਿਉਰਿਟੀ ਜਿਹੜੀ ਹੈ ਫਾਲਤੂ ਪਈ ਹੈ ਉਹਨੂੰ ਲਿਆ ਜਾਵੇ ਮੈਂ ਇਸ ਗੱਲ ਦੀ ਸ਼ਲਾਘਾ ਬਟ ਕੀ ਬਾਕੀ ਦੇ ਐਮਐਲਏ ਬਾਹਰ ਨਿਕਲੇ ਮੈਂ ਇਸ ਗੱਲ ਦੀ ਪੜਚੋਲ ਕਰਦਾ ਵੀ ਸਭ ਤੋਂ ਪਹਿਲਾਂ ਮੈਂ ਦੇਖਿਆ ਰਾਜਾ ਬੜਿੰਗ ਕਿੱਦੜ ਭਾਏ ਤੋਂ ਉਹਨਾਂ ਨੇ ਲੋਕਾਂ ਦੀ ਸੇਵਾ ਚ ਨਿਕਲੇ ਹੋਏ ਨੇ ਅਗਰ ਕੋਈ ਇਲੈਕਸ਼ਨ ਹਾਰਿਆ ਹੋਇਆ ਮਨਪ੍ਰੀਤ ਸਿੰਘ ਮੰਨਾ ਕਮਲਜੀਤ ਸਿੰਘ ਕੜਵਲ ਜਾਂ ਹੋਰ ਬੜੇ ਐਸੇ ਚਿਹਰੇ ਨੇ ਜਿਹਨਾਂ ਦਾ ਪੰਜਾਬ ਦੀ ਸਿਆਸਤ ਚ ਇੰਨਾ ਵੱਡਾ ਨਾਂ ਨਹੀਂ ਹੈ ਬਟ ਉਹ ਲੋਕਾਂ ਦੀ ਸੇਵਾ ਚ ਕਰਦੇ ਨੇ ਆਹ ਜਗਵੀਰ ਸਿੰਘ ਸੋਖੀ ਹਰੀ ਬੈਠੇ ਨੇ ਫੈਕਟਰੀਆਂ ਬੰਦ ਕਰਕੇ ਲੰਗਰ ਬਣਾ ਕੇ ਆਪਣੇ ਇਲਾਕਿਆਂ ਚ ਵੰਡ ਰਹੇ ਨੇ ਪਰ ਇਹਨਾਂ ਦੇ ਇਲਾਕੇ ਦੇ ਐਮਐਲਏ ਸੁੱਤੇ ਪਏ ਨੇ ਜਿਹੜੇ ਹਰ ਵੇਲੇ ਮੋਬਾਈਲ ਦੇ ਉੱਤੇ ਲਾਈਵ ਹੁੰਦੇ ਨੇ ਨਵਜੋਤ ਸਿੰਘ ਸਿੱਧੂ ਚੈਨਲ ਬਣਾ ਕੇ ਆ ਗਿਆ ਵੀ ਮੈਂ ਚੈਨਲ ਬਣਾ ਲਿਆ ਬਟ ਉਹ ਸੁੱਤੇ ਹੋਏ ਨੇ ਉਹ ਲੋਕਾਂ ਦੇ ਵਿੱਚ ਕਿਤੇ ਨਜ਼ਰ ਨਹੀਂ ਆ ਰਹੇ ਰਾਜਾ ਜੀ ਸਰਕਾਰ ਮੇਰੀ ਬੇਨਤੀ ਸੁਣੋ ਬਟਾ ਜੀ ਸਰਕਾਰ ਰਾਸ਼ਨ ਪਹੁੰਚਾ ਰਹੀ ਹੈ ਅਗਰ ਮੰਤਰੀ ਘਰ ਬਹਿ ਜਾਣਗੇ ਐਮਐਲਏ ਘਰ ਬਹਿ ਜਾਣਗੇ ਉਹਦੀ ਸਕਰੀਨਿੰਗ ਕਰੇਗਾ ਕੌਣ ਵੀ ਲੋਕਾਂ ਨੂੰ ਨਜ਼ਰ ਪਹੁੰਚ ਰਹੀ ਹੈ ਕਿ ਨਹੀਂ ਪਹੁੰਚ ਰਹੀ ਜਗ੍ਹਾ ਤੇ ਗੱਲਾਂ ਆਈਆਂ ਨੇ ਅਗਰ ਕਿਸੇ ਗਰੀਬ ਨੇ ਲਾਲਚ ਬਸੀ
ਰਾਜਾ ਜੀ ਹੁਣ ਆਪਾਂ ਥੋੜਾ ਜਿਹਾ ਆਪਾਂ ਕਿਉਂਕਿ ਸੁਖਵਿੰਦਰ ਜੀ ਪਹਿਲੀ ਵਾਰੀ ਆਇਆ ਹੋ, ਏਦਾਂ ਸੋਚਦੇ ਆ ਵੀ ਮੇਰੀ ਤੇ ਕੋਈ ਗੱਲ ਹੀ ਨੀ ਸੁਣ ਰਿਹਾ। ਅੱਗੇ ਆਵਾਜ਼ ਤੁਹਾਡੀ ਕੱਟੀ ਗਈ ਸੀਗੀ, ਤੁਸੀਂ ਜਿੱਦਾਂ ਜਿਹੜੀ ਤੁਹਾਡੇ ਵਾਲਾ ਟੋਪਿਕ ਆ ਵੀ ਜਿਹੜੇ ਸਾਡੇ ਸਮਾਜ ਦੇ ਲੋਕ ਆ ਉਹਨਾਂ ਨੂੰ ਕਿੱਦਾਂ ਮਤਲਬ ਜਾਂ ਤੁਸੀਂ ਕੀ ਸੁਝਾਅ ਦੇਣਾ ਚਾਹੁੰਦੇ ਆ ਵੀ ਜਿਹੜੀਆਂ ਇਹੋ ਜਿਹੀਆਂ ਬਦਨਾਮੀ ਵਾਲੀਆਂ ਗੱਲਾਂ ਉਹ ਨਾ ਕਰਨ। ਆਵਾਜ਼ ਤੁਹਾਡੀ ਹਾਲੇ ਵੀ ਨਹੀਂ ਆ ਰਹੀ ਸਾਨੂੰ, ਆਵਾਜ਼ ਤੁਸੀਂ ਮਿਊਟ ਦਾ ਬਹਾਇਆ ਤੁਹਾਡਾ ਬਟਨ, ਆਵਾਜ਼ ਵਾਲਾ ਜਿਹੜਾ ਹੈ ਨਾ ਸਕਰੀਨ ਤੇ ਟੱਚ ਕਰੋ ਤੇ ਉਹਦੇ ਚ ਮਿਊਟ ਵਾਲਾ ਬਟਨ ਜਿਹੜਾ ਨਾ ਜਿੱਥੇ ਆਡੀਓ ਆ ਉਹਨੂੰ ਠੀਕ ਕਰੋ, ਆਡੀਓ ਨਹੀਂ ਆ ਰਹੀ। ਜਿਹੜੇ ਐਮ ਐਲ ਏ ਆ ਮੰਤਰੀ ਆ ਇਹ ਸਾਡੇ ਤੋਂ ਬਹੁਤ ਜ਼ਿਆਦਾ ਦੂਰ ਸੋਚ ਦੇ ਮਾਲਕ ਆ, ਬਹੁਤ ਵੱਡੀ ਸੋਚ ਆ ਇਹਨਾਂ ਦੀ। ਜੇ ਅਸੀਂ ਗੱਲਾਂ ਸੋਚਦੇ ਹਾਂ ਤੇ ਇਹਨਾਂ ਨੂੰ ਆਪ ਹੀ ਇਹ ਸੋਚ ਲੈਣੀਆਂ ਚਾਹੀਦੀਆਂ। ਜੇ ਘਰਾਂ ਦੇ ਵਿੱਚ ਬੈਠੇ ਕਰ ਸਕਦੇ ਆ, ਜਿੰਨਾ ਚਿਰ ਇਹ ਮਹਾਂਮਾਰੀ ਦੇ ਪ੍ਰਕੋਪ ਥੱਲੇ ਆਪਾਂ ਆਏ ਹੋਏ ਆ ਤੇ ਇਹਨਾਂ ਨੂੰ ਆਪਣੀਆਂ ਸੇਵਾਵਾਂ ਵੀ ਦੇਣੀਆਂ ਚਾਹੀਦੀਆਂ, ਆਪਣੀ ਸਿਕਿਉਰਿਟੀ ਵਾਕਿਆ ਉਹ ਦੇ ਕੇ ਤਾਂ ਕਿ ਉਹ ਜਿਹੜੇ ਜਿਹੜੇ ਇਸ ਟਾਈਮ ਆਪਣੇ ਜਗਵੀਰ ਸਿੰਘ ਜਿਹੜੇ ਤੁਹਾਡੇ ਐਮ ਐਲ ਏ ਆ, ਅਕਾਲੀ ਦਲ ਦੇ ਐਮ ਐਲ ਏ, ਤੇਰਾ ਐਮ ਐਲ ਏ ਆ, ਉਹ ਜਿੱਦਾਂ ਤੁਸੀਂ ਤੁਹਾਡੀ ਤਾਰੀਫ ਰਾਜਾ ਜੀ ਨੇ ਵੀ ਕਰ ਦਿੱਤੀ ਆ, ਪਰ ਮੈਂ ਇਹ ਪੁੱਛਣਾ ਚਾਹੁੰਦਾ ਕਿ ਤੁਹਾਡੇ ਵੀ ਐਮ ਐਲ ਏ ਫੀਲਡ ਦੇ ਵਿੱਚ ਹੈਗੇ ਆ ਜਾਂ ਨਹੀਂ ਹੈ, ਜਾਂ ਉਹਨਾਂ ਦੀਆਂ ਕੋਈ ਉਹਨਾਂ ਵੱਲੋਂ ਸੇਵਾਵਾਂ ਕੀਤੀਆਂ ਜਾ ਰਹੀਆਂ ਜਾਂ ਨਹੀਂ? ਅਕਾਲੀ ਦਲ ਬਿਲਕੁਲ ਹੈਗੇ ਨੇ, ਦੇਖੋ ਸਰਦਾਰ ਮਨਪ੍ਰੀਤ ਸਿੰਘ ਅਜਾਲੀ ਜਿਹੜੇ ਹੁਣੇ ਦਾਖਿਆ ਜਿੱਤੇ ਨੇ। ਹਾਂ ਦੋਸਤੋ ਮੈਨੂੰ ਗੱਲ ਕਰਨ ਦਿਓ, ਸਰਦਾਰ ਮਨਪ੍ਰੀਤ ਸਿੰਘ ਅਜਾਲੀ ਜਿਸ ਦਿਨ ਤੋਂ ਕੋਰੋਨਾ ਦੀ ਮਹਾਂਮਾਰੀ ਸ਼ੁਰੂ ਹੋਈ ਹੈ, ਹਾਂਜੀ, ਉਸ ਦਿਨ ਤੋਂ ਲੈ ਕੇ ਪੂਰੇ ਹਲਕੇ ਦੇ ਵਿੱਚ ਉਹ ਆਪ ਵਿੱਚ ਰਹੇ ਨੇ, ਠੀਕ ਹੈ, ਹਰ ਮੁਸ਼ਕਲ ਦੇ ਵਿੱਚ ਉਹ ਹੱਲ ਕਰ ਰਹੇ ਆ। ਔਰ ਅੱਜ ਵੀ ਉਹਨਾਂ ਨੇ ਬੜਾ ਵੱਡਾ ਬਿਆਨ ਦਿੱਤਾ, ਆ ਜਿਹੜੇ ਕਿਸੇ ਵੀ ਜਿਹੜੇ ਐਨ ਆਰ ਆਈ ਵੀਰਾਂ ਦੇ ਖਿਲਾਫ਼ ਬੋਲੇ ਆ ਕਿ ਉਹਨਾਂ ਨੂੰ ਐਨ ਆਰ ਆਈ ਬੰਬ ਦੇਣਾ ਬੜੀ ਵੱਡੀ ਗਲਤੀ ਆ ਤੇ ਸਾਡੇ ਪੰਜਾਬ ਨੂੰ ਇਹ ਬਹੁਤ ਵੱਡਾ ਇੱਕ ਨੁਕਸਾਨ ਹੋਊਗਾ। ਫਿਰ ਸਰਦਾਰ ਸ਼ਰਨਜੀਤ ਸਿੰਘ ਢਿੱਲੋਂ ਸਾਹਿਬ ਨੇ ਉਹ ਆਪਣੇ ਹਲਕੇ 'ਚ ਪੂਰੀ ਤਰ੍ਹਾਂ ਕੰਮ ਕਰ ਰਹੇ ਨੇ, ਸਾਡੇ ਬੰਟੀ ਰਮਾਣਾ ਜੀ ਨੇ, ਔਰ ਸਭ ਤੋਂ ਵੱਡੀ ਗੱਲ ਦੇਖੋ ਸਭ ਤੋਂ ਪਹਿਲਾਂ ਸ਼ੁਰੂਆਤ ਕੀਤੀ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ, ਠੀਕ ਹੈ, ਔਰ ਉਸ ਦਿਨ ਤੋਂ ਲੈ ਕੇ ਉਹ ਆਪਣੇ ਇਲਾਕੇ 'ਚ ਆਪਣੇ ਨਾਲ ਦੇ ਐਮ ਐਲ ਏ ਸਾਹਿਬਾਨ ਦੇ ਨਾਲ ਉਹ ਹਰੇਕ ਘਰ ਦੇ ਵਿੱਚ ਜਾ ਰਹੇ ਨੇ। ਹਾਂਜੀ, ਮੈਂ ਦੋ ਨਾਂ ਹੋਰ ਲੈਣੇ ਚਾਹੁੰਦਾ ਜੀ, ਇੱਕ ਸਾਡੇ ਸਰਦਾਰ ਮਨਜਿੰਦਰ ਸਿੰਘ ਸਿਰਪਾ ਸਾਹਿਬ ਦਿੱਲੀ 'ਚ, ਠੀਕ, ਜੋੜ ਮਾਰ ਕੇਵਲ ਕੰਮ ਉਹ ਲਗਾਤਾਰ ਕਰ ਰਹੇ ਆ, ਪਰ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਲੌਂਗੋਵਾਲ ਸਾਹਿਬ ਉਹ ਆਪ ਪੰਜਾਬ ਦੇ ਵਿੱਚ ਵਿਜ਼ਿਟ ਕਰਕੇ ਕੰਮ ਕਰ ਰਹੇ ਨੇ। ਹਾਂਜੀ, ਦੇਖੋ ਇਹ ਗੱਲ ਬੜਾ ਉਹ ਦੇਖੋ ਬੜਾ ਫਖਰ ਹੈ ਗਿਆ ਉਹ ਧਾਰਮਿਕ, ਅੱਜ ਦੇਖੋ ਤੁਹਾਡੇ ਬਾਹਰ ਦੇ ਸਾਰੇ ਚੈਨਲ ਹਾਂਜੀ ਇਸ ਗੱਲੋਂ ਸਿੱਖ ਧਰਮ ਦੀ ਮਹਾਨਤਾ ਦੀ ਵਡਿਆਈ ਕਰ ਰਹੇ ਆ। ਅੱਜ ਮੋਦੀ ਜੀ ਨੇ ਇਹ ਗੱਲ ਕਹੀ ਹੈ ਕਿ 2 ਲੱਖ ਦੇ ਕਰੀਬ ਐਨ ਜੀ ਓ ਨੇ ਹਿੰਦੁਸਤਾਨ 'ਚ, ਪਰ ਅੱਜ ਲੋੜ ਪਈ ਤੇ ਕੌਣ ਸਾਹਮਣੇ ਆ ਰਿਹਾ? ਕੇਵਲ ਸਿੱਖ, ਠੀਕ ਹੈ, ਕੇਵਲ ਸਿੱਖ, ਉਹ ਗੁਰੂ ਨਾਨਕ ਪਾਤਸ਼ਾਹ ਦੇ ਸਿੱਖ ਜਿਹੜੇ ਇਸ ਗੱਲ ਨੂੰ ਭੁੱਲ ਕੇ ਕਿ ਸਾਡੇ ਨਾਲ 84 'ਚ ਕੀ ਵਾਪਰਿਆ, ਉਹ ਇਸ ਗੱਲ ਨੂੰ ਭੁੱਲ ਕੇ ਕਿ ਸਾਡੇ ਨਾਲ ਬੜੀ ਸਟਾਰ ਹੋਇਆ, ਇਸ ਗੱਲ ਨੂੰ ਭੁੱਲ ਕੇ ਕਿ ਸਾਡੇ ਨਾਲ ਕਦੇ ਪਾਣੀਆਂ ਦੇ ਮੁੱਦੇ ਤੇ ਵਿਤਕਰਾ ਕੀਤਾ ਗਿਆ, ਕਦੇ ਚੰਡੀਗੜ੍ਹ ਦੇ ਮੁੱਦੇ ਤੇ, ਕਦੇ ਪੰਜਾਬੀ ਬੋਲ ਦੇ ਮੁੱਦੇ ਤੇ ਵਿਤਕਰਾ ਜਿਹੜੀ ਕੇਂਦਰ ਸਰਕਾਰ ਨੇ ਕੀਤਾ, ਅੱਜ ਉਸੇ ਸੈਂਟਰ ਦੇ ਵਿੱਚ ਕੁੱਲ ਦੁਨੀਆਂ ਦੇ ਵਿੱਚ ਸਾਡੇ ਇਹ ਸਿੱਖ ਵੀਰ, ਅਸੀਂ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਾਡਾ ਹੁਕਮ ਹੈ ਸਭੇ ਸਾਂਝੀ ਵਾਲ ਸਦਾਇਨ, ਅਸੀਂ ਉਹਦੇ ਤੇ ਪਹਿਰਾ ਦਿੰਦੇ ਹੋਏ ਅਸੀਂ ਇਹ ਸੇਵਾ ਕਰ ਰਹੇ ਹਾਂ, ਔਰ ਸਾਡੇ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਦੇ ਐਮ ਐਲ ਏ ਜਿੱਤੇ ਹੋਏ ਜਾਂ ਜਿਹੜੇ ਸਾਡੇ ਵੀਰ ਹਾਰੇ ਨੇ ਸਾਰੇ, ਜਾਂ ਸਾਡੇ ਛੋਟੇ ਵਰਕਰ ਸਾਹਿਬਾਨ,
ਤੁਹਾਡੇ ਅਕਾਲੀ ਦਲ ਦੇ ਪ੍ਰਧਾਨ ਪ੍ਰਧਾਨ ਸਾਹਿਬ ਨੇ ਨਜ਼ਰ ਆ ਰਿਹਾ ਕਿਤੇ, ਤੁਹਾਡੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਜੀ ਬਾਦਲ ਉਹ ਕਿਤੇ ਨਜ਼ਰ ਨਹੀਂ ਆ ਰਿਹਾ, ਬੀਬੀ ਹਰਸਿਮਰਤ ਕੌਰ ਨੀ ਨਜ਼ਰ ਆ ਰਿਹਾ। ਸੁਖਬੀਰ ਸਿੰਘ ਬਾਦਲ ਨੇ ਪਿਛਲੇ ਪੂਰਾ ਹਫਤਾ ਜਿਹੜਾ ਹੈਗਾ ਉਹਨਾਂ ਨੇ ਆਪਣੇ ਉਸ ਹਲਕੇ ਚ ਲਾਇਆ, ਆਪਣੇ ਅਖਤਿਆਰੀ ਕੋਟੇ ਚੋਂ ਬੀਬਾ ਜੀ ਨੇ ਵੀ, ਸਰਦਾਰ ਸੁਖਬੀਰ ਸਿੰਘ ਜੀ ਨੇ ਵੀ, ਉਹਨਾਂ ਨੇ ਆਪਣੇ ਅਖਤਿਆਰੀ ਕੋਟੇ ਤੋਂ ਸਪੈਸ਼ਲ ਵੈਂਟੀਲੇਟਰ ਲੈਣ ਦੇ ਲਈ ਜਿਹੜਾ ਫੰਡ ਉਹ ਜਾਰੀ ਕਰਵਾਇਆ। ਅੱਜ ਵੀ ਵੀਡੀਓ ਕਾਨਫਰੰਸਿੰਗ ਕੀਤੀ ਉਹਨਾਂ ਨੇ ਸਾਰੇ ਆਪਣੇ ਜਿੰਨੇ ਪੱਤਰਕਾਰ ਵੀਰ ਉਹਨਾਂ ਨਾਲ ਵੀ ਤੇ ਸਾਡੀ ਪਾਰਟੀ ਦੇ ਵਰਕਰ ਸਾਹਿਬਾਨ ਨਾਲ ਵੀ। ਕੇਂਦਰ ਦੇ ਵਿੱਚ ਸੈਂਟਰ ਦੇ ਵਿੱਚ ਭਾਈਵਾਲ ਹੋ ਤੁਸੀਂ, ਸੈਂਟਰ ਦੀ ਪਾਰਟੀ ਦੇ ਨਾਲ ਪ੍ਰਧਾਨ ਮੰਤਰੀ ਨਾਲ ਭਾਈਵਾਲ ਹੋ, ਕੀ ਪੰਜਾਬ ਨੇ ਕੀ ਲਿਆ ਰਹੇ ਹੋ ਹੁਣ ਕਰੋਨਾ ਨੇ, ਕਰੋਨਾ ਕਰਕੇ ਇਹ ਨਾ ਦੇਖੋਗੇ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਆ, ਉਹਦੇ ਲਈ ਬੀਬੀ ਹਰਸਿਮਰਤ ਕੌਰ ਜਾਂਦੇ ਸੀ ਕੀ ਕਰ ਰਹੇ ਹਾਂ। ਜਿਹੜਾ 1,70,000 ਕਰੋੜ ਦਾ ਪੈਕੇਜ ਲੈ ਕੇ ਆਉਂਦਾ ਅਸੀਂ ਉਸ ਵਰਗ ਵਾਸਤੇ, ਜਿਹੜਾ ਵਰਗ ਨਾ ਤਾਂ ਕੋਈ ਰੁਜ਼ਗਾਰ ਕਰਦਾ, ਨਾ ਕਾਰੋਬਾਰ, ਨਾ ਕੋਈ ਖੇਤੀਬਾੜੀ ਵਾਲਾ, ਉਹ ਸਭ ਤੋਂ ਵੱਡੀ ਜਿਹੜੀ ਪ੍ਰਾਪਤੀ ਆ ਬੀਬਾ ਹਰਸਿਮਰਤ ਕੌਰ ਬਾਦਲ ਦੀ ਹੈ। ਔਰ ਥੋੜੇ ਦਿਨਾਂ ਚ ਇੱਕ ਪੈਕੇਜ ਹੋਰ ਸਪੈਸ਼ਲ ਪੰਜਾਬ ਵਾਸਤੇ ਆ ਰਿਹਾ, ਪੰਜਾਬ ਦੀ ਕਿਸਾਨੀ ਵਾਸਤੇ ਆ ਰਿਹਾ। ਵੱਡਾ ਜੀ ਕਿੰਨਾ ਸਹਿਮਤ ਹੈ ਤੁਸੀਂ ਇਹਨਾਂ ਦੀ ਗੱਲ ਨਾਲ? ਮੈਂ ਤੁਹਾਡਾ ਇੱਕ ਪਰਸੋਂ ਤੱਕ ਦੇਖੋ, ਜਿਹੜਾ ਜਿਹੜਾ ਕੋਈ ਵੀ ਇਹ ਪੈਸਾ ਦੇ ਰਿਹਾ ਨਾ, ਹਾਂ ਸਾਡਾ ਲੋਕਾਂ ਦਾ ਪੈਸਾ ਆ, ਉਹ ਕਿਸੇ ਵੀ ਰੂਪ ਦੇ ਵਿੱਚ ਸਾਡੀ ਪੰਜਾਬ ਦੀ ਡਿਵੈਲਪਮੈਂਟ ਹੋਣੀ ਹੀ, ਉਹ ਪੈਸਾ ਉਧਰ ਦੇਤਾ। ਮੈਂ ਕੱਲਾ ਅਕਾਲੀ ਦਲ ਨੂੰ ਨੀ ਕਹਾਂਗਾ, ਮੈਂ ਸਾਰੇ ਦੇਖੋ, ਕਿਸੇ ਦੀਆਂ ਸ਼ੂਗਰ ਮਿੱਲਾਂ ਚੱਲਦੀਆਂ, ਕਿਸੇ ਦੀਆਂ ਪਟਾਕੇ ਚੱਲਦੇ, ਬੱਸਾਂ ਚੱਲਦੀਆਂ, 7-star ਹੋਟਲ ਆ। ਦੇਖੋ ਜਿੱਦਾਂ ਟਾਟਾ ਨੇ 1,500 ਕਰੋੜ ਦਿੱਤਾ ਆ, ਹਾਂਜੀ ਮੁਕੇਸ਼ ਅੰਬਾਨੀ ਆ ਉਹਨੇ 500 ਕਰੋੜ ਦਿੱਤਾ, ਠੀਕ ਹੈ, 500 ਕਰੋੜ ਦਿੱਤਾ ਆ, ਗੌਰਮੈਂਟ ਤੇ ਨਾ ਰਹੋ। ਇਹ ਏਡੇ ਏਡੇ ਵੱਡੇ ਕਾਰੋਬਾਰੀ ਆ, ਜਿਹੜੇ ਕਾਰੋਬਾਰ ਕੀਤੇ ਆ ਉਹ ਵੀ ਪੰਜਾਬ ਦੇ ਲੋਕਾਂ ਦੇ ਸਿਰ ਤੋਂ ਕੀਤੇ ਆ, ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਕੁਰਸੀਆਂ ਦਿੱਤੀਆਂ। ਵੱਡਾ ਸਾਹਿਬ ਕਹਿੰਦੇ ਮਿਲ ਕੇ ਚਲੋ, ਜੇ ਉਹ ਲੈ ਕੇ ਆਉਂਦੇ ਆ ਸੈਂਟਰ ਚੋਂ ਕੁਛ, ਆਪਾਂ ਉਹਦੀ ਸ਼ਲਾਘਾ ਵੀ ਨਹੀਂ ਕਰਦੇ। ਗੱਲ ਹੀ ਨਹੀਂ ਕਰ ਰਿਹਾ ਜੀ, ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਹਨਾਂ ਨੂੰ ਆਪਣੀ ਜੇਬ ਵਿੱਚੋਂ ਉਹ ਪੈਸੇ ਕੱਢ ਕੇ ਇਸ ਟਾਈਮ ਮਤਲਬ ਇੱਕ ਆਪਣੇ ਪਾਰਟੀ ਹੈਗੀ ਹੈ ਕਿ ਉਹ ਜਿਹੜਾ ਪੰਜਾਬ ਸਾਰੇ ਨੂੰ ਵੀ ਉਹ ਇਕੱਲੇ ਖਰਚਾ ਚੱਕ ਲੈਣ, ਤੇ ਮੇਰਾ ਖਿਆਲ ਉਹਨਾਂ ਤੋਂ ਪੈਸਾ ਨਹੀਂ ਮੁੱਕ ਸਕਦਾ, ਨਾ ਉਹਨਾਂ ਨੂੰ ਕਿਸੇ ਤਰੀਕੇ ਦਾ ਘਾਟਾ ਆ ਸਕਦਾ। ਰਾਜਾ ਜੀ ਕਿੰਨਾ ਸਹਿਮਤ ਹੈ ਇਹਨਾਂ ਦੀ, ਪੰਡਾ ਸਾਹਿਬ ਦੀ ਗੱਲ ਨਾਲ? ਮੋਟਾ ਜੋੜ ਕੇ ਦੇਖੋ, ਪੈਸੇ ਕੱਢ ਕੇ ਲਾਉਣ ਵਾਲੀ ਗੱਲ ਆ। ਹਾਂਜੀ ਹਾਂਜੀ ਰਾਜਾ ਜੀ, ਆ ਕੇ ਖੜ ਜਾਂਦਾ ਵਿਸ਼ਾ, ਉੱਥੇ ਆ ਕੇ ਖੜ ਜਾਂਦਾ। ਹਾਂ ਤੇ ਕਹਿੰਦੀ ਜੀ ਸਰਕਾਰ ਵੱਲੋਂ ਅਨਾਉਂਸਮੈਂਟ ਤਾਂ ਬਹੁਤ ਵੱਡੀ ਹੋ ਗਈ, ਹਾਂਜੀ ਉਹ ਜ਼ਮੀਨੀ ਪੱਧਰ ਤੇ ਕਿੱਦਾਂ ਉਹਦਾ ਪ੍ਰਭਾਵ ਹੈ, ਉਹ ਜ਼ਮੀਨੀ ਪੱਧਰ ਤੇ ਕਿੱਦਾਂ ਜਾਏਗੀ ਉਹਦੇ ਬਾਰੇ ਕੁਛ ਨਹੀਂ ਕਿਹਾ ਗਿਆ। ਇਸ ਨਾਲੋਂ ਚੰਗਾ ਤਾਂ ਇਹ ਸੀਗਾ ਕੇਂਦਰ ਦੀ ਸਰਕਾਰ, ਸਟੇਟ ਗਵਰਨਮੈਂਟ ਜਿੰਨੀਆਂ ਨੇ ਉਹਨਾਂ ਦੇ ਖਾਤੇ ਚ ਇਸ ਆਈਸੋਲੇਟ ਕਰਨ ਲਈ ਔਰ ਉਹਦੇ ਤੇ ਸਕਰੀਨਿੰਗ ਕਮੇਟੀ ਬਿਠਾ ਕੇ ਵੀ ਸਿਰਫ ਕਰੋਨਾ ਦੇ ਉੱਤੇ ਪੈਸਾ ਖਰਚਿਆ ਜਾਵੇ, ਉਹਦੇ ਉੱਤੇ ਖਰਚ ਦੇਦੀ, ਪਰ ਨਹੀਂ ਕੀਤਾ ਗਿਆ। ਅੜੇ ਕੇਂਦਰ ਦੀ ਸਰਕਾਰ ਰਾਜਨੀਤੀ ਖੇਡਣਾ ਚਾਹੁੰਦੀ ਹੈ। ਦੇਖੋ ਜਿਹੜੀਆਂ ਯੋਜਨਾਵਾਂ ਦੇ ਅੰਡਰ ਉਹਨਾਂ ਨੇ ਪੈਸੇ ਵੰਡਣ ਦੀ ਗੱਲ ਕੀਤੀ ਕੇਂਦਰ ਦੀ ਸਰਕਾਰ ਨੇ, ਉਹਦੇ ਕਾਲ ਕਾਰਡ ਆਲਰੇਡੀ ਬਣ ਚੁੱਕੇ ਨੇ, ਉਹਨਾਂ ਨੂੰ ਵੀ ਵੰਡਿਆ ਜਾਣਾ। ਉਹਦੇ ਅਗਰ ਨਵੇਂ ਕਾਰਡ ਬਣਦੇ ਨੇ, ਉਹਦੇ ਨੋਰਮ ਜਾ ਕੇ ਪੜੋਗੇ ਤੇ ਉਹ ਆਮ ਬੰਦੇ ਤੇ ਫਸਦਾ ਨਹੀਂ ਹੈ। ਸਾਂਝ ਕੇਂਦਰ ਬੰਦ ਪਏ ਲੱਗਿਆ ਕਰਫਿਊ, ਕਿਹੜਾ ਗਰੀਬ ਪਰਿਵਾਰ ਜਾ ਕੇ ਇਸ ਟਾਈਮ ਆਪਣਾ ਕਾਰਡ ਬਣਾਊਗਾ? ਠੀਕ ਹੈ, ਗੱਲ ਸਮਝਣ ਵਾਲੀ। ਮੈਂ ਇੱਥੇ ਬੇਨਤੀ ਕਰਦਾ, ਅਗਰ ਕੇਂਦਰ ਸਰਕਾਰ ਨਹੀਂ ਕੁਛ ਕਰ ਸਕਦੀ, ਜਗਬੀਰ ਸਿੰਘ ਸੋਖੀ ਉਹਨਾਂ ਨੂੰ ਵੀ ਕਹਾਂਗਾ, ਬੀਬਾ ਜੀ ਕੈਬਨਿਟ ਚ ਮਿਨਿਸਟਰ ਨੇ,
ਪੰਜਾਬ ਦੇ ਵਪਾਰੀਆਂ ਦਾ ਭਰਿਆ ਹੋਇਆ GST CGST ਦੇ ਰੂਪ ਦੇ ਵਿੱਚ ਜਿਹੜੇ ਕੇਂਦਰ ਸਰਕਾਰ ਕੋਲ ਰੁਪਈਆ ਵਾਪਸ ਪਿਆ, ਜਿਹੜਾ ਸ਼ੇਅਰ ਵਾਪਸ ਆਉਣਾ, ਘੱਟੋ ਘੱਟ ਉਹੀ ਲੈ ਦਿਓ ਤਾਂ ਕਿ ਪੰਜਾਬ ਦੀ ਤਰੱਕੀ ਅਗਲੇ ਟਾਈਮ ਦੇ ਵਿੱਚ ਵੀ ਸੌਖੀ ਹੋ ਜਾਏਗੀ। ਦੂਜੀ ਗੱਲ, ਇਸ ਸਮੇਂ ਗੱਲ ਫੇਰ ਘੁੰਮ ਕੇ ਉੱਥੇ ਆ ਜਾਂਦੇ ਵੀ NRI ਔਰ ਜਿਹੜੀ ਦੁਨੀਆਂ ਭਰ ਦੀ ਸਿਆਸਤ ਰਾਜਨੀਤੀ ਕੋਰੋਨਾ ਦੇ ਉੱਤੇ ਬਹੁਤ ਵੱਧ ਚੜ ਕੇ ਹੋ ਰਹੀ ਹੈ, ਕਿੱਥੇ ਘੱਟ ਨਹੀਂ ਹੈ। ਜਿੱਥੇ ਜਿੱਥੇ ਆਪਾਂ ਗੱਲ ਕਰ ਰਹੇ ਹਾਂ ਆਪਣੇ ਦੇਸ਼ ਦੀ, ਉੱਥੇ ਤੁਸੀਂ ਦੇਖਿਆ ਚਾਈਨਾ ਨੂੰ ਬਦਨਾਮ ਕਰਨ ਦੀ, ਅਮਰੀਕਾ ਦੇ ਬਿਆਨਬਾਜ਼ੀ ਵੱਡੇ ਪੱਧਰ ਤੇ ਜਿਹੜੇ ਚੱਲ ਰਹੇ ਨੇ, ਪੂਰੀ ਕੋਰੋਨਾ ਵੀ ਚੱਲ ਰਹੀ ਹੈ। ਜਿੱਦਾਂ ਆਪਾਂ ਸੁਖਵਿੰਦਰ ਜੀ ਨਾਲ ਗੱਲ ਕਰਕੇ ਦੇਖ ਲਈਏ, ਆਵਾਜ਼ ਆਉਂਦੀ ਉਹਨਾਂ ਦੀ। ਹਾਂਜੀ ਸੁਖਵਿੰਦਰ ਜੀ ਬੋਲੋ ਤਾਂ, ਪਰ ਆਉਂਦੀ ਨੀ ਇੱਧਰ ਸਾਡੇ ਕੋਲ ਆਵਾਜ਼ ਨੀ ਆ ਰਹੀ ਤੁਹਾਡੀ, ਤੁਹਾਨੂੰ ਸੁਣਦੀ ਆ ਤੁਸੀਂ ਉਹ ਤੁਸੀਂ ਜਿਹੜੀ ਤਾਰ ਜਿਹੜਾ ਮਾਈਕ ਲਾਇਆ ਨਾ ਮਾਈਕ ਕੱਢ ਦਿਓ, ਮਾਈਕ ਨਾ ਲਾਓ, ਜਿਹੜਾ ਮਿਊਟ ਤਾਂ ਉਹਨੂੰ ਠੀਕ ਕਰੋ, ਜਿਹੜਾ ਤੁਸੀਂ ਤਾਰ ਲਾਈ ਆ ਕੰਨ ਦੇ ਵਿੱਚ ਉਹ ਤੁਹਾਨੂੰ ਹੀ ਸੁਣਨੀ, ਸਾਨੂੰ ਨੀ। ਹਾਂਜੀ ਹੁਣ ਬੋਲੋ, ਹੈਲੋ, ਹਾਂਜੀ ਸੁਖਵਿੰਦਰ ਸਿੰਘ ਜੀ ਗੱਲ ਕਰੋ। ਹਾਂਜੀ ਤੁਸੀਂ ਆਪਣਾ ਫੋਨ ਬੰਦ ਕਰਕੇ ਦੁਬਾਰਾ ਜਿੱਦਾਂ ਇਹਨੂੰ ਆਨ ਕਰੋ, ਸਾਰਾ ਬੰਦ ਕਰਕੇ ਦੁਬਾਰਾ ਚਲਾ ਲਓ, ਤੁਹਾਡਾ ਕੈਮਰਾ ਆਫ ਕਰਦੇ ਆ, ਤੁਸੀਂ ਦੁਬਾਰਾ ਬੰਦ ਕਰਕੇ ਰੀਜੁਆਇਨ ਕਰੋ। ਹਾਂਜੀ ਜੰਡੀ ਜੀ ਤੁਸੀਂ ਕੁਛ ਕਹਿਣਾ ਚਾਹੁੰਦੇ ਜੀ? ਹਾਂਜੀ 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 ਜਗਵੀਰ ਸਿੰਘ ਜੀ ਤੁਸੀਂ ਕੁਛ ਕਹੋ। ਜਿਹੜੀ ਗੱਲ ਜਸਵਿੰਦਰ ਸਿੰਘ ਰਾਜਾ ਜੀ ਨੇ ਕਹੀ ਆ ਨਾ ਕਿ ਜਿਹੜੇ ਫੰਡ ਦਾ ਜਾਰੀ ਹੋ ਗਏ ਉਹਦੀ ਇੰਪਲੀਮੈਂਟੇਸ਼ਨ ਕਿਸ ਤਰ੍ਹਾਂ ਹੈ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦਾ। ਮੈਂ ਆਪਣੇ ਇਹਨਾਂ ਇਲਾਕਿਆਂ ਦੇ ਵਿੱਚ ਕੀ ਕੀਤਾ, ਦੇਖੋ ਨਾ ਤਾਂ ਮੈਨੂੰ ਕਰਫਿਊ ਪਾਸ ਦੀ ਲੋੜ ਪਈ, ਨਾ ਹੀ ਸਾਨੂੰ ਘਰ ਚੋਂ ਬਾਹਰ ਨਿਕਲਣਾ ਪਿਆ। ਅਸੀਂ ਵੱਖ ਵੱਖ ਮੁਹੱਲਿਆਂ 'ਚ ਜਿੱਥੇ ਜਿੱਥੇ ਸਾਡੇ ਗੁਰਦੁਆਰਾ ਸਾਹਿਬਾਨ ਬੈਠੇ ਆ, ਸਾਡੀਆਂ ਮੁਹੱਲਾ ਸੁਧਾਰ ਕਮੇਟੀਆਂ ਵਾਲੇ ਬੈਠੇ ਆ, ਅਸੀਂ ਉੱਥੇ ਉੱਥੇ ਲੰਗਰ ਵਿਵਸਥਾ ਕਰਕੇ ਉਹਨਾਂ ਨੂੰ ਮਾਇਆ ਪੁੱਜ ਦੀ ਕਰ ਦਿੱਤੀ, ਤਾਂ ਕਿ ਉਹ ਆਪਣੇ ਆਪਣੇ ਇਲਾਕੇ 'ਚ ਉਹਨਾਂ ਗਰੀਬ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿਣ। ਸਰਕਾਰੀ ਅਧਿਕਾਰੀਆਂ ਨੂੰ ਵੀ ਇਸੇ ਪੈਟਰਨ ਦੇ ਉੱਤੇ ਕੰਮ ਕਰਨਾ ਚਾਹੀਦਾ। ਮੈਂ ਪੱਡਾ ਜੀ ਰਾਹੀਂ ਇੱਕ ਅਪੀਲ ਕਰਨੀ ਚਾਹੁੰਦਾ ਕਿ ਜਿਹੜੇ ਤਾਂ ਮਨਰੇਗਾ ਰਾਹੀਂ ਜਾਂ ਉਹਨਾਂ ਦੀ ਕੰਸਟਰਕਸ਼ਨ ਵਾਲੀ ਕਾਪੀ ਰਾਹੀਂ ਜਾਂ ਜਨਧਨ ਯੋਜਨਾ ਰਾਹੀਂ ਸਰਕਾਰ ਕੋਲੇ ਐਨਰੋਲ ਨੇ, ਉਹਨਾਂ ਨੂੰ ਤਾਂ ਸਰਕਾਰੀ ਸਹਾਇਤਾ ਮਿਲ ਜਾਊਗੀ। ਪਰ ਪੱਡਾ ਸਾਹਿਬ, ਸਾਡੇ ਪੰਜਾਬ ਦੇ ਵਿੱਚ 40% ਵਸੋਂ ਉਹ ਹੈ ਜਿਹੜੀ ਸਰਕਾਰ ਕੋਲੇ ਕਿਤੇ ਵੀ ਐਨਰੋਲ ਨਹੀਂ ਹੈ, ਨਾ ਕਿਤੇ ESI ਲਾਗੂ ਹੋਇਆ, ਛੋਟੀਆਂ ਫੈਕਟਰੀਆਂ ਤੇ EPF ਨਹੀਂ ਹੈ, ਨਾ ਹੀ ਉਹਨਾਂ ਦੀ ਕੋਈ ਗੁਲਾਬੀ ਨੀਲੀ ਪੀਲੀ ਕਾਪੀ ਬਣੀ ਆ, ਉਹੀ ਅੱਜ ਸਭ ਤੋਂ ਵੱਧ ਪ੍ਰਭਾਵਿਤ ਹੈ, ਉਹਨਾਂ ਦੇ ਨਾਲ ਹੀ ਸਭ ਤੋਂ ਮਾੜੀ ਹੋਣੀ ਆ। ਮੈਂ ਚਾਹੁੰਦਾ ਕਿ ਉਹਨਾਂ ਦੀ ਮੁਹੱਲੇ ਲੈਵਲ ਦੇ ਉੱਤੇ ਇੱਕ ਵੱਖਰੀ ਸਕਰੀਨਿੰਗ ਹੋ ਕੇ, ਭਾਵੇਂ ਆ ਕੋਰੋਨਾ ਬੀਤਣ ਤੋਂ ਬਾਅਦ ਹੋਵੇ, ਉਹਨਾਂ ਦੀ ਰੀਐਬਲੀਏਸ਼ਨ ਵਾਸਤੇ ਉਹਨਾਂ ਨੂੰ ਸਰਕਾਰੀ ਕੇਂਦਰ ਦੇ ਫੰਡ ਦੇ ਵਿੱਚੋਂ ਜ਼ਰੂਰ ਜ਼ਰੂਰ ਸਹਾਇਤਾ ਕੀਤੀ ਜਾਵੇ। ਤਾਂ ਮੈਂ ਸਮਝਦਾ ਕਿ ਅਸੀਂ ਵੀ ਪੰਜਾਬ ਸਰਕਾਰ ਦੀ ਅਸੀਂ ਉਦੋਂ ਤਾਰੀਫ ਕਰਾਂਗੇ ਜੇਕਰ ਪੰਜਾਬ ਸਰਕਾਰ ਉਸ ਵਰਗ ਦੀ ਬਾਂਹ ਫੜੇ। ਇਹ ਸਟੇਟਾਂ ਹੀ ਫੜ ਸਕਦੀਆਂ, ਠੀਕ ਹੈ, ਅਸੀਂ ਵੀ ਲਿਸਟਾਂ ਦੇਣ 'ਚ ਮਦਦ ਕਰਾਂਗੇ। ਦੇਖੋ ਜੀ, ਜਿਹੜੇ ਸੁਝਾਅ ਆ ਸੋਖੀ ਸਾਹਿਬ ਦੇ ਬਹੁਤ ਕੀਮਤੀ ਆ, ਕਿਉਂਕਿ ਗਰੀਬ ਨੇ ਇਹਦੀ ਗ੍ਰਸਤ ਵਿੱਚ ਆਉਣਾ ਹੀ ਆਉਣਾ, ਉਹਨਾਂ ਕੋਲ ਇਸ ਟਾਈਮ ਰੋਟੀ ਤੋਂ ਆਵਾਜ਼ ਆ ਰਿਹਾ, ਬਹੁਤ ਪਰੇਸ਼ਾਨੀਆਂ ਆ, ਇਹ ਗੱਲ ਤਾਂ ਅਸੀਂ ਮੰਨਦੇ ਹਾਂ। ਪਰ ਜਿਹੜੀ ਗੌਰਮੈਂਟ ਆ ਉਹਨੇ ਵੀ ਇਹ ਦਾਅਵਾ ਕੀਤਾ ਹੋਇਆ ਕਿ ਅਸੀਂ ਇਹਨਾਂ ਨਾਲ ਹਰ ਹਰ ਹੀਲੇ ਹਰ ਤਰ੍ਹਾਂ ਦੀ ਮਦਦ ਕਰਾਂਗੇ। ਕੈਪਟਨ ਸਾਹਿਬ ਨੇ ਇਹ ਮਤਲਬ ਬੜਾ ਵਧੀਆ ਬਿਆਨ ਦਿੱਤਾ, ਇਕੱਲਾ ਇਹ ਬਿਆਨਾਂ ਤੱਕ ਨਹੀਂ, ਉਹਨੇ ਕਰਨਾ ਵੀ ਆ। ਦੇਖੋ ਜਿੱਦਾਂ ਹੁਣ ਇੰਡਸਟਰੀਆ ਲਿਆ, ਇਹਨਾਂ ਨੂੰ ਵੀ ਉਹਨਾਂ ਨੇ ਇਹ ਗੱਲ ਕਹੀ ਹੋਈ ਆ ਕਿ ਉਹ ਵੀ ਇੱਕ ਮਨੁੱਖਤਾ ਦੀ ਸੇਵਾ ਆ, ਕਿ ਉਹਨਾਂ ਨੂੰ ਆਪਾਂ ਮਹੀਨੇ ਦੀ ਜਿਹੜੀ ਤਨਖਾਹ ਆ ਉਹਨਾਂ ਨੂੰ ਦੇਈ ਜਾਓ।
ਜਿਹੜੀ ਈਐਮਆਈ ਆ ਮਤਲਬ ਉਹ ਜਿਹੜੀ ਆ ਉਹ 3 ਮਹੀਨੇ ਦੀ ਤੁਸੀਂ ਨਾ ਦਿਓ, ਠੀਕ ਆ। ਉਹ ਵੀ ਇੱਕ ਜਿਹੜੀ ਇਹ ਸਮਾਜ ਸੇਵੀ ਕੰਮ ਆ ਕੈਪਟਨ ਸਾਹਿਬ, ਇਹ ਗੱਲ ਜਿਹੜੀ ਇਹਨਾਂ ਨੇ ਕਿਹਾ ਆ ਆਪਾਂ ਉਹਨਾਂ ਤੱਕ ਇਹ ਮੈਸੇਜ ਇਹਨਾਂ ਦਾ ਪਹੁੰਚਾਵਾਂਗੇ, ਵੀ ਲਿਖਤੀ ਰੂਪ ਵਿੱਚ ਵੀ ਭੇਜਾਂਗੇ ਉਹਨਾਂ ਨੂੰ, ਈਮੇਲ ਕਰਾਂਗੇ ਜਿੰਨੇ ਵੀ ਇਹ ਵੀਰਾਂ ਦੇ ਸੁਝਾਅ ਆ। ਪਰ ਕੈਪਟਨ ਸਾਹਿਬ ਮੈਂ ਕਹਿੰਦਾ ਕਿ ਉਹ ਹਰ ਗੱਲ ਤੇ ਉਹਨਾਂ ਦਾ ਧਿਆਨ ਉਹਨਾਂ ਨੇ ਰੱਖਿਆ ਹੋਇਆ ਆ, ਉਹ ਕਿਸੇ ਵੀ ਗਰੀਬ ਨੂੰ ਇਸ ਤਰ੍ਹਾਂ ਨਹੀਂ ਰਹਿਣ ਦੇਣ ਲੱਗੇ ਜੀ। ਪਰ ਪੱਡਾ ਸਾਹਿਬ ਇਹ ਜਿੱਦਾਂ ਪਹਿਲਾਂ ਐਲਾਨ ਹੁੰਦੇ ਰਹੇ ਆ ਉੱਤੇ ਪ੍ਰੈਕਟੀਕਲ ਘੱਟ ਕੰਮ ਹੁੰਦਾ, ਵੀ ਇਹ ਐਲਾਨ ਹੀ ਨਾ ਰਹਿ ਜਾਣ। ਇਹ ਗੱਲ ਜਿਹੜੀ ਤੁਸੀਂ ਕਹਿੰਦੇ ਆ ਤੇ ਬਿਲਕੁਲ ਬੜੀ ਮਤਲਬ ਹੈਗੀ ਗੰਭੀਰਤਾ ਵਾਲੀ ਆ ਜੀ, ਕਿਉਂਕਿ ਜਿੱਥੇ ਕਿਸੇ ਦਾ ਆਪਣਾ ਹੈਗਾ ਆ ਨਾ, ਜਿੱਦਾਂ ਸੋਖੀ ਸਾਹਿਬ ਵੀ ਕਿਤੇ ਕੋਈ ਇਹਨਾਂ ਦੇ MC ਆ ਕਿਸੇ ਵੀ ਪਾਰਟੀ ਦੂਜੀ ਦਾ, ਪਾਰਟਾ ਫਿਰ ਪੱਖਪਾਤ ਕਰਨਾ ਇਹ ਇੱਕ ਬੜਾ ਇੱਕ ਦੁੱਖਦਾਈ ਹੈ। ਪੱਖਪਾਤ ਇਸ ਇਹੋ ਜਿਹੇ ਲੋਕਾਂ ਨਾਲ ਨਹੀਂ ਕਰਨਾ ਚਾਹੀਦਾ, ਕਿਉਂਕਿ ਆਪਾਂ ਨੂੰ ਹੁਣ ਵੀ ਇਸ ਟਾਈਮ ਜਿਹੜੇ ਆ ਬਹੁਤ ਸਾਰੇ ਲੋਕ ਆ ਜਿਹਨਾਂ ਨੂੰ ਇਹਨਾਂ ਸੁਵਿਧਾਵਾਂ ਦੀ। ਪੱਖਪਾਤ ਇੱਕ ਅਲੱਗ ਹੈ, ਪਹਿਲਾਂ ਤਾਂ ਰਾਜਨੀਤੀ ਨੂੰ ਬੰਦ ਕਰਕੇ ਮੋਹਰੇ ਆਉਣਾ ਚਾਹੀਦਾ। ਦੇਖੋ ਹਰ ਬੰਦਾ ਆਪਣੀ ਜਗ੍ਹਾ ਤੇ ਰਾਜਨੀਤੀ ਕਰੀ ਜਾਂਦਾ, ਜਿੱਦਾਂ ਸਿੱਧੂ ਮੂਸੇਵਾਲੇ ਨੇ ਆਪਣੇ ਆਪ ਨੂੰ ਚਮਕਾਉਣ ਲਈ ਇਸ ਫੀਲਡ ਦੇ ਵਿੱਚ ਇੱਕ ਰਾਜਨੀਤੀ ਕ੍ਰੀਏਟ ਕਰ ਲਈ, ਤਾਂ ਕਿ ਲੋਕਾਂ ਦੇ ਨਾਂ ਚੜਿਆ ਰਹੇ ਮੋਹਰੇ। ਇਸ ਬਾਰੇ ਮੈਂ ਸੁੱਖੀ ਵੀਰ ਜੀ ਨੂੰ ਪੁੱਛਣਾ ਚਾਹੁੰਦਾ, ਰਾਜਨੀਤੀ ਤੋਂ ਪ੍ਰੇਰਿਤ ਕੰਮ ਨਹੀਂ ਸਿੱਧੂ ਮੂਸੇਵਾਲੇ ਦੇ ਜਿਹੜੀ ਹਰਕਤਾਂ ਨੇ? ਹਾਂਜੀ ਉਹਨਾਂ ਦੀ ਆਵਾਜ਼ ਮੇਰੇ ਖਿਆਲ, ਹਾਂਜੀ ਆਉਂਦੀ ਆਵਾਜ਼ ਜੀ ਸੁਖਵਿੰਦਰ ਜੀ। ਹਾਂਜੀ ਤੁਹਾਡੀ ਤਾਂ ਮੈਨੂੰ ਆ ਰਹੀ ਹੈ। ਹਾਂ ਕਰੋ ਗੱਲ, ਹਾਂਜੀ ਗੱਲ ਕਰੋ, ਤੁਹਾਡੀ ਵੀ ਆ ਰਹੀ ਹੈ, ਤੁਹਾਡੀ ਵੀ ਆ ਰਹੀ ਹੈ, ਬੋਲੋ ਬੋਲੋ। ਹਾਂਜੀ ਹਾਂਜੀ ਹਾਂਜੀ, ਜਿਹੜਾ ਸਿੱਧੂ ਮੂਸੇਵਾਲਾ ਕੰਟਰੋਵਰਸੀ ਖੜੀ ਕਰ ਦਿੰਦਾ ਜਾਂ ਰਾਜਨੀਤੀ ਤੋਂ ਪ੍ਰੇਰਿਤ ਨਹੀਂ ਆਪਣੇ ਆਪ ਨੂੰ ਮੋਹਰੇ ਲਿਆ ਕੇ ਰੱਖਣਾ, NRI ਨੂੰ ਬਦਨਾਮ ਕਰਨਾ। ਦੇਖੋ NRI ਨੂੰ ਇਕੱਲੇ ਮੈਂ ਸਾਹ ਜਿੱਥੇ ਮੈਂ ਪਿਛਲੇ ਅਖਬਾਰਾਂ ਦੇ ਵਿੱਚ ਰਾਜੀ ਬਿਆਨ ਵੀ ਪੜ੍ਹੇ ਤੇ ਚੈਨਲ ਤੇ ਵੀ ਚੱਲਿਆ, ਜਿਹੜਾ ਕਲਾਕਾਰਾਂ ਨੇ ਨੀ ਕਈ ਸਾਡੇ ਜਿਹੜੇ ਪੋਲੀਟੀਕਲ ਲੀਡਰ ਨੇ ਉਹ ਕੈਬਨਿਟ ਰੈਂਕ ਦੇ ਮੰਤਰੀ ਵੀ ਨੇ, ਮਤਲਬ ਉਹ ਵੀ ਕਹਿੰਦੇ ਨੇ ਜੇ NRI ਆਉਣਗੇ ਅਸੀਂ ਉਹਨਾਂ ਦੇ ਪਾਸਪੋਰਟ ਕੈਂਸਲ ਕਰ ਦਿਆਂਗੇ। ਏਦਾਂ ਨਹੀਂ ਡਰਾਉਣਾ ਚਾਹੀਦਾ, ਕਿਉਂਕਿ NRI ਦਾ ਦਿਲ ਹਮੇਸ਼ਾ ਪੰਜਾਬ ਦੇ ਵਿੱਚ ਧੜਕਦਾ ਹੈ, ਹਮੇਸ਼ਾ ਅੱਜ ਪੰਜਾਬ ਦੀ ਖੁਸ਼ਹਾਲੀ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸਾਨੂੰ ਇਹ ਮੰਨ ਕੇ ਚੱਲਣਾ ਚਾਹੀਦਾ। ਤੇ ਦੂਸਰੇ ਜਿਹੜੇ ਸਾਡੇ ਕਲਾਕਾਰ ਵੀ ਨੇ ਉਹਨਾਂ ਉਹਨਾਂ ਨੂੰ ਵੀ ਕਈ ਸਾਡੇ ਜਿਹੜੇ ਆਰਟਿਸਟ ਉਹਨਾਂ ਨੇ NRI ਦੇ ਪੱਖ ਦੇ ਵਿੱਚ ਕਈ ਵੀਡੀਓ ਪਾਈਆਂ ਵੀ ਨੇ ਵੀ NRI ਕਲਾ ਨੂੰ ਬਹੁਤ ਪਿਆਰ ਕਰਦੇ ਨੇ, ਪੰਜਾਬੀ ਮਾਂ ਬੋਲੀ ਨੂੰ, ਪੰਜਾਬੀ ਕਲਚਰ ਨੂੰ ਹਮੇਸ਼ਾ ਉਹ ਸਪੋਰਟ ਕਰਦੇ ਨੇ, ਇੱਥੋਂ ਕਲਾਕਾਰਾਂ ਨੂੰ ਲਿਜਾ ਕੇ ਉੱਥੇ ਸ਼ੋਅ ਵੀ ਕਰਾਉਂਦੇ ਨੇ, ਸਾਡੇ ਪੰਜਾਬੀ ਗੀਤਾਂ ਨੂੰ ਕਲਾਕਾਰਾਂ ਨੂੰ ਪ੍ਰਮੋਟ ਕਰਦੇ ਨੇ। ਤੇ ਜਿਹੜਾ ਇਹ ਅੱਜ ਦਾ ਜੋ ਸਮਾਂ ਚੱਲ ਰਿਹਾ, ਚਾਹੇ ਉਹ ਪੋਲੀਟੀਕਲ ਲੋਕ ਨੇ ਤੇ ਚਾਹੇ ਸਾਡੇ ਆਰਟਿਸਟ ਲੋਕ ਨੇ, ਇਹ ਕੰਟਰੋਵਰਸੀ ਦਾ ਜਾਂ ਰਾਜਨੀਤੀ ਕਰਨ ਦਾ ਸਮਾਂ ਨਹੀਂ, ਕਿ ਜਿਹੜੀਆਂ ਸਾਡੀਆਂ ਪ੍ਰੋਬਲਮ ਸਾਨੂੰ ਗਰਾਊਂਡ ਲੈਵਲ ਤੇ ਆ ਰਹੀਆਂ ਨੇ ਉਸ ਲੈਵਲ ਤੇ ਜਾ ਕੇ ਉਹ ਦੇਖਣ ਦੀ ਲੋੜ ਹੈ, ਤੇ ਉਹਨਾਂ ਲੋਕਾਂ ਦੀ ਬਾਂਹ ਫੜਨ ਦੀ ਲੋੜ ਹੈ ਜਿਹੜੇ ਅੱਜ ਲੋਕ ਰੋਜ਼ਾਨਾ ਕਮਾ ਕੇ, ਚਾਹੇ ਉਹ ਰਿਕਸ਼ੇ ਵਾਲਾ, ਚਾਹੇ ਕੋਈ ਰੇਹੜੀ ਫੜੀ ਵਾਲਾ, ਚਾਹੇ ਕੋਈ ਦੁਕਾਨ ਛੋਟਾ ਮੋਟਾ ਦੁਕਾਨਦਾਰ, ਜਿਹੜਾ ਰੋਜ਼ਾਨਾ ਆਪਦੇ ਖਰਚਾ ਕਮਾ ਕੇ ਘਰ ਦਾ ਖਰਚਾ ਚਲਾਉਂਦਾ ਸੀ, ਉਹ ਬਾਹਲਾ ਸਮਾਂ ਮੈਨੂੰ ਲੱਗਦਾ ਉਹ ਸਸਟੇਨ ਕਰਨਾ ਉਹਨਾਂ ਨੂੰ ਔਖਾ ਹੋ ਜਾਊਗਾ, ਕਿਉਂਕਿ ਜਿਹੜੇ ਹੁਣ ਸਰਕਾਰ ਨੇ ਕੀ ਜਿਹੜੇ ਐਪ ਦਿੱਤੇ ਨੇ ਵੀ ਤੁਹਾਡੀ ਸਮਾਨ ਚਾਹੇ ਮੈਡੀਕਲ ਹੈ, ਚਾਹੇ ਸਬਜ਼ੀ ਹੈ, ਚਾਹੇ ਰਾਸ਼ਨ ਉਹ ਘਰੇ ਪਹੁੰਚੂਗਾ। ਤੁਸੀਂ ਬਿਲੀਵ ਕਰੋ, ਮੈਂ ਖੁਦ 3-4 ਨੂੰ ਮੈਂ ਖੁਦ ਆਪਦੇ ਲੈਵਲ ਤੇ ਫੋਨ ਕਰਕੇ ਦੇਖਿਆ ਵੀ ਉਹ ਫੋਨ ਚੱਕੇ ਨੀ ਕਿਸੇ ਨੇ, ਸਾਡੇ ਕੌਂਸਲਰ ਸਾਹਿਬ ਨੇ ਉਹਨਾਂ ਨੂੰ ਫੋਨ ਕੀਤਾ, ਮੈਂ ਜਿਹੜੇ ਤੁਸੀਂ ਐਪ ਤੇ ਨੰਬਰ ਦਿੱਤੇ ਨੇ ਉਹ ਤਾਂ ਫੋਨ ਕੀ ਚੱਕਦਾ ਨੀ, ਉਹ ਕਹਿੰਦੇ ਉਹ ਬਿਜ਼ੀ ਬਹੁਤ ਨੇ, ਲਾਈਨ ਉਹਨਾਂ ਦੀ ਉੱਥੇ ਉਹਨਾਂ ਨੂੰ ਫੋਨ ਆਉਂਦੇ ਬਹੁਤ ਨੇ। ਮੈਂ ਕਿਹਾ ਜੇ ਤੁਸੀਂ ਫੈਸਿਲਿਟੀ ਦਿੱਤੀ ਆ ਤਾਂ ਇਹਦਾ ਵੀ ਐਕਸਕਿਊਜ਼ ਨਹੀਂ ਹੈ ਵੀ ਉਹ ਬਿਜ਼ੀ ਬਹੁਤ ਨੇ, ਤੁਸੀਂ 2 ਹੋਰ ਬੰਦੇ ਅਪੁਆਇੰਟ ਕਰ ਦਿਓ, ਕਿਉਂਕਿ ਲੋਕਾਂ ਨੂੰ ਜਿਹੜੀ ਅੱਜ ਜੋ ਪ੍ਰੋਬਲਮ ਆ ਰਹੀ ਆ ਉਹ ਨਾ ਆਵੇ। ਤੇ ਦੂਸਰੇ ਜਿਹੜੇ ਹੁਣ ਲੋਕ ਨੇ
ਕੋਈ ਰਾਸ਼ਨ ਕਿਸੇ ਹਫ਼ਤੇ ਦਾ ਹੋਣਾ, ਕਿਸੇ ਕੋ 10 ਦਿਨਾਂ ਦਾ ਹੋਣਾ, ਅਜੇ ਪਤਾ ਨਹੀਂ ਇਹ ਜਿਹੜਾ ਲੋਕਡਾਊਨ ਦਾ ਕਿੰਨਾ ਲੰਬਾ ਸਮਾਂ ਚੱਲਣਾ। ਸਾਨੂੰ ਇਹ ਵੀ ਸੋਚ ਕੇ ਚੱਲਣਾ ਚਾਹੀਦਾ ਵੀ ਜਿਹੜਾ ਆਉਣ ਵਾਲਾ ਸਮਾਂ ਉਹ ਇਦੋਂ ਵੀ ਗੰਭੀਰ ਹੋਊਗਾ, ਜਿੱਥੇ ਅਸੀਂ ਅੱਜ ਜੋ ਅਸੀਂ ਅੱਜ ਸੋਚਦੇ ਹਾਂ ਅੱਜ ਥੋੜੇ ਜਿਹੇ ਸੌਖੇ ਆ ਵੀ ਥੋੜੇ ਦਿਨ ਹੋਏ ਨੇ, ਜੋ ਜਿਹੜਾ ਆਉਣ ਵਾਲਾ ਸਮਾਂ ਉਹ ਇਦੋਂ ਵੀ ਕਾਫੀ ਹਾਲਾਤ ਖਰਾਬ ਹੋਣ ਦੇ ਚਾਂਸਿਸ ਨੇ, ਤੇ ਇਹਨਾਂ ਨੂੰ ਸਾਨੂੰ ਮੰਨ ਕੇ ਚੱਲਣਾ ਚਾਹੀਦਾ। ਦੂਸਰੀ ਗੱਲ, ਇੱਕ ਪਹਿਲਾਂ ਜਿਵੇਂ ਗੱਲ ਸੁੱਖੀ ਜੀ ਨੇ ਕਹੀ ਸੀਗੀ, ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜੀ ਜੇ ਟਾਈਮ ਹੈ, ਵੀ ਜਦੋਂ ਸਾਡੇ ਲੀਡਰ ਚੋਣਾਂ ਲੜਦੇ ਆ, ਕਿਸੇ ਵੀ ਪਾਰਟੀ ਦਾ ਹੋਵੇ, ਮੈਂ ਕਿਸੇ ਇੱਕ ਪਾਰਟੀ ਦੇ ਲੀਡਰ ਦੀ ਗੱਲ ਨਹੀਂ ਕਰਦਾ, ਚਾਹੇ MLA ਚਾਹੇ ਮੰਤਰੀ ਚਾਹੇ ਮੁੱਖ ਮੰਤਰੀ ਆ, ਲੋਕ ਜਦੋਂ ਚੋਣਾਂ ਲੜਦੇ ਨੇ ਮਾੜਾ ਮੂੰਹੀ ਉਹਨਾਂ ਨੂੰ ਫੰਡ ਦਿੰਦੇ ਨੇ, ਆਪਦੇ ਕੋਲ ਪੈਸੇ ਆਪਦੀ ਜੇਬ ਦੇ ਵਿੱਚੋਂ ਪੈਸੇ ਕੱਢ ਕੱਢ ਕੇ ਉਹਨਾਂ ਨੂੰ ਫੰਡ ਦਿੰਦੇ ਨੇ, ਉਦੋਂ ਉਸ ਟਾਈਮ ਤੇ ਉਹਨਾਂ ਨੂੰ ਲੋੜ ਹੁੰਦੀ ਆ, ਉਹਨਾਂ ਨੂੰ ਚੋਣ ਲੜਨ ਦੀ ਖਰਚੇ ਕਰਨੇ ਉਹਨਾਂ ਦੀ ਮਦਦ ਕਰਦੇ ਨੇ, ਅੱਜ ਲੋਕਾਂ ਨੂੰ ਲੋੜ ਹੈ। ਤੇ ਮੈਂ ਕਹਿੰਦਾ ਅੱਜ ਇੱਕ ਮਹੀਨੇ ਦੀ ਤਨਖਾਹ ਨਾਲ ਗੱਲ ਨਹੀਂ ਬਣਨੀ, ਅੱਜ ਆਪਦੀ ਜੇਬ ਦੇ ਵਿੱਚੋਂ ਵੀ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਬਥੇਰੇ ਪੈਸੇ ਨੇ, ਕਿਉਂਕਿ ਮਾੜਾ ਮੋਟਾ ਬੰਦੇ ਦਾ ਕੰਮ ਨਹੀਂ ਰਾਜਨੀਤੀ ਕਰਨਾ, MLA ਮੰਤਰੀ ਬਣਨਾ, ਇਹ ਵੱਡੇ ਲੋਕ ਨੇ, ਇਹਨਾਂ ਕੋਲ ਬਹੁਤ ਪੈਸਾ, ਤੇ ਇਹਨਾਂ ਨੂੰ ਚਾਹੇ ਆਪੋਜੀਸ਼ਨ ਵਾਲੇ ਨੇ ਚਾਹੇ ਚਾਹੇ ਮੌਜੂਦਾ ਸਰਕਾਰ ਵਾਲੇ ਨੇ, ਇਕੱਲੀ ਆਪਦੀ ਤਨਖਾਹ ਮਹੀਨੇ ਦੀ ਜਾਂ ਪੈਨਸ਼ਨ ਛੱਡ ਕੇ ਗੱਲ ਨਹੀਂ ਬਣਨੀ, ਉਹਨਾਂ ਨੂੰ ਜਿਵੇਂ ਚਾਹੇ ਜਿਹੜੇ ਇੰਡਸਟਰੀਅਲਿਸਟ ਨੇ ਸਾਡੇ ਬੰਬਈ ਦੇ ਆਰਟਿਸਟ ਨੇ ਸਾਡੇ ਕੀ ਕਲਾਕਾਰ ਨੇ, ਉਹਨਾਂ ਨੇ ਆਪਦੀ ਜੇਬ ਦੇ ਵਿੱਚੋਂ ਪੈਸੇ ਦਿੱਤੇ ਨੇ, ਹਾਲਾਂਕਿ ਉਹ ਲੋਕਾਂ ਨੇ ਉਹਨਾਂ ਨੂੰ ਫੰਡ ਦਿੱਤਾ, ਇਹਨਾਂ ਲੋਕਾਂ ਨੂੰ ਲੋਕਾਂ ਨੇ ਫੰਡ ਦਿੱਤਾ, ਤੇ ਇਹਨਾਂ ਦੀ ਜੇਬ ਦੇ ਵਿੱਚੋਂ ਵੀ ਚਾਹੇ ਇੱਕ ਨੂੰ 20 ਲੱਖ 25 ਲੱਖ ਚਾਹੇ ਕਰੋੜ ਜਿਹੜਾ ਦੇਣ ਜੋਗਾ, ਉਹ ਵੀ ਸਾਡੇ ਜਿਹੜੇ ਰਾਹਤ ਫੰਡ ਚ ਪਾਉਣਾ ਚਾਹੀਦਾ। ਠੀਕ ਹੈ ਸੁਖਵਿੰਦਰ ਜੀ, ਬਹੁਤ ਵਧੀਆ ਗੱਲ ਕੀਤੀ। ਨਾਲ ਹੀ ਅਸੀਂ, ਕਿਉਂਕਿ ਤੁਹਾਡਾ ਫੇਰ ਲਾਈਨ ਕੱਟੀ ਜਾਵੇ, ਅਸੀਂ ਚਾਹੁੰਦੇ ਕਿ ਜਿਹੜਾ ਤੁਸੀਂ ਗੀਤ ਕਰੋਨਾ ਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰਿਤ ਕਰਨ ਵਾਸਤੇ ਗਾਇਆ ਜ਼ਰੂਰ ਦੋ ਬੋਲ ਉਹਦੇ ਸਾਡੇ ਚੈਨਲ ਤੇ ਵੀ ਜਿਹੜੇ ਸਾਡੇ ਦਰਸ਼ਕਾਂ ਨੂੰ ਸੁਣਾ ਦਿਓ। ਹਾਂਜੀ, ਮੈਂ ਭੁੱਲਣਾ ਚਾਹਾਂ, ਮੈਂ ਸਲਾਹ ਦੇਣਾ ਕਿਉਂਕਿ ਮੈਂ ਦੇਖ ਕੇ ਰਿਕਾਰਡ ਕਰਾਇਆ ਸੀ, ਮੈਂ ਉਹ ਇੱਕ ਅਵੇਅਰ ਕੀਤਾ ਸੀ ਵੀ ਜੋ ਸਾਡੀ ਹਦਾਇਤਾਂ ਸਾਨੂੰ ਸਰਕਾਰ ਨੇ ਕੀਤੀਆਂ ਨੇ, ਹਾਂਜੀ, ਅਸੀਂ ਉਹਨਾਂ ਹਦਾਇਤਾਂ ਦਾ ਪਾਲਣ ਕਰੀਏ, ਅਸੀਂ ਤਾਂ ਕਿ ਕੋਰੋਨੇ ਤੋਂ ਆਪ ਹੀ ਬਚ ਸਕੀਏ ਤੇ ਦੂਜਿਆਂ ਨੂੰ ਵੀ ਬਚਾ ਸਕੀਏ। ਹਾਂਜੀ, ਜੇ ਕੋਈ ਹੱਥ ਮਲਾਉਂਦਾ ਉਹਨੂੰ ਰੋਕੋ ਮੂਹਰੋਂ ਜੀ, ਸਤਿ ਸ੍ਰੀ ਅਕਾਲ ਬਲਾ ਦਿਓ ਉਹਨੂੰ ਖੜ ਕੇ ਦੂਰੋਂ ਜੀ, ਜੇ ਕੋਈ ਹੱਥ ਮਲਾਉਂਦਾ ਉਹਨੂੰ ਰੋਕੋ ਮੂਹਰੋਂ ਜੀ, ਸਤਿ ਸ੍ਰੀ ਅਕਾਲ ਬਲਾ ਦਿਓ ਉਹਨੂੰ ਖੜ ਕੇ ਦੂਰੋਂ ਜੀ, ਹਰ ਇੱਕ ਘੰਟੇ ਬਾਅਦ ਸਾਰੇ ਹੱਥਾਂ ਨੂੰ ਸਾਫ਼ ਕਰੋ, ਜੇ ਕੋਈ ਆਖੇ ਸ਼ਹਿਰ ਨੂੰ ਜਾਣਾ ਉਹਨੂੰ ਕਹਿ ਦੋ ਮਾਫ਼ ਕਰੋ, ਬਿਨਾਂ ਕੰਮ ਤੋਂ ਸ਼ਹਿਰ ਨਹੀਂ ਜਾਣਾ ਦੱਸ ਦੋ ਉਹਨਾਂ ਨੂੰ, ਉਹ ਬਿਨਾਂ ਕੰਮ ਤੋਂ ਸ਼ਹਿਰ ਨਹੀਂ ਜਾਣਾ ਦੱਸ ਦੋ ਉਹਨਾਂ ਨੂੰ, ਪਾਲੀ ਸਾਫ਼ ਸਫਾਈ ਰੱਖ ਕੇ ਦਈਏ ਮਾਤ ਕਰੋਨਾ ਨੂੰ, ਸੁਖੀ ਸਾਫ਼ ਸਫਾਈ ਰੱਖ ਕੇ ਦਈਏ ਮਾਤ ਕਰੋਨਾ ਨੂੰ। ਬਹੁਤ ਵਧੀਆ ਜੀ, ਬਹੁਤ ਵਧੀਆ ਕਾਂਗਰਸ ਪਾਰਟੀ ਦੇ ਆ, ਚਾਹੇ ਅਕਾਲੀ ਆ, ਚਾਹੇ ਆਮ ਆਦਮੀ ਪਾਰਟੀ ਦੇ ਆ, ਜਾਂ ਹੋਰ ਵੀ ਜਿਹੜੇ ਲੋਕ ਮਤਲਬ ਜਿਹੜੇ ਜਿਹਨਾਂ ਨੂੰ ਗੁਰੂ ਮਹਾਰਾਜ ਨੇ ਵਿੱਤੋਂ ਵੱਧ ਜਿਹੜੀ ਦੌਲਤ ਦਿੱਤੀ ਹੋਈ ਆ, ਉਹਨਾਂ ਨੂੰ ਇਸ ਵੇਲੇ ਪੰਜਾਬ ਤੇ ਖਰਚਣੀ ਚਾਹੀਦੀ ਆ, ਕੀ ਕਹੋਗੇ? ਇਹ ਕਰਕੇ ਵੀਰ ਜੀ, ਮੈਂ ਹੋਰ ਗੱਲ ਕਹਿਣੀ ਚਾਹੂੰਗਾ ਕਿ ਮੈਨੂੰ ਇਕੱਲੇ MLA ਦੇ ਵਿੱਚੋਂ ਇਕੱਲੇ ਮਨਪ੍ਰੀਤ ਸਿੰਘ ਇਆਲੀ ਹੁਣੀ ਨਜ਼ਰ ਆਏ ਨੇ, ਜਿਹੜੇ ਉਹਨੇ ਆਪ ਜਾ ਕੇ ਪਿੰਡਾਂ 'ਚ ਜਗ੍ਹਾ ਜਗ੍ਹਾ ਤੇ ਜਾ ਕੇ ਉਹਨੇ ਰਾਸ਼ਨ ਵੰਡਿਆ, ਉਹਨਾਂ ਨੇ ਕਿਹਾ ਵੀ ਮੇਰਾ ਹਲਕੇ ਦਾ ਕੋਈ ਵੀ ਬੰਦਾ ਭੁੱਖਾ ਨਹੀਂ ਸੌਂਗਾ, ਇਹ ਜ਼ਿੰਮੇਵਾਰੀ ਮੇਰੀ ਆ, ਤੁਸੀਂ ਮੈਨੂੰ ਚੁਣਿਆ, ਤੇ ਮੈਂ ਕਹਿੰਦਾ ਜੇ ਕਿਤੇ ਏਦਾਂ ਦੀਆਂ ਸਾਰੇ ਜਿਹੜੇ ਸਾਡੇ MLA ਨੇ, ਕਿਉਂਕਿ ਜਿਹੜੇ ਦੇਖੋ ਕਿ ਜੇ ਅਸੀਂ ਡਰ ਕੇ ਅੰਦਰ ਬੈਠ ਜਾਈਏ ਕਰੋਨਾ ਮੈਨੂੰ ਨਾ ਲੱਗ ਜਾਏ, ਮੈਂ ਕਰੋਨਾ ਮੈਨੂੰ ਫੈਕਟਰਾਂ ਕਰ ਦੇਵੇ, ਜਿਹੜੇ ਸਾਡੇ ਡਾਕਟਰਸ ਨੇ, ਸਾਡੇ ਸਾਡੇ ਪੁਲਿਸ ਅਫੀਸਰ ਨੇ, ਸਾਡੇ
ਸਾਡਾ ਮੈਡੀਕਲ ਸਟਾਫ ਉਹ ਸੜਕਾਂ ਤੇ ਫਿਰਦਾ ਆਪਦੀਆਂ ਹਦਾਇਤਾਂ ਦਾ ਪਾਲਣ ਕਰਕੇ ਪ੍ਰਿਕੋਸ਼ਨ ਲੈ ਕੇ, ਤੇ ਸਾਡੇ ਲੀਡਰ ਅਸੀਂ ਇਹਨਾਂ ਨੂੰ ਚੁਣਿਆ ਇਹ ਕਿਉਂ ਨੀ, ਕਿਉਂਕਿ ਜੇ ਇਹ ਤੁਰਨਗੇ ਤਾਂ, ਕਿਉਂਕਿ ਇੱਕ ਜਦੋਂ ਮੁਖੀਆ ਮੂਹਰੇ ਹੋ ਕੇ ਤੁਰ ਪਵੇ ਤਾਂ ਸਾਰਾ ਹਜੂਮ ਪਿੱਛੇ ਲੱਗ ਜਾਂਦਾ, ਤੇ ਜਿਵੇਂ ਮਾਰਪੀ ਦੀ ਆਲੀ ਪਹਿਲ ਕੀਤੀ ਹੈ, ਤੇ ਮੈਂ ਕਹਿੰਦਾ MLA ਤੇ ਮੰਤਰੀ ਨੂੰ ਸਾਰਿਆਂ ਨੂੰ ਆਪਦੇ ਹਲਕੇ ਚ ਆਪਦਾ ਆਪਦਾ ਹਲਕੇ ਸਾਂਭ ਲੈਣ, ਮੈਨੂੰ ਮੁੱਖ ਮੰਤਰੀ ਸਾਹਿਬ ਨੂੰ ਕੁਛ ਕਰਨ ਦੀ ਲੋੜ ਨਹੀਂ, ਮਸਲੇ ਇੱਥੇ ਹੱਲ ਹੋ ਜਾਣਗੇ। ਹਾਂਜੀ, ਇੱਥੋਂ 17 MLA ਨੂੰ ਚਾਹੀਦਾ ਜੀ ਗਰਾਊਂਡ ਤੇ ਆਉਣਾ ਜੀ। ਇਹ ਆਪਣੇ ਸੁਖਵਿੰਦਰ ਹੋਣਾ ਦਾ ਵੀ ਇਹ ਵਿਚਾਰ ਹੈ। ਪੰਡਾ ਸਾਹਿਬ ਤੁਸੀਂ ਕਹਿੰਦੇ ਸੀ ਵੀ ਜੇ ਲੋਕ ਰੋਡ ਤੇ ਆਉਂਦੇ ਆ ਤਾਂ ਨਾਲ ਉਹਨਾਂ ਨਾਲ ਲੋਕ ਬਹੁ ਆ ਜਾਂਦੇ ਆ, ਤੇ ਇਹਨਾਂ ਨੇ ਆਦੀ ਸਾਹਿਬ ਦੀ ਐਗਜ਼ਾਮਪਲ ਦਿੱਤੀ ਆ ਵੀ ਉਹ ਤਾਂ ਫਿਰ ਰਹੇ ਆ ਬਾਹਰ। ਦੇਖੋ ਜੀ ਫਿਰਨਾ ਸੁਖੀ ਦਾ ਤਾਰੀਫ ਕੀਤੀ, ਤੁਸੀਂ ਤਾਰੀਫ ਤਾਂ ਕਰਦੇ ਹੋ ਕਿਉਂਕਿ ਰਿਆਲਿਟੀ ਨਹੀਂ ਕਰ ਰਹੇ ਜੀ ਆਪਾਂ, ਇਹ ਵੀ ਪਾਰਟੀ ਦਾ ਹੋਵੇ ਇੱਕ ਬੰਦਾ ਵੀ ਕਰ ਰਿਹਾ ਕਰ ਰਿਹਾ ਤਾਂ ਮੈਂ ਇਹ ਕਹੂੰਗਾ ਕਿ ਬਾਕੀ ਉਹਦੀ ਰੀਸ ਕਰੋ। ਕੋਈ ਵੀ ਕਰ ਰਿਹਾ ਚਾਹੇ ਉਹ ਕਾਂਗਰਸ ਦਾ ਵੀ ਹੋਵੇ, ਜਿਹੜਾ ਵੀ ਕਰਦਾ ਉਹਦੀ ਤਾਰੀਫ ਕਰਨੀ ਬਣਦੀ ਹੈ, ਜਿਹੜਾ ਨਹੀਂ ਕਰਦਾ ਉਹ ਬਿਲਕੁਲ ਆਪਣੇ ਹਲਕੇ ਆਪਣੇ ਸਾਥੀ ਆਪਣੇ ਹਲਕੇ ਦੇ MLA ਜਿਹੜੇ ਪੰਜਾਬ ਦੇ ਪੁੱਤ ਬੰਦੇ ਉਹਨਾਂ ਬਾਰੇ ਕੁਛ ਬੋਲਦੇ ਹੋ। ਹਾਂ ਉਹ ਬੜਾ ਬੜਾ NRI ਭਰਾਵਾਂ ਨੇ ਇੰਨੀ ਕੁ ਮਾਇਆ ਦਿੱਤੀ ਉਹਨਾਂ ਨੂੰ, ਇੰਨੇ ਕੁ ਅਮੀਰ ਕਰਤੇ ਹੁਣ ਉਹ ਮਾਇਆ ਦੇ ਉੱਤੇ ਬੈਠੇ ਆ ਜੀ, ਜੇ ਬਾਹਰ ਨਿਕਲ ਜਾਣਗੇ ਮਾਇਆ ਕਿਉਂ ਸਾਂਭੂਗਾ, ਇਹਦਾ ਇਲਾਕਾ ਸਾਡਾ 10 ਸਾਲ ਦਾ ਵੈਸੇ ਹੀ ਵਾਰਸ ਹੈ, ਪਹਿਲਾਂ ਡਿਵੈਲਪਮੈਂਟ ਸੀ ਕੋਈ। ਅਸੀਂ ਤਾਂ ਚੈਨਲ ਵੱਲੋਂ ਇਹ ਕਹਾਂਗੇ ਵੀ ਇਹ ਤੁਸੀਂ ਤੁਹਾਡੇ ਕੋਲ ਪੂਰਾ ਆ ਗਿਆ, ਤੁਸੀਂ ਗੱਲ ਕਰੋ ਖੁੱਲ ਕੇ ਬੋਲ ਰਹੇ ਆ ਨਾ ਸੋਖੀ ਸਾਹਿਬ ਤੇ ਰਾਜਾ ਜੀ, ਇਹਨਾਂ ਨੂੰ ਮੈਂ ਸਮਝ ਦੀ ਗੱਲ ਆ। ਹਾਂ ਇਹ ਕਰ ਰਹੇ ਬੈਂਸ ਭਰਾਵਾਂ ਦੀ ਗੱਲ ਆ, ਬੈਂਸ ਭਰਾ ਕਰੋ ਜਿਹਦੀ ਵੀ ਕਰਨੀ ਹੈ, ਚਾਹੇ ਬੈਂਸ ਭਰਾਵਾਂ ਦੀ ਕਰਨੀ ਹੈ ਜਿਹਦੀ ਵੀ ਕਰਨੀ ਖੁੱਲ ਕੇ ਕਰੋ ਗੱਲ। ਹਾਂ ਉਹ ਮੈਂ ਗੱਲ ਕਰ ਰਿਹਾ ਕਿ ਉਹ ਗੱਲ ਲੈ ਕੇ ਜਾ ਰਹੇ ਆ, ਕਿਉਂਕਿ ਉਹਨਾਂ ਨੇ ਕੱਲ ਵੀ ਜਿਹੜਾ ਕੀਤਾ ਹੈ ਜਿਹੜਾ ਪੱਕੀਆਂ ਪਕਾਈਆਂ ਤੇ ਸਿਰਫ ਆਪਣੀ ਜਾ ਕੇ ਲੀਡਰੀ ਚਮਕਾਈ ਆ, ਜਿਹੜਾ ਇਹ ਟਾਈਮ ਹੈ ਚਮਕਾਉਣ ਦਾ ਨਹੀਂ ਗਾ। ਜਿੱਦਾਂ ਇਹ ਗੱਲ ਕਰ ਰਹੇ ਰਾਜਾ ਜੀ, ਤੇ ਇਹਨਾਂ ਨੂੰ ਬੈਂਸਾਂ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਕਦੀ ਵੀ ਉਹਨੇ ਆਪਣੀ ਜੇਬੀ ਚੋਂ ਪੈਸਾ ਨਹੀਂ ਕੱਢਿਆ ਜੀ, ਠੀਕ ਹੈ। ਉਹਨੇ ਜੇ ਅੱਗੇ ਖੜੇ ਮੱਥਾ ਵੀ ਟੇਕਣਾ ਤਾਂ ਉਹਨੇ ਕਹਿਣਾ ਮੈਂ ਰਘਵੀਰ ਸਿੰਘ 100 ਰੁਪਈਆ ਕੱਢੀ। ਮੈਂ ਇੱਕ ਬੇਨਤੀ ਕਰਾਂ ਜੀ, ਰਾਜਾ ਜੀ ਇੱਕ ਮਿੰਟ ਦਿਓ, ਮੇਰਾ ਆਦਤ ਆ ਕਿ ਮੈਂ ਕਦੇ ਮੈਂ ਨਿੱਜੀ ਦੂਸ਼ਣਬਾਜ਼ੀ ਨਹੀਂ ਕਰਦਾ ਜੀ, ਮੈਂ ਗੱਲ ਕਰਦਾ ਜੇ ਲੋਕਾਂ ਨੇ ਆਪਣਾ ਨੁਮਾਇੰਦਾ ਚੁਣਿਆ, ਚੁਣਿਆ ਹੋਇਆ ਨੁਮਾਇੰਦਾ ਉਹਨਾਂ ਆਸਾਂ ਦੇ ਪੂਰਾ ਉਤਰੇ, ਠੀਕ ਹੈ। ਅੱਜ ਉਹਦੇ ਕਾਉਂਸਲਰਾਂ ਦੀਆਂ ਇੱਥੇ ਆਡੀਓ ਵੀਡੀਓ ਵਾਇਰਲ ਹੋ ਰਹੀਆਂ, ਜਿਹਦੇ ਵਿੱਚ ਉਹ ਲੋਕ ਉਹਨੂੰ ਪੁੱਛ ਰਹੇ ਕਿ ਸਾਡੀ ਬਾਂਹ ਕੌਣ ਫੜੂਗਾ, ਤੇ ਉਹ ਅੱਗੋਂ ਜਵਾਬ ਦੇ ਰਹੇ ਨੇ ਇਹ ਆਪ ਲੱਭ ਨਹੀਂ ਰਹੇ। ਪਹਿਲਾਂ ਨੁਕਸਾਨ ਹੋ ਗਿਆ 8-9 ਸਾਲ ਤੋਂ ਲੈ ਕੇ ਡਿਵੈਲਪਮੈਂਟ ਕੋਈ ਨੀ ਹੋਈ, ਹੁਣ ਅੱਜ ਇਹੋ ਜਿਹੇ ਭਿਆਨਕ ਮੌਕੇ ਵੀ ਇਲਾਕੇ ਦਾ ਨੁਮਾਇੰਦਾ ਇਲਾਕੇ ਚ ਹੀ ਹੈ ਨਹੀਂ। ਮੈਂ ਸਮਝਦਾ ਇਹ ਇੱਕ ਚੁਣੇ ਹੋਏ ਨੁਮਾਇੰਦੇ ਨਾਲ, ਰਘਵੀਰ ਸਿੰਘ ਜੀ ਚੁਣਿਆ ਹੋਇਆ ਨੁਮਾਇੰਦਾ ਆਪਣੇ ਵੋਟਰ ਨਾਲ ਧਰੋ ਕਰ ਰਿਹਾ, ਠੀਕ ਹੈ। ਤੇ ਉਹਦਾ ਇੱਕ ਬਹੁਤ ਵੱਡਾ ਗੁਨਾਹ ਹੁੰਦਾ ਕਿਸੇ ਵੀ ਚੁਣੇ ਹੋਏ ਨੁਮਾਇੰਦੇ ਦਾ, ਕਿ ਉਹ ਬਿਪਤਾ ਦੇ ਸਮੇਂ ਆਪਣੇ ਲੋਕਾਂ ਦੇ ਵਿੱਚ ਜਾ ਕੇ ਨਾ ਖੜੇ, ਠੀਕ ਹੈ। ਨਿੱਜੀ ਆਪਾਂ ਕਿਸੇ ਦੀ ਬਿਨਾਂ ਕਰੀਏ, ਆਪਾਂ ਸਮੁੱਚੇ ਰੂਪ ਚ ਸੁਝਾਅ ਵੀ ਦਈਏ, ਚਲੋ ਕੋਈ ਵੀ ਸਭਿਆਚਾਰ ਦੇ ਤੌਰ ਤੇ ਜਿਵੇਂ ਸੁਖੀ ਭਾਜੀ ਨੇ ਗੱਲ ਕੀਤੀ, ਇਸ ਟਾਈਮ ਸਿੰਗਰਾਂ ਦਾ ਆਰਟਿਸਟ ਦਾ ਆਪਣਾ ਨਿੱਜੀ ਫਰਜ਼ ਸਮਝ ਕੇ ਉਹਨਾਂ ਨੇ ਆਪਣੇ ਵੱਲੋਂ ਦਾਨ ਵੀ ਦਿੱਤਾ, ਬਣ ਦਿੱਤਾ ਲੋਕਾਂ ਦੀ,
ਔਰ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ, ਕਿੰਨੇ ਸੋਹਣੀਆਂ ਲਾਈਨਾਂ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਗੱਲ ਕੀਤੀ ਹੈ। ਦੂਜੇ ਪਾਸੇ ਮੂਸੇ ਵਾਲੇ ਵਰਗੇ ਜਿਹੜੇ ਸਿੰਗਰ ਅੱਜ ਦੀ ਪੈਦਾਇਸ਼ ਨੇ, ਯੰਗਸਟਰ ਖਰਾਬ ਕਰਕੇ ਗੈਂਗਸਟਰ ਬਣਾਉਣ ਵੱਲ ਪ੍ਰਮੋਟ ਕਰ ਰਹੇ ਨੇ। ਠੀਕ ਹੈ, ਆਪਣੇ ਆਪ ਨੂੰ ਚਾਰ ਗੱਲਾਂ ਸਟੇਜ ਤੇ ਕਹਿ ਕੇ ਪੱਟਾ ਦੇ ਥਾਪੀ ਮਾਰ ਕੇ ਉਹ ਗੱਲ ਕਰਨ ਲੱਗ ਜਾਂਦੇ ਨੇ, ਅੱਜ ਉਹ ਕਿਤੇ ਨਜ਼ਰ ਨਹੀਂ ਆਉਂਦੇ। ਜਦੋਂ ਲੋਕਾਂ 'ਚ ਨਿਕਲਿਆ ਜਲੂਸ, ਲੋਕਾਂ 'ਚ ਨਿਕਲਿਆ ਜਲੂਸ ਤੇ ਅੱਜ ਉਹਦੀ ਵੀਡੀਓ ਵੀ ਨਜ਼ਰ ਆਉਣ ਲੱਗ ਗਈ, ਉਹ ਰੇਲਵੇ ਸਟੇਸ਼ਨ ਤੇ ਲੰਗਰ ਵੰਡਦਾ ਨਜ਼ਰ ਆਇਆ। ਠੀਕ ਹੈ, ਤੇ ਉਹੀ ਕਰਦੀਆਂ ਤੇ ਪੈਸਿਆਂ ਨਾਲ ਆਪਣੀ ਉਹ ਕੋਠੀ ਮਹਿਲ ਖੜੇ ਕਰ ਰਿਹਾ। ਸੁੱਖੀ ਭਾਜੀ ਹੋਰ ਵੀ ਬੈਠੇ ਨੇ, ਪੜ੍ਹ ਕੇ ਪੜ੍ਹਾਈਆਂ ਕਰਕੇ ਸਿੰਗਰ ਦੇ ਅਗਰ ਇਸ ਫੀਲਡ 'ਚ ਆਏ ਨੇ ਤੇ ਇਹਨਾਂ ਨੇ ਆਪਣਾ ਨਾਮ ਇੱਕ ਸਾਫ਼ ਸੁਥਰੀ ਗਾਇਕੀ ਦੇ ਰੂਪ 'ਚ ਕੱਢਿਆ। ਇਹ ਬੜਾ ਵੱਡਾ ਨੁਕਸਾਨ ਹੈ ਪੰਜਾਬ ਔਰ ਪੰਜਾਬੀਅਤ ਦਾ, ਇਹੋ ਜਿਹੇ ਲੋਕ ਆਪਣੇ ਲੋਕਾਂ ਦੇ ਵਿੱਚ ਵੜ ਗਏ। ਉਹੀ ਹਾਲ ਲੀਡਰਸ਼ਿਪ ਦੇ ਵਿੱਚ ਵੀ ਹੈ। ਗੱਲ ਕਰਦੇ ਆ ਜਿੱਥੇ ਕੇਜਰੀਵਾਲ ਦਿੱਲੀ ਦੇ ਵਿੱਚ ਬੜਾ ਵੱਡੇ ਪੱਧਰ ਤੇ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਵਾਹਵਾਹੀ ਕੱਢ ਰਿਹਾ, ਉੱਥੇ ਪੰਜਾਬ 'ਚ ਮੈਂ ਕਹਿੰਦਾ ਵੀ 20 MLA ਦੇ ਵਿੱਚੋਂ ਇੱਕ MLA ਨਜ਼ਰ ਨਹੀਂ ਆ ਰਿਹਾ ਵੀ ਆਪਣੇ ਹਲਕੇ 'ਚ ਵਿਚਰ ਰਿਹਾ ਕਿ ਨਹੀਂ ਵਿਚਰ ਰਿਹਾ ਆਮ ਆਦਮੀ ਪਾਰਟੀ ਦਾ। ਅਕਾਲੀ ਦਲ ਦੀ ਗੱਲ ਕਰਾਂ ਤੇ 2 MLA ਦੇ ਨਾਮ ਸਾਹਮਣੇ ਆਏ ਨੇ ਤੇ 2 ਹੀ MLA ਆਏ ਨੇ, ਮੈਂ ਇਹਦੇ 'ਚ ਕੋਈ ਪੱਖਪਾਤ ਨਹੀਂ ਕਰੂੰਗਾ, 2 MLA ਆਏ ਨੇ, ਪਰ ਸ਼੍ਰੋਮਣੀ ਕਮੇਟੀ ਬੜੇ ਵੱਡੇ ਪੱਧਰ ਦੇ ਉੱਤੇ ਇਸ ਉੱਤੇ ਕੰਮ ਕਰ ਰਹੀ ਹੈ। ਠੀਕ ਹੈ, ਗੱਲ ਕਰਾਂ ਧਾਰਮਿਕ ਸ਼ਖਸੀਅਤਾਂ ਦੇ ਵਿੱਚੋਂ ਕਿਤੇ ਨਾ ਕਿਤੇ ਰਾਧਾ ਸਵਾਮੀਆਂ ਦੇ ਨਾਮ ਸੁਣਿਆ ਸੀ ਵੀ 1000 ਬੱਸ ਉਹਨੇ ਪ੍ਰਵਾਸੀ ਭਾਈਚਾਰਿਆਂ ਲਈ ਦਿੱਲੀ ਯੂਪੀ ਦੇ ਵਿੱਚ ਦਿੱਤੀ ਹੈ, ਪਰ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਸੁਣਨਾ ਨਜ਼ਰ ਆ ਰਿਹਾ। ਬਟ ਉਹਨਾਂ ਨੇ ਆਪਣੇ ਡੇਰੇ ਦੀਆਂ ਥਾਵਾਂ ਕੈਪਟਨ ਸਰਕਾਰ ਨੂੰ ਆਫਰ ਕੀਤੀਆਂ, ਜੋ ਸੁਣਨ ਚ ਆ ਰਿਹਾ ਉਹ ਨਹੀਂ ਹੈ। ਪਰ ਇਹਦੇ ਚ ਮੇਰੇ ਖਿਆਲ ਤੁਸੀਂ ਇਹ ਨਹੀਂ ਸੁਣਿਆ ਦਮਦਮਾ ਸਾਹਿਬ ਤੋਂ ਜਿੰਨੀਆਂ ਸ਼੍ਰੋਮਣੀ ਕਮੇਟੀ ਦੀਆਂ ਸਰਾਵਾਂ ਦਿੱਲੀ ਦੇ ਵਿੱਚੋਂ ਆਪਣੇ ਜਿਹੜਾ ਬੰਗਲਾ ਸਾਹਿਬ ਗੁਰਦੁਆਰੇ ਤੋਂ ਜਿਹੜੀ ਸਰਾਂ ਆ ਉਹਨਾਂ ਨੇ ਪਹਿਲਾਂ ਐਲਾਨ ਕਰ ਦਿੱਤਾ ਵੀ ਹਾਂਜੀ ਉਹਨਾਂ ਨੇ ਨਹੀਂ ਉਹਨਾਂ ਨੇ ਸਰਾਵਾਂ ਵੀ ਦਿੱਤੀਆਂ ਸਰਕਾਰਾਂ ਨੂੰ, ਕੇਜਰੀਵਾਲ ਸਰਕਾਰ ਨੂੰ ਵੀ ਦਿੱਤੀਆਂ। ਹਾਂਜੀ ਮੇਰੀ ਬੇਨਤੀ ਸੁਣੋ, ਮੈਂ ਉਹੀ ਕਹਿ ਰਿਹਾ ਸ਼੍ਰੋਮਣੀ ਕਮੇਟੀ ਆਪਣਾ ਪੂਰਾ ਜ਼ਿੰਮੇਵਾਰੀ ਨਿਭਾ ਰਹੀ ਹੈ, ਦਿੱਲੀ ਗੁਰਦੁਆਰਾ ਕਮੇਟੀ ਨਿਭਾ ਰਹੀ ਹੈ, ਔਰ ਨਾਨਕ ਨਾਮ ਲਿਵਾ ਸਿੱਖ ਆਪਣੀ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾ ਰਿਹਾ, ਤਨ ਮਨ ਤੇ ਧਨ ਦੇ ਨਾਲ ਸੇਵਾ ਕਰ ਰਿਹਾ। ਹੁਣ ਗੱਲ ਕਰ ਰਹੇ ਸੀ ਰਾਜਨੀਤਿਕ ਲੀਡਰਾਂ ਦੀ ਗੱਲ ਕੀਤੀ, ਗਿੱਪੀ ਗਰੇਵਾਲ ਅੱਗੇ ਆਇਆ, ਬੱਬੂ ਮਾਨ ਆਇਆ, ਹੋਰ ਬੜੇ ਸਿੰਗਰ ਆਏ, ਸੁੱਖੀ ਭਾਜੀ ਬੈਠੇ ਨੇ ਤੁਹਾਡੇ ਸਾਹਮਣੇ, ਇਹ ਵੀ ਕੰਮ ਕਰ ਰਹੇ ਨੇ। ਉਹਦੇ ਲੀਡਰਾਂ ਦੀ ਗੱਲ ਕਰਾਂ MLA ਦੇ ਵਿੱਚੋਂ ਹੁਣ ਜਿਹੜੇ ਸਭ ਤੋਂ ਵੱਧ ਫੇਸਬੁੱਕ ਤੇ ਰੋਲਾ ਪਾਉਂਦੇ ਸੀ ਸੁਖਪਾਲ ਖਹਿਰਾ, 4 ਦਿਨਾਂ ਬਾਅਦ ਨਜ਼ਰ ਆਏ, 5 ਦਿਨਾਂ ਬਾਅਦ ਨਜ਼ਰ ਆਈ। ਉਦਾਂ ਹੀ ਬੈਂਸ ਭਰਾਵਾਂ ਦੀ ਗੱਲ ਕਰ ਰਹੇ ਸੀ ਜਿਹੜੇ ਹਰ ਗੱਲ ਦੇ ਉੱਤੇ ਲਾਈਵ ਹੋ ਜਾਂਦੇ ਸੀ, ਹਰ ਗੱਲ ਦੇ ਉੱਤੇ ਇੰਗ ਆਪਰੇਸ਼ਨ ਅਫਸਰਾਂ ਦਾ ਕਰਦੇ ਸੀ, ਅੱਜ ਉਹੀ ਅਫਸਰ ਕੰਮ ਆ ਰਹੇ ਨੇ ਤੇ ਬੈਂਸ ਭਰਾ ਘਰੇ ਲੁੱਕੇ ਬੈਠੇ ਨੇ ਲੁਧਿਆਣੇ ਦੇ MLA। ਚਲੋ ਆਪਾਂ ਰਾਜਾ ਜੀ ਪ੍ਰੋਗਰਾਮ ਦੇ ਆਖਰੀ ਪੜਾਅ ਦੇ ਵਿੱਚ ਆਪਾਂ ਸੁਝਾਅ ਦੇਈਏ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਕਿੱਦਾਂ ਇਹਦਾ ਕੋਰੋਨਾ ਨੂੰ ਮਾਤ ਦੇਣੀ ਚਾਹੀਦੀ ਆ। ਦੇਖੋ ਸੁਝਾਅ ਤਾਂ ਮੇਰਾ ਕੱਲ ਵੀ ਉਹੀ ਸੀ ਵੀ ਸਰਕਾਰ ਨੂੰ ਥੱਲੜੇ ਪੱਧਰ ਤੇ ਜਿਹੜਾ ਪ੍ਰਵਾਸੀ ਭਾਈਚਾਰਾ ਜਾਂ ਲੇਬਰ ਹੈ ਜਾਂ ਜਿਹੜਾ ਗਰੀਬ ਪਰਿਵਾਰ ਹੈ ਬੇਸ ਤੇ ਰੋਟੀ ਖਾਣ ਵਾਲਾ, ਉਹਦੇ ਤੱਕ ਰਾਸ਼ਨ ਯਕੀਨੀ ਕੀਤਾ ਜਾਵੇ, ਉਹ ਰਾਸ਼ਨ ਦੀ ਜਿਹੜੀ ਵੰਡ ਪ੍ਰਕਿਰਿਆ ਜਾਂ ਦੁਕਾਨਾਂ ਤੋਂ ਜਿਹੜੇ ਲੋਕ ਖਰੀਦ ਕੇ ਵੀ ਖਾ ਸਕਦੇ ਨੇ ਉਹਨਾਂ ਨੂੰ ਵੀ ਆਸਾਨ ਤਰੀਕੇ ਨਾਲ ਮੁਹੱਈਆ ਹੋ ਸਕੇ ਔਰ ਵਾਜਬ ਕੀਮਤ ਤੇ ਮੁਹੱਈਆ ਹੋ ਸਕੇ। ਸਰਕਾਰ ਨੂੰ ਇਹਦੇ ਉੱਤੇ ਕੰਮ ਕਰਨਾ ਚਾਹੀਦਾ। ਸਰਕਾਰ ਨੇ ਦੋਸ਼ ਜਲੰਧਰ ਔਰ ਮੋਹਾਲੀ ਦੇ ਵਿੱਚ CRPF ਲਗਾਈ ਹੈ। ਮੈਂ ਇੱਥੇ ਇਹ ਵੀ ਗੱਲ ਕਰਨਾ ਚਾਹਾਂਗਾ ਸੋਖੀ ਸਾਹਿਬ ਨੂੰ ਵੀ, ਬੇਬਾ ਜੀ ਤੱਕ ਜਾਂ ਸੁਖਬੀਰ ਬਾਦਲ ਕਹੋ ਵੀ ਸੈਂਟਰ ਸਰਕਾਰ ਤੋਂ ਜਿਹੜੀਆਂ ਵੀ ਟੁਕੜੀਆਂ ਲੋੜ ਨੇ ਪੰਜਾਬ ਦੇ ਵਿੱਚ ਪ੍ਰੋਪਰ ਵੇ ਨਾਲ ਲੋਕਡਾਊਨ ਕਰਾਇਆ ਜਾਵੇ, CRPF ਦੇ ਹੱਥ ਕਰਾਇਆ ਜਾਵੇ ਤੇ ਪੁਲਿਸ ਪ੍ਰਸ਼ਾਸਨ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਉਹਨਾਂ ਦੇ ਘਰ ਪਹੁੰਚਾਉਣ ਤੇ ਜਿਹੜਾ ਕੰਮ ਕਰ ਰਹੀ ਉਹ ਨਿਰਪਰਵਾਹ ਉਹ ਕਿਸੇ ਰੁਕਾਵਟ ਤੋਂ ਬਗੈਰ ਚਲਾ ਸਕਣ। ਇੰਨੀ ਮੇਰੀ ਬੇਨਤੀ ਹੈ ਵੀ ਇਹ ਜ਼ਰੂਰ ਹੋਣਾ ਚਾਹੀਦਾ, 15 ਦਿਨ ਜਿਹੜੇ ਅਗਲਾ ਸਮਾਂ ਹੈਗਾ ਉਹਨੂੰ ਬੰਦ ਰਹਿਣਾ ਹੀ ਚਾਹੀਦਾ। ਧੰਨਵਾਦ ਜੀ ਆਪਣੇ ਜਗਵੀਰ ਸਿੰਘ ਜੀ, ਤੁਸੀਂ ਮਤਲਬ ਜਿਹੜਾ ਮਤਲਬ ਭਾਵੇਂ ਆਪਾਂ ਅਪੋਜੀਸ਼ਨ ਚ ਹੀ ਆ ਤੁਸੀਂ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ, ਪਰ ਫਿਰ ਵੀ ਪੰਜਾਬ ਨੂੰ ਬਚਾਉਣ ਲਈ ਕੀ ਸੁਝਾਅ ਆ ਕੋਰੋਨਾ ਤੋਂ ਕਿੱਦਾਂ ਮਤਲਬ ਇਹਨੂੰ ਮਾਤ ਦਿੱਤੀ ਜਾਵੇ?
ਰਘਵੀਰ ਸਿੰਘ ਜੀ, ਇਸ ਮੁੱਦੇ ਦੇ ਉੱਤੇ ਮੇਰੀ ਤਾਂ ਇੱਕੋ ਹੀ ਬੇਨਤੀ ਆ ਸਮੁੱਚੇ ਪੰਜਾਬੀਆਂ ਨੂੰ ਤੇ ਸਾਨੂੰ ਸਾਰਿਆਂ ਨੂੰ, ਕਿਉਂਕਿ ਅੱਜ ਕੈਂਬਰਿਜ ਯੂਨੀਵਰਸਿਟੀ ਦਾ ਜਿਹੜਾ ਪੇਪਰ ਪਬਲਿਸ਼ ਹੋਇਆ ਉਹਦੇ ਵਿੱਚ ਵੀ ਇਹ ਗੱਲ ਕਹੀ ਗਈ ਹੈ ਕਿ ਆਉਣ ਵਾਲੀ 14 ਤਰੀਕ ਤੱਕ ਹਿੰਦੁਸਤਾਨ ਦੇ ਉੱਤੇ ਕੋਰੋਨਾ ਦਾ ਕਹਿਰ ਹੈ, ਔਰ ਇਹਦੇ ਤੋਂ ਬਚਾਅ ਕੇਵਲ ਤੇ ਕੇਵਲ ਇਹੀ ਆ ਕਿ ਸਟੇ ਇਨ ਦਾ ਹੋਮ ਐਂਡ ਸਟੇ ਸੇਫ। ਅਸੀਂ ਸਾਰੀਆਂ ਇੱਕ ਦੂਜੇ ਦੇ ਵਿਰੋਧ ਪਾਸੇ ਰੱਖ ਕੇ ਅੱਜ ਦੇ ਸਮੇਂ ਚ ਮੇਰੀ ਦੋਈ ਹੱਥ ਡਿਸਟੈਂਸਿੰਗ ਦੀ ਪਾਲਣਾ ਕਰੀਏ, ਆਪਣੇ ਮੁਹੱਲਿਆਂ ਦੇ ਨੇੜੇ ਤੇੜੇ 5 ਜਾਂ 10 ਪਰਿਵਾਰ ਜਿਹੜੇ ਲੋੜਵੰਦ ਹੈ, ਅਸੀਂ ਕਿਸੇ ਵੀ ਸਰਕਾਰੀ ਸਹਾਇਤਾ ਨੂੰ ਨਾ ਅੜੀਕ ਕੇ ਅਸੀਂ ਆਪ ਉਹਨਾਂ ਨੂੰ ਓਨੇ ਸਮੇਂ ਤੱਕ ਘੱਟੋ ਘੱਟ 2 ਵਕਤ ਦੀ ਰੋਟੀ ਦਿੰਦੇ ਰਹੀਏ, ਮੇਰੀ ਇਹੀ ਬੇਨਤੀ ਹੈ। ਬਹੁਤ ਵਧੀਆ ਜੀ, ਆਪਣੇ ਸੁਖਵਿੰਦਰ ਜੀ ਤੁਹਾਡੇ ਕੋਲ ਕੀ ਸੁਝਾਅ ਆ ਜਿਹੜਾ ਆਪਾਂ ਪੰਜਾਬ ਦੇ ਲੋਕਾਂ ਲਈ ਜਾਂ ਪੂਰੀ ਦੁਨੀਆ ਦੇ ਲੋਕ ਜਿਹੜੇ ਸਾਨੂੰ ਦੇਖ ਰਹੇ ਉਹਨਾਂ ਲਈ ਵੀ ਕੋਰੋਨਾ ਨੂੰ ਕਿੱਦਾਂ ਮਾਤ ਦਿੱਤੀ ਜਾਵੇ? ਦੇਖੋ ਰਘਵੀਰ ਜੀ, ਇੱਕ ਤਾਂ ਮੈਂ ਪਹਿਲਾਂ ਵੀ ਕਿਹਾ ਵੀ ਇੱਕ ਤਾਂ ਜਿਹੜੀਆਂ ਆਪਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਜਿਹੜੀਆਂ ਪ੍ਰਿਕੋਸ਼ਨ ਹੈਗੇ ਪ੍ਰਿਵੈਂਸ਼ਨ ਚ ਬੈਟਰ ਦੇਨ ਕਿਉਰ, ਆਪਾਂ ਜਿਹੜੀਆਂ ਪ੍ਰਿਵੈਂਸ਼ਨ ਨੇ ਉਹ ਸਾਨੂੰ ਪਤਾ, ਅੱਜ ਆਪਾਂ ਸਾਰੇ ਪੜ੍ਹੇ ਲਿਖੇ ਹਾਂ ਤੇ ਅਸੀਂ ਅਖਬਾਰ ਵੀ ਪੜ੍ਹਦੇ ਹਾਂ, ਟੀਵੀ ਵੀ ਸੁਣਦੇ ਹਾਂ ਤੇ ਡਾਕਟਰ ਜੋ ਸਾਨੂੰ ਕਹਿੰਦੇ ਨੇ ਇੱਕ ਤਾਂ ਵੀ ਹੱਥ ਤੋਂ ਜੋ ਵੀ ਪ੍ਰਿਕੋਸ਼ਨ ਨੇ ਉਹ ਸਾਨੂੰ ਪਤਾ ਅਸੀਂ ਉਹ ਲਈਏ, ਤੇ ਦੂਸਰੀ ਗੱਲ ਜਿਹੜੀਆਂ ਸਾਡੀਆਂ ਮੈਂ ਪਹਿਲਾਂ ਗੱਲ ਕੀਤੀ ਗਰਾਊਂਡ ਲੈਵਲ ਦੀਆਂ ਪ੍ਰੋਬਲਮ ਨੇ ਵੀ ਜਿਵੇਂ ਸਾਡੇ ਪਾਰਟੀਆਂ ਦਾ ਗਰਾਊਂਡ ਲੈਵਲ ਤੱਕ ਸੰਗਠਨ ਹੈ, ਇਹਨਾਂ ਦੇ ਕਾਉਂਸਲਰ ਨੇ, ਉਹਨਾਂ ਤੋਂ ਅੱਗੇ ਵਾਰਡ ਵਾਈਜ਼ ਪ੍ਰਧਾਨ ਨੇ, ਸੈਕਟਰੀ ਨੇ, ਵੀ ਹਰ ਗਲੀ ਮਹੱਲੇ 'ਚ ਜਿਹੜੇ ਇਹਨਾਂ ਦੇ ਨੁਮਾਇੰਦੇ ਨੇ ਪਾਰਟੀਆਂ ਦੇ ਉਹ ਦੇਖਣ ਵੀ ਸਾਡੇ ਜਿਹੜਾ ਮਹੱਲੇ 'ਚ ਕੋਈ ਗਰੀਬ ਬੰਦਾ ਰਹਿੰਦਾ ਜਿਹਦੇ ਘਰ ਰੋਟੀ ਨਹੀਂ ਬਣਦੀ, ਚਾਹ ਨਹੀਂ ਬਣਦੀ, ਕੋਈ ਚੀਜ਼ ਦੀ ਘਾਟ ਹੈ, ਉਸ ਲੈਵਲ 'ਤੇ ਜਾ ਕੇ ਗਰਾਊਂਡ 'ਤੇ ਕੰਮ ਕਰਨ ਦੀ ਲੋੜ ਹੈ, ਤਾਂ ਕਿ ਜਿੱਥੇ ਅਸੀਂ ਕੋਰੋਨਾ ਨੂੰ ਮਾਤ ਦੇਣੀ, ਅਸੀਂ ਭੁੱਖਮਾਰੀ ਨੂੰ ਵੀ ਮਾਤ ਦੇਣੀ ਹੈ, ਕਿਉਂਕਿ ਇਹ ਨਾ ਹੋਵੇ ਅਸੀਂ ਕੋਰੋਨਾ ਤੋਂ ਬਚਦੇ ਬਚਦੇ ਸਾਡੇ ਲੋਕ ਭੁੱਖਮਾਰੀ ਨਾ ਮਰ ਜਾਣ। ਠੀਕ ਹੈ, ਬਹੁਤ 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 ਧੰਨਵਾਦ ਜੀ ਪੱਡਾ ਸਾਹਿਬ। ਲਾਸਟ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਦੇ ਪ੍ਰੋਗਰਾਮ ਦੇ ਬਾਰੇ ਤੇ ਕੋਰੋਨਾ ਨੂੰ ਕਿੱਦਾਂ ਮਾਤ ਦੇਗੀ ਆਪਾਂ ਵਰਲਡ ਵਾਈਡ? ਰਘਵੀਰ ਜੀ, ਇੱਕ ਤਾਂ ਮੈਂ ਪਹਿਲਾਂ ਇਹ ਗੱਲ ਕਹੂੰਗਾ ਕਿ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰੂੰਗਾ, ਗੌਰਮੈਂਟ ਦਾ, ਪੰਜਾਬ ਸਰਕਾਰ ਦਾ ਤੇ ਪੁਲਿਸ ਦਾ, ਹਾਂਜੀ, ਸਾਥ ਦਵੋ, ਕਿਉਂਕਿ ਜੇ ਪੁਲਿਸ ਥੋੜੀ ਬਹੁਤੀ ਸਖਤਾਈ ਵੀ ਕਰਦੀ ਹੈ ਸਿਰਫ ਇਸ ਉਹਨਾਂ ਦੀ ਭਲਾਈ ਲਈ ਆ, ਕਿਉਂਕਿ ਜਿਹੜੇ ਬਾਹਰ ਜਾਂਦੇ ਆ ਉਹ ਆਪਣੇ ਪਰਿਵਾਰਾਂ ਲਈ, ਆਪਣੀ ਕਮਿਊਨਿਟੀ ਲਈ, ਆਪਣੇ ਭੈਣ ਭਰਾਵਾਂ ਸਾਰਿਆਂ ਲਈ ਖਤਰਾ ਬਣ ਜਾਂਦੇ ਆ ਜਿਹੜਾ ਕੋਈ ਵੀ ਇਹ ਲਪੇਟ ਵਿੱਚ ਆ ਜਾਂਦਾ। ਦੂਜੀ ਗੱਲ ਮੈਂ ਇਹ ਗੱਲ ਕਹੂੰਗਾ ਕਿ ਜਿੰਨੇ ਵੀ ਜਿਹੜੀ ਸਾਰਿਆਂ ਨੇ ਇਹ ਗੱਲ 'ਤੇ ਅੱਜ ਜ਼ੋਰ ਦਿੱਤਾ ਆ ਕਿ ਜਿਹੜੇ ਸਾਡੇ MLA ਮੌਜੂਦਾ 117 ਆ ਜਾਂ ਜਿਹੜੇ ਪਿੱਛੋਂ ਹਾਰੇ ਹੋਏ ਆ, ਜਿੱਤੇ ਹੋਏ ਆ, ਉਹ ਸਾਰੇ ਆਪਣੀ ਪਰਸਨਲ ਪਾਕਟ ਦੇ ਵਿੱਚੋਂ, ਉਹਨਾਂ ਕੋਲ ਬਹੁਤ ਪੈਸਾ ਆ, ਜੇ ਉਦੋਂ ਉਹ ਸ਼ਰਾਬ ਜਾਂ ਪੈਸਾ ਵੰਡ ਸਕਦੇ ਆ ਇਲੈਕਸ਼ਨਾਂ ਦੇ ਟਾਈਮ, ਹੁਣ ਲੋਕਾਂ ਨੂੰ ਜ਼ਰੂਰਤ ਆ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਇਹ ਗੌਰਮੈਂਟ ਵਾਲੀ ਨਾ ਇਕੱਲਾ ਦੇਖੀ ਜਾਓ ਕਿ ਸਰਕਾਰ ਵੱਲੋਂ ਆਊਗਾ ਤਾਂ ਹੀ ਉਹ ਵੰਡਣਾ, ਜਾਂ ਕੋਈ NGO ਦੇਣਗੀਆਂ ਤਾਂ ਹੀ ਉਹਨਾਂ ਦੇ ਨਾਲ ਹੀ ਹੋ ਕੇ ਫੋਟੋ ਖਿਚਾਉਣੀਆਂ। ਠੀਕ ਹੈ, ਹੁਣ ਟਾਈਮ ਆ ਕਿ ਉਹ ਆਪਣੇ ਵਿੱਚੋਂ ਜੇਬਾਂ ਦੇ ਉਹ ਕੱਢ ਕੇ ਪੈਸੇ ਤੇ ਉਹ ਖਰਚ ਕੇ ਤੇ ਗਰੀਬਾਂ ਤੱਕ ਜਿਹੜੀਆਂ ਜਿਹੜੇ ਭੁੱਖਮਰੀ ਪਈ ਹੋਈ ਜਿੱਥੇ ਵੀ ਕੋਈ ਇਹੋ ਜਿਹੀ, ਉੱਦਾਂ ਹੈ ਨਹੀਂ ਪੰਜਾਬ ਦੇ ਵਿੱਚ, ਕਿਉਂਕਿ ਗੌਰਮੈਂਟ ਹਰ ਥਾਂ ਕਰ ਰਹੀ ਆ, ਸ਼੍ਰੋਮਣੀ ਕਮੇਟੀ ਕਰ ਰਹੀ ਆ, ਸਾਰੀਆਂ NGO ਜਾ ਰਹੀਆਂ ਉਹਨਾਂ ਦੇ ਕੋਲ ਪਹੁੰਚ ਰਹੀਆਂ, ਪਰ ਫਿਰ ਵੀ ਉਹ ਆਪਣੇ ਜੇਬਾਂ ਵਿੱਚੋਂ ਕੱਢ ਕੇ ਗੌਰਮੈਂਟ ਦਾ ਸਾਥ ਦੇਣ, ਲੋਕਾਂ ਦਾ ਸਾਥ ਦੇਣ, ਮੇਰਾ ਇਹੀ ਮੈਸੇਜ ਆ ਜੀ। ਜਿਹੜੇ ਲੋਕਾਂ ਦੇ ਘਰੇ ਗਰੀਬੀ ਹੈ, ਜਿਹੜੇ ਪਾਵਰਟੀ ਲਾਈਨ ਤੋਂ ਹੇਠਾਂ ਲੋਕ ਨੇ, ਉਹਨਾਂ ਦੇ ਹੀ ਕਾਰਡ ਬਣੇ ਨੇ, ਉਹ ਸਰਕਾਰ ਕੋਲ ਉਹਨਾਂ ਦਾ ਸਾਰਿਆਂ ਦਾ ਡਾਟਾ ਹੈਗਾ।
ਤੇ ਮੈਨੂੰ ਇਹ ਲੱਗਦਾ ਵੀ ਤੁਸੀਂ ਇਹ ਹਰ MLA ਦੀ ਜਿਵੇਂ ਸਰਕਾਰ ਆ ਉਹ ਡਿਊਟੀ ਲਾਵੇ ਵੀ ਜਿਹਨਾਂ ਦੇ ਨੀਲੇ ਕਾਰਡ ਨੇ ਉਹਨਾਂ ਦੇ ਐਡਰੈਸ ਲੈ ਕੇ ਇਹਨਾਂ ਜਿੱਥੋਂ ਰਾਸ਼ਨ ਡਿਪੂ ਤੋਂ ਲੈ ਕੇ ਉਹਨਾਂ ਦੇ ਘਰੇ ਸਿੱਧਾ ਰਾਸ਼ਨ ਪਹੁੰਚਾ ਦੇਣ, ਨਾ ਤਾਂ ਲੋਕਾਂ ਨੂੰ ਭੱਜਣ ਦੀ ਲੋੜ ਆ, ਨਾ ਕਿਤੇ ਇਕੱਠ ਹੋਵੇ, ਨਾ ਕਿਤੇ ਉਹਨਾਂ ਨੂੰ ਕਿਤੇ ਬੁਲਾਉਣ ਦੀ ਲੋੜ ਹੈ ਵੀ ਸਾਰੇ ਇਹਨਾਂ ਕੋਲ ਡਾਟਾ ਹੈਗਾ ਵੀ ਕਿਹੜੇ ਕਿਹੜੇ ਲੋਕਾਂ ਦੇ ਕਾਰਡ ਬਣੇ ਨੇ, ਕਿਹੜੇ ਕਿਹੜੇ ਲੋਕ ਗਰੀਬੀ ਰੇਖਾ ਤੋਂ ਹੇਠਾਂ ਨੇ, ਤੇ ਜਿਹਨਾਂ ਨੂੰ ਅਸੀਂ ਜਿਹੜਾ ਰਾਸ਼ਨ ਮਹੀਨਾ ਦਿੰਦੇ ਹਾਂ, ਦੋ ਦੋ ਮਹੀਨੇ ਦਾ ਇਕੱਠਾ ਰਾਸ਼ਨ ਦੇ ਦੇਣ ਤਾਂ ਕਿ ਲੋਕ ਘਰਾਂ 'ਚ ਆਰਾਮ ਨਾਲ ਬੈਠ ਕੇ ਖਾਣ। ਬਹੁਤ ਬਹੁਤ ਧੰਨਵਾਦ ਜੀ। ਇਹ ਮੈਨੂੰ ਲੱਗਦਾ ਕਿ ਗਰੀਬ ਲੋਕਾਂ ਦੇ ਘੱਟ ਬਣੇ ਆ, ਜਿਹੜੇ ਪਹੁੰਚ ਰੱਖਣ ਵਾਲੇ ਲੋਕ ਆ ਉਹ ਜ਼ਿਆਦਾ। ਪੰਡਾ ਸਾਹਿਬ ਉਹਨਾਂ ਨੇ ਇੱਕ ਸੁਝਾਅ ਦਿੱਤਾ ਇਹਨੂੰ, ਜਿੱਦਾਂ ਵਰਤਿਆ ਜਾ ਸਕਦਾ ਇਹਦੇ ਨਾਲ ਲੋਕਾਂ ਤੇ ਪਹੁੰਚ ਕੀਤੀ ਜਾ ਸਕਦੀ। ਇਹ ਤਾਂ ਵੀ ਸਰਕਾਰਾਂ ਦਾ, ਇਹ ਤਾਂ ਬਣਾਉਣ ਵਾਲਾ ਦਾ ਫਲਟ ਹੈ, ਇਹ ਤਾਂ ਵੀ ਲੀਡਰਾਂ ਦਾ ਫਲਟ ਹੈ। ਕਿਉਂਕਿ ਮੈਂ ਹੁਣ ਪ੍ਰੋਗਰਾਮ ਹੋਰ ਲੰਮਾ ਨਹੀਂ ਕਰਨਾ ਚਾਹੁੰਦਾ, ਆਪਾਂ ਅੱਗੇ ਬੈਠਦੇ ਕਿਉਂਕਿ ਲੀਡਰ ਵਗੈਰਾ ਤਾਂ ਇੱਕ ਪਾਸੇ ਰਹਿ ਗਏ, ਸਿੰਗਰ ਜਾਂ ਆਰਟਿਸਟ ਜਿਹੜੇ ਹੁੰਦੇ ਉਹਨਾਂ ਦੀ ਫੈਨ ਫੋਲੋਇੰਗ ਬਹੁਤ ਹੁੰਦੀ ਹੈ, ਲੋਕ ਬਹੁਤ ਪਿਆਰ ਕਰਦੇ ਨੇ ਸਭਿਆ ਨਾਲ ਜੁੜੀਆਂ ਹੋਈਆਂ। ਜਿਹੜੇ ਮੈਂ ਤੁਹਾਨੂੰ ਵੀ ਬੇਨਤੀ ਕਰਾਂਗਾ, ਆਪਣੇ ਹੋਰ ਵੀ ਜਿਹੜੇ ਸੱਜਣ ਮਿੱਤਰ ਨੇ, ਤੁਹਾਡੇ ਕੁਲੀਗਸ ਨੇ, ਜਿਹੜੇ ਗਾਇਕ ਨੇ, ਉਹਨਾਂ ਦੇ ਕੋਲ ਵੀ ਮੋਹਰੇ ਆ ਕੇ ਆਪਣੀ ਵੀਡੀਓ ਸਪਰੈਡ ਕਰੋ, ਜਿਹੜੀਆਂ ਸਤਰਾਂ ਤੁਸੀਂ ਪਹਿਲੇ ਗਾ ਕੇ ਸੁਣਾਈਆਂ, ਉਸ ਨੂੰ ਤਾਂ ਪ੍ਰਚਾਰ ਜ਼ਰੂਰੀ ਹੈ ਵੀ ਲੋਕਾਂ ਨੂੰ ਸੰਭਲ ਲਈ ਵੀ ਆਪਣੇ ਘਰਾਂ ਦੇ ਵਿੱਚ ਰਹਿਣ ਦਾ ਜਿਹੜਾ ਹੈਗਾ। ਤੇ ਜਾਂਦੇ ਜਾਂਦੇ ਮੈਂ ਤੁਹਾਡੇ ਕੋਲ ਦੁਬਾਰਾ ਦੋ ਇੱਕ ਵਾਰੀ ਲਾਈਨ ਜ਼ਰੂਰ ਸੁਣਨਾ ਚਾਹਾਂਗਾ, ਤਾਂ ਕਿ ਲੋਕਾਂ ਨੂੰ ਸਿਰਫ ਉਹ ਮੁੱਦਾ ਸਮਝ ਆ ਜਾਵੇ ਕਿਉਂ ਜ਼ਰੂਰੀ ਹੈ। ਮੈਂ ਸੋਚਦਾ ਜਿਹੜੇ ਸਾਡੇ NRI ਨੇ ਉਹਨਾਂ ਦੇ ਮੁਤਲਕ ਮੈਂ ਸੁਣਾ ਦਿੰਦਾ ਕੁਛ ਵੀ, ਅੱਜ ਉਹਨਾਂ ਦਾ ਦਰ, ਚਲੋ ਉਹੀ ਸੁਣਾ ਦੇਣਾ ਦੁਬਾਰਾ ਫਿਰ ਸਾਡੇ ਵਿੱਚ ਬੜੀ ਵਿੱਤ ਪਾਈ ਆ ਜਹਾਜ਼ਾਂ ਨੇ, ਦੂਰ ਹੋਣ ਦਿੱਤਾ ਨੀ ਪੰਜਾਬ ਕੋਲੋਂ ਯਾਦਾਂ ਨੇ, ਸਾਡੇ ਵਿੱਚ ਬੜੀ ਵਿੱਤ ਪਾਈ ਆ ਜਹਾਜ਼ਾਂ ਨੇ, ਦੁਬਾਰਾ ਕੱਟ ਗਈ ਜੀ ਲਾਈਨ। ਹਾਂਜੀ ਹਾਂਜੀ, ਦੂਰ ਹੋ ਹਾਂਜੀ ਹਾਂਜੀ, ਕਰੀ ਜਾਓ ਬੋਲੋ, ਆਵਾਜ਼ ਕੱਟ ਕੇ ਲੱਗਦੀ ਜੀ। ਚਲੋ ਵੱਖਰੇ ਤੌਰ ਤੇ ਆਪਾਂ ਉਹਨਾਂ ਨੂੰ ਲਾਈਨ ਤੇ ਫਿਰ ਲਵਾਂਗੇ। ਮੈਂ ਧੰਨਵਾਦੀਆਂ ਸੁਖਵਿੰਦਰ ਜੀ ਦਾ, ਕੁਲਦੀਪ ਸਿੰਘ ਜੀ ਪੰਡਾ ਸਾਹਿਬ ਦਾ। ਹਾਂਜੀ, ਉਹਨਾਂ ਦਾ ਮਿਊਟ ਤੇ ਲੱਗ ਜਾਂਦਾ ਫੋਨ ਜਿਹੜਾ ਨਾ, ਤੇ ਇਸ ਕਰਕੇ ਆਪਾਂ ਨੂੰ ਸੁਣ ਨਹੀਂ ਰਹੀ ਆਵਾਜ਼ ਸਾਨੂੰ ਜੀ। ਤੇ ਜਸਵਿੰਦਰ ਸਿੰਘ ਜੀ, ਰਾਜਾ ਜਗਵੀਰ ਸਿੰਘ ਜੀ, ਇਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੱਥੇ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ, ਵਾਹਿਗੁਰੂ ਜੀ ਕੀ ਫਤਿਹ।